मदिरापान स्वास्थ्य के लिए हानिकारक है. स्मोकिंग एंड कंजम्पशन ऑफ एल्कोहल आर इंजूरियस टू हेल्थ. खबरदार, दुनिया ते दो ही चीजा ने जो बंदे दा जलूस कर सकदिया ने, एक बंदूक ते दूजी मशूक. ते आज मैं इन्हां दोनों दे डिक्के चढ़ गया, सिर्फ ते सिर्फ मेरे कुत्ते यारा करके. एक महीना पहला पूरी रिपोर्ट ओके सी. मैं हाँ तेजपाल सिंह चीमा ते यह है मेरी कहानी. सच्चियां ते अल्फाज कह गया इना ना प्यार पौना बड़ा रिस्की. एक रन फुकरी ना यारी पै गई, दूजी यारा कोड़े पट रौल जपसी. एक रन फुकरी ना यारी पै गई, दूजी यारा कोड़े पट रौल जपसी. सारा दिन गेड़ियां लवाउंदी रहिंदी सी, बरीजरां दी बोतलां मकाउंदी रहिंदी सी. छड़ रेड वैने पलाइए विस्की. एक रन फुकरी ना यारी पै गई, दूजी यारा कोले पट रौले जपसी. हर कहानी का एक विलन हुंदा, मेरी का भी सी. मेरा जिगरी यार गुरप्रीत सिंह गुरा, वो तो साला जम्मे ही मैनू मरवाण लई सी. ब्रदर, ओए मेरे जन्मदिन का गिफ्ट दे दे यार. ऐ करते हैं अपन गोवा चलते हैं.
ਗੋਆ ਨੂੰ ਮਾਰ ਗੋਲੀ ਯਾਰ, ਜਾਰੀ ਕਿੰਮੀ ਦਾ ਫੋਨ ਵੱਜੀ ਜਾਂਦਾ ਯਾਰ, 10 ਵਾਰ ਫੋਨ ਕਰ ਚੁੱਕੀ ਹੈ ਯਾਰ। हाँ बोल। हैप्पी बर्थडे टू यू, हैप्पी बर्थडे टू यू, हैप्पी बर्थडे डियर गुरा, हैप्पी बर्थडे टू यू। तेन पता है मैं भी केक काट रही हूँ यार, मैं तेनों 10 बारी फोन किया, पर चल कोई ना तू बिजी होएगा। अच्छा सुन, कल ना रेड कलर की टी शर्ट पा के आई, ठीक है? ओ रेड तेरा लकी कलर है ना, नाले अपने रिजल्ट भी है कल, ठीक है? ओके थैंक यू। हेलो, कल ही नहीं करता मेरे नाल, चलो कोई ना बिजी होगा। किमी? हाँ जी आई। छड़ यार तू किमी नु, तू भी मेरे जाके अपना बैग यार, मनु है क्यों लगी जंदा, मैं कुछ भूल ही जाना यार। अपना अपना भंगड़ा पोना भूल गए फिर जन्म राज गुरे दा भंगड़ा पोने उठ भंगड़ा हेलो हाँ जी बेबी। हेलो स्वीट हार्ट, वेयर आर यू? आई मिस यू सो मच बेबी। पर तू ये तो दस, तू है किथे? बेबी मैं कर रही है बेबी। व्हाट कर तेजी, तेन पता ना आज की डेट है? बेबी ऑफ कोर्स आई नो दैट, आज गुरे तो बर्थडे है बेबी, ਤਾਂ ਤਾਂ ਅਸੀਂ ਸੈਲੀਬ੍ਰੇਟ ਕਰ ਰਹੇ ਬੇਬੀ। ਆਈ ਨੋ ਦੈਟ ਤੁਹਾਨੂੰ ਵਿਸ਼ ਕਰਨਾ, ਮੈਂ ਤੇਰੀ ਗੱਲ ਕਰਾਂਗਾ ਬੇਬੀ ਉਹਦੇ ਨਾਲ। ਤੇਜਪਾਲ ਚੀਮਾ, ਹਾਊ ਕੈਨ ਯੂ ਡੂ ਦਿਸ ਟੂ ਮੀ? ਅੱਜ 15th ਹੈ ਬੇਬੀ। ਆਫ ਕੋਰਸ ਆਈ ਨੋ, ਆ 15 ਤਰੀਕ ਹੈ ਬੇਬੀ, ਯਾਰ ਗੁਰੇ ਦਾ ਬਰਥਡੇ ਯਾਰ ਬੇਬੀ। ਨੋ, ਅੱਜ ਤੂੰ ਮੈਨੂੰ 에어ਪੋਰਟ ਤੋਂ ਪਿਕ ਕਰਨਾ ਸੀ। ਸ਼ਿਟ ਬੇਬੀ, ਦਿਮਾਗ ਚੋਂ ਨਿਕਲ ਗਿਆ ਬੇਬੀ। ਯੂ نو ਵਾਟ, ਫਿਰ ਕੰਮ ਕਰ, ਮੈਨੂੰ ਵੀ ਆਪਣੇ ਦਿਮਾਗ ਚੋਂ ਕੱਢ ਦੇ। ਆਈ ਕਾਂਟ ਬਲੀਵ ਕਿ ਮੈਂ ਤੇਰੇ ਵਰਗੇ ਇਨਸਾਨ ਨਾਲ ਪਿਆਰ ਕਰ ਰਹੀ ਹਾਂ। ਬੇਬੀ 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 ਗੱਲ, ਯੂ ਆਰ ਹੋਪਲੈਸ, ਲਾਈਕ ਸੀਰੀਅਸਲੀ, ਕਮ ਔਨ, ਹੁਣ ਮੈਨੂੰ ਗੁੱਸਾ ਆ ਰਿਹਾ। ਬੇਬੀ ਬੇਬੀ, ਉਸ ਦਿਨ ਤਾਂ ਰੱਬ ਨੇ ਵੀ ਸਬੂਤ ਦਿੱਤਾ ਸੀ ਕਿ ਗੁਰਾ ਮੇਰੀ ਬਰਬਾਦੀ ਦਾ ਦੂਜਾ ਨਾਂ ਹੈ, ਬਸ ਮੈਂ ਹੀ ਸਮਝ ਨਹੀਂ ਸਕਿਆ। ਸਾਲਾ ਸਨਿਚਰੀਆ, ਤੂੰ ਅੱਜ ਹੀ ਜੰਮਣਾ ਸੀ, ਕਿਸੇ ਹੋਰ ਦਿਨ ਜੰਮ ਲੈਂਦਾ ਯਾਰ। ਉੱਥੇ ਸਿਮਰਨ ਆਈ ਬੈਠੀ ਹੈ ਦਿੱਲੀ ਏਅਰਪੋਰਟ 'ਤੇ, ਪਤਾ ਨਹੀਂ ਕੀ ਬਣੂ। ਸਾਲੇ ਆਸ਼ਿਕ, ਕੀ ਜ਼ਿੰਦਗੀ ਤੁਹਾਡੀ ਹੈ, ਕੀ ਜ਼ਿੰਦਗੀ ਹੈ ਤੁਹਾਡੀ? ਆ ਦੇਖ, ਪਿਛਲੇ 12 ਸਾਲ ਤੋਂ ਸਾਲਾ ਇਸ ਕਰਕੇ ਰੋਈ ਜਾਂਦਾ ਵੀ ਇਹਨੂੰ ਗੀਤਾ ਨਹੀਂ ਮਿਲੀ, ਤੇ ਤੂੰ ਸਾਲਾ ਪਿਛਲੇ 3 ਸਾਲਾਂ ਤੋਂ ਇਸ ਕਰਕੇ ਰੋਈ ਜਾਂਦਾ ਵੀ ਤੈਨੂੰ ਸਿਮਰਨ ਮਿਲ ਗਈ। ਕੀ ਜ਼ਿੰਦਗੀ ਤੁਹਾਡੀ ਆਸ਼ਕੀਆਂ ਦੀ? ਇੱਧਰ ਮੇਰੇ ਵੱਲ ਦੇਖੋ, ਮੇਰੇ ਵੱਲ ਦੇਖੋ, ਕਿੰਨਾ ਖੁਸ਼ ਹਾਂ ਮੈਂ, ਇਕੱਲਾ ਸਿੰਗਲ ਵਨ ਐਂਡ ਓਨਲੀ ਗੁਰਾ। ਤੇ ਜੀ ਗੱਲ ਤਾਂ ਸਾਲਾ ਠੀਕ ਕਹਿ ਰਿਹਾ ਰੂੜੀ ਮਾੜਕਾ ਯਾਰ, ਸਾਲੀ ਜ਼ਿੰਦਗੀ ਤਾਂ ਆਪਣੀ ਕੁਛ ਨਹੀਂ, ਜਮਾਂ ਸੁਭਾ ਖਤਮ ਟੱਕਰ ਹੈ ਬੁੜਿਆ ਹੋਏ। ਵੀਰੇ 3 ਸਾਲ ਪਹਿਲਾਂ ਮਾਣ ਹੁੰਦਾ ਸੀ ਇਹਦੇ 'ਤੇ, 6 ਫੁੱਟ ਉੱਚਾ ਲੰਬਾ ਸੋਹਣਾ ਸੁਨੱਖਾ ਮੇਰਾ ਯਾਰ ਤੇਜੀ, ਸਾਲਿਆ ਇਸ ਦਿਨ ਲਈ ਪਾਇਆ ਸੀ ਤੈਨੂੰ ਮੈਂ, ਹੈ ਤੇ ਵੱਡਾ ਹੋ ਕੇ ਸਿਡਨੀ ਦੀ ਸਿਮਰਨ ਦੇ ਥੱਲੇ ਲੱਗ ਜਾਏ ਤੂੰ। ਗੱਲ ਤਾਂ ਯਾਰ ਗੋਰਾ ਸਹੀ ਕਹਿ ਰਿਹਾ ਬਿਲਕੁਲ, ਸਾਲੀ ਜ਼ਿੰਦਗੀ ਦਾ ਕੁਛ ਨਹੀਂ, ਆਪਣੀ ਜਮਾਂ ਸੁਭਾਅ ਹੋਈ ਪਈ ਹੈ ਮਿੱਟੀ। ਯਾਦ ਕਰ ਉਹ ਦਿਨ, ਯਾਦ ਕਰ ਜਦੋਂ ਲੋਕਾਂ ਦੇ ਬਿਆਨ 'ਚ ਜਾ ਕੇ ਰੋਟੀਆਂ ਖਾਂਦੇ ਸੀ ਆਪਾਂ, ਤਰ੍ਹਾਂ ਤਰ੍ਹਾਂ ਦੀਆਂ ਸ਼ਰਾਬਾਂ, ਮੀਟ, ਮੁਰਗੇ, ਕਿੰਨੀ ਕਿੰਨੀ ਐਸ਼ ਕਰਦੇ ਸੀ ਆਪਾਂ, ਭੁੱਲ ਗਏ ਤੁਸੀਂ? ਸਹੀ ਗੱਲ ਹੈ ਯਾਰ, ਪਿਛਲੇ 3 ਸਾਲਾਂ ਤੋਂ ਸਿਮਰਨ ਤੋਂ ਇੰਨੀਆਂ ਮਾਫੀਆ ਮੰਗ ਚੁੱਕਿਆ, ਹੁਣ ਤਾਂ ਹਨੀ ਸਿੰਘ ਮੈਨੂੰ ਮਾਫੀਆ ਮੰਡੀਰ 'ਚ ਲੈਣ ਨੂੰ ਫਿਰਦਾ ਯਾਰ। ਇੱਕ ਗੱਲ ਆ, ਹੁਣ ਸੌਂ ਖਾ ਲਓ ਮੇਰੇ ਵੀਰੇ, ਅੱਜ ਤੋਂ ਬਾਅਦ ਨਾ 9 ਕੁੜੀਆਂ ਸਿਰਫ ਐਸ਼ ਖਾਣਾ। ਸੋ ਮੈਂ ਖਾਣਾ ਯਾਰ। ਚਲੋ ਠੀਕ ਹੈ, ਮੈਨੂੰ ਵੀ ਘੈਂਟ ਜੀ ਬਾਬੇ ਦੀ ਸੌ ਹੋਰ ਦੱਸ। ਚੱਕ ਫਿਰ ਲੈ ਫਿਰ ਬੁੜਿਆ, ਹੁਣ ਸਵੇਰੇ ਕਿਸੇ ਪੈਲਸ 'ਚ ਜਾ ਕੇ ਦੇਖ ਕਿੱਥੇ ਬਲੈਤੀ ਸ਼ਰਾਬਾਂ ਚੱਲਦੀਆਂ, ਠੀਕ ਹੈ? ਉਹ ਖੜ ਜਾਓ ਸਾਲਿਆ, ਨਾ ਬੋਲ ਜੀ ਤੂੰ। ਹਾਂ ਘੈਂਟ ਹੈ। Three singles not ready to mingle. ਤੌਲੀਆ
ਆ ਪਿਆ ਓਏ ਓ ਟੋਟੋ ਏ ਓ ਅੰਕਲ ਓ ਟੋਟਾ ਗਰਮ ਪਾਣੀ ਮੁੱਕਣ ਵਾਲਾ ਸੁਣਦੇ ਓ ਵੀਰ ਤੇਰੇ ਛੋਟੇ ਵੀਰ ਨਾਲ ਅੱਜ ਉਹ ਕਾਂਡ ਹੋਇਆ ਤੈਨੂੰ ਮੈਂ ਕੀ ਸੁਣਾਵਾਂ ਕਿਉਂ ਕਿਸੇ ਨੂੰ ਤੇਰੀ ਉਮਰ ਪਤਾ ਲੱਗ ਗਈ ਦੌਰ ਫਿਟੇ ਮੂੰਹ ਗਾਲ ਕੱਢ ਲਈ ਉਮਰ ਦੀ ਗੱਲ ਨਾ ਕਰੀ ਸਾਲਾ ਹੋਇਆ ਉਮਰ ਦਾ ਓਏ ਓਏ ਉਠ ਯਾਰ ਅੱਜ ਤੇਰੇ ਸਭ ਤੋਂ ਛੋਟੇ ਵੀਰ ਨੂੰ ਦੋ ਸੋਹਣੀਆਂ ਸੋਹਣੀਆਂ ਐਕਟਿਵਾ ਤੇ ਜਾਂਦੀਆਂ ਕੁੜੀਆਂ ਨੇ ਛੇੜਿਆ ਹੁਣ ਤੇਰੇ ਵੀਰ ਨੇ ਵੀ ਸੈੱਟ ਹੋ ਜਾਣਾ ਕਿਸੇ ਦੇ ਨਾਲ ਸਾਲਿਆ ਸਮਾਜ ਸੇਵਾਲੀਆਂ ਹੋਣੀਆਂ ਤੈਨੂੰ ਤਰਸ ਦੇ ਆਧਾਰ ਤੇ ਛੇੜ ਗਈਆਂ ਹੋਣੀਆਂ ਤਰਸ ਨੂੰ ਸਾਲਿਆ ਮੈਂ ਲੈਟਰ ਤੇ ਭੀਖ ਮੰਗਦਾ ਫਿਰਦਾ ਗੱਲ ਸੁਣ ਲਓ ਤੁਸੀਂ ਦੋਨੇ ਜਾਣੇ ਦੇਖਣ ਨੂੰ ਹਜੇ ਵੀ ਤੁਹਾਡੇ ਤੋਂ 3-4 ਸਾਲ ਛੋਟਾ ਹੀ ਲੱਗਦਾ ਹੂੰ ਮੈਂ ਕਰਦੇ ਨੇ ਗੱਲਾਂ ਹਾਂ ਜੇ ਅਕਲ ਦੇ ਹਿਸਾਬ ਨਾਲ ਦੇਖੀਏ ਫਿਰ ਤਾਂ ਲੱਗਦਾ ਅੱਛਾ ਉਹ ਲੱਗਦਾ ਹੈ ਅਕਲ ਵਾਲੇ ਪਾਸੋਂ ਲੱਗਦਾ ਹੈ ਕੋਈ ਨਾ ਤੁਹਾਨੂੰ ਮੈਂ ਦੱਸ ਸਕਦਾ ਕੋਈ ਗੱਲ ਨਹੀਂ ਅਕਲ ਵਾਲੇ ਪਾਸੋਂ ਸਹੀ ਜਦੋਂ ਤੇਰੇ ਵਾਲਾ ਫੋਨ ਤੋਂ 5-7 ਗੰਦੇ ਗੰਦੇ SMS ਭੇਜੇ ਨਾ ਕਿੰਮੀ ਨੂੰ ਫਿਰ ਪਤਾ ਲੱਗੂ ਤੈਨੂੰ ਅੱਛਾ SMS ਭੇਜੇਗਾ ਗਏ ਸਮਝ ਲੈ ਕਿੰਮੀ ਨੂੰ ਮੈਂ ਕਿਹਾ ਗਏ ਖੜ ਫਿਰ ਇੱਕ ਮਿੰਟ ਆ ਦੇਖੀ ਪਟਾਕੇ ਪੈਂਦੇ ਹੁਣ ਇੱਕ ਮਿੰਟ ਖੜਤਾ ਸਹੀ ਕੋਈ ਨਾ ਅੱਜ ਫੇਸਬੁੱਕ ਤੇ ਫੋਟੋ ਪਾਈ ਜਾਊਗੀ ਪ੍ਰੀਤਮ ਸਿੰਘ ਜੀ ਆਪਣੇ ਵਾਲ ਰੰਗਦੇ ਹੋਏ ਜਿਹੜਾ ਕੁਝ ਮਰਜ਼ੀ ਤੂੰ ਕਿੰਨਾ ਸੋਹਣਾ ਲੱਗਦਾ ਵਾਲ ਰੰਗਦਾ ਹੈ ਨਾ ਪਾ ਦਿੰਦੇ ਹਾਂ ਪਾ ਦਿੰਦੇ ਹਾਂ ਰੱਖੋ ਫੋਨ ਵੀਰ ਜੀ ਗਲਤ ਫੋਨ ਤੈਨੂੰ ਮੈਂ ਕਿਹਾ ਆ ਤਾਂ ਯਾਰ ਗਲਤ ਗੱਲ ਹੈ ਹੁਣ ਭਰਾ ਹੀ ਭਰਾਵਾਂ ਦੇ MMS ਬਣਾਉਣ ਲੱਗੇ ਫਿਰ ਤਾਂ ਗਰਕ ਗਈ ਦੁਨੀਆ ਸਾਲੇ ਸਾਰਿਆਂ ਨੂੰ ਪਤਾ ਤੇਰੀ ਉਮਰ ਦਾ ਜਿੰਨੇ ਸਾਲ ਤੈਨੂੰ ਫੇਲ ਹੁੰਦੇ ਨੇ ਹੋ ਗਏ ਇੰਨੇ ਸਾਲ ਤਾਂ ਯੂਨੀਵਰਸਿਟੀ ਬਣੇ ਨੂੰ ਨਹੀਂ ਹੋਏ ਰਾਤ ਸਾਲਿਓ ਆਪੀ ਦਾਰੂ ਪੀ ਕੇ ਆਪਾਂ ਸੋਹਾਂ ਖਾਧੀਆਂ ਸੀ ਵੀ ਇੱਕ ਦੂਜੇ ਦਾ ਸਹਾਰਾ ਬਣਾਂਗੇ ਆ ਬਣ ਗਏ ਸਹਾਰਾ ਹੈਲੋ ਹਾਂਜੀ ਮੰਮਾ ਸੋ ਰਿਹਾ ਸੀ ਮੈਂ ਤਾਂ ਐਵੇਂ ਜਗਾਤਾ ਨਹੀਂ ਨਹੀਂ ਮੰਮਾ ਐਕਚੁਅਲੀ ਰਾਤੀ ਪਾਰਟੀ ਪੁੱਟੀ ਕਰਕੇ ਰਾਤੇ ਲੇਟ ਹੀ ਸੁੱਤੇ ਸੀ ਨਾ ਕੋਈ ਨਾ ਪੜ੍ਹ ਕੇ ਥੱਕ ਗਿਆ ਹੋਣਾ ਨਹੀਂ ਨਹੀਂ ਪੜ੍ਹ ਪੁੜ ਕੇ ਕਹਿੰਦਾ ਅਸੀਂ ਤਾਂ ਪਾਰਟੀ ਕਰ ਕਰ ਥੱਕੇ ਪਏ ਹਾਂ ਹੈਲੋ ਵੇਅਰ ਆਰ ਯੂ ਹੈਲੋ ਹੈਲੋ ਡੈਡ ਸਤਿ ਸ਼੍ਰੀ ਅਕਾਲ ਤੇਰੀ ਮੋਮ ਤੇ ਕਹਿ ਰਹੀ ਸੀ ਕਿ ਅੱਜ ਕੱਲ੍ਹ ਤੇਰੇ ਐਗਜ਼ਾਮ ਹੋ ਰਹੇ ਨੇ ਤੂੰ ਇਸ ਕਰਕੇ ਕਰਨੀ ਆਇਆ ਨਹੀਂ ਅਸੀਂ ਐਕਚੁਅਲੀ ਡੈਡ ਐਕਚੁਅਲੀ ਐਗਜ਼ਾਮ ਨਹੀਂ ਪਿਆਰ ਨਾਲ ਪਾਰਟੀ ਪਾਰਟੀ ਕਹਿ ਲੈਣਾ ਵੀ ਬੋਰ ਨਾ ਹੋਈ ਐਗਜ਼ਾਮਸ ਤੋਂ ਤੇ ਬਾਕੀ ਮੈਂ ਜੀ ਇੱਥੇ ਰਾਤੀ ਪ੍ਰੈਕਟੀਕਲ ਫਾਈਲ ਬਣਾਉਣ ਲੱਗ ਗਿਆ ਸੀਗਾ ਜੀ ਤੇ ਫਿਰ ਗੋਰੇ ਹੋਣਾ ਨਾਲ ਹੀ ਰੁਕ ਗਿਆ ਸੀ ਜੀ ਇੱਥੇ ਫਿਰ ਹੋਸਟਲ ਹਾਂਜੀ ਤੇ ਜੀ ਰਾਤ ਕਿੱਥੇ ਸੀ ਤੂੰ ਪ੍ਰੈਕਟੀਕਲ ਫਾਈਲ ਨਹੀਂ ਬਣਾਉਣੀ ਚਲ ਆਲ ਦਾ ਬੈਸਟ ਬੇਟੇ ਐਗਜ਼ਾਮਸ ਲਈ ਥੈਂਕਸ ਸੋ ਮਚ ਜੀ ਨਾਡਾ ਸਾਹਿਬ ਜਾ ਕੇ ਮੱਥਾ ਟੇਕ ਆਇਓ ਜੀ ਬਸ ਮੈਂ ਟੌਪ ਕਰੂੰਗਾ ਜੀ ਐਤਕੀ ਬਸ ਵੇਖਿਆ ਤੂੰ ਇਹਦਾ ਹਾਲ ਨਾਡਾ ਸਾਹਿਬ ਜਾ ਆਇਓ ਡਰਾਮੇ ਬਾਜ ਇੱਕ ਨੰਬਰ ਦਾ ਉਹ ਰੂੜੀ ਮਾਰਕਾ ਉਹ ਗੱਲ ਸੁਣੋ ਛੇਤੀ ਛੇਤੀ ਤਿਆਰ ਹੋ ਜਾਓ ਅੱਜ ਵਿਆਹ ਦੇ ਵਿੱਚ ਸਕੋਚ ਚੱਲਣੀ ਹੈ ਬੈਗ ਪੇਪਰ ਯੈਸ ਉਹ ਬੈਗ ਪੇਪਰ ਸਕੋਚ ਨਹੀਂ ਹੁੰਦੀ ਬਲੈਕ ਪੇਪਰ ਹੁੰਦੀ ਹੈ ਬਲੈਕ ਪੇਪਰ ਉਹ ਅੱਛਾ ਜੀ ਉਹ ਪੇਂਟ ਉਹ ਬਲੈਕ ਲੇਬਲ ਹੁੰਦੀ ਹੈ ਸਕੋਚ ਚੱਲ ਜਿਹੜੀ ਮਰਜ਼ੀ ਹੋਈ ਸੱਟ ਤਾਂ ਇੱਕੋ ਜਿਹੀ ਨਹੀਂ ਮਾਰਦੀ ਛੇਤੀ ਕਰੋ ਤਿਆਰ ਹੋ ਛੇਤੀ ਕਰੋ ਤੁਸੀਂ ਜਾਓ ਯਾਰ ਮੈਂ ਨਹੀਂ ਜਾਣਾ ਕੀ ਗੱਲ ਮੰਗਲਵਾਰ ਨੂੰ ਪੀਂਦਾ ਨਹੀਂ ਤੂੰ ਨਹੀਂ ਯਾਰ ਸਿਮਰਨ ਦਾ ਗੁੱਸਾ ਠੰਡਾ ਕਰਕੇ ਆਉਣਾ ਸੜੇ ਰਾਤ ਆਪਾਂ ਦਾਰੂ ਪੀ ਕੇ ਸੌਂ ਖਾਧੀ ਸੀ ਨੋ ਕੁੜੀਆਂ ਸਿਰਫ ਐਸ਼ ਹਾਂ ਸਾਲਾ ਦਾਰੂ ਪੀਤੀ ਤਾਂ ਤੂੰ ਵੀ ਕੁੱਤੇ ਨੂੰ ਡੈਡੀ ਕਿਹਾ ਸੀਗਾ ਤਾਂ ਕੁੱਤਾ ਤੇਰਾ ਡੈਡੀ ਹੋ ਗਿਆ ਸਾਲਾ ਲੱਗਿਆ ਐਸ਼ ਦਾ ਨਾ ਹੁਣ ਤੂੰ ਵੀ ਕੱਢ ਲਾ ਗੀਤਾ ਦੀ ਫੋਟੋ ਸਾਲੇ ਗੱਦਾਰ ਆ ਤੌਲੀਆ ਤਾਂ ਐ ਟੰਗਿਆ ਜਿਵੇਂ ਛੁਹਾਰਾ ਲੱਗਣਾ ਹੁੰਦਾ ਸਾਲੇ ਨੂੰ ਹੁਣ ਗੱਲਾਂ ਮਾਰ ਦੇ ਕਿਸੇ ਨਾ ਕਿਸੇ ਦਿਨ ਤਾਂ ਪੈਣਗੀ ਪੁੱਤ ਲਵ ਯੂ ਗੀਤਾ ਅੱਛਾ ਨਹੀਂ ਚੱਲ ਜ਼ਿਆਦਾ ਲਵ ਯੂ ਹਜੇ ਮੇਰੀ ਚੱਲ ਬਹੁਤ ਜ਼ਿਆਦਾ ਲਵ ਯੂ ਆਈ ਮੇਰੀ ਮੁੱਤੀ ਸਿਮਰਨ ਗਰੇਵਾਲ ਆਸਟ੍ਰੇਲੀਆ ਦੀ ਸਭ ਤੋਂ ਰਿਚੈਸਟ ਪੰਜਾਬੀ ਆਪਣਾ ਚਾਰਟਰਡ ਪਲੇਨ ਛੱਡ ਕੇ ਇੱਕ ਸਟੂਪਿਡ ਜੀ 에ਅਰਲਾਈਨ ਦੀ ਸਟੂਪਿਡ ਜੀ ਬਿਜ਼ਨਸ ਕਲਾਸ ਟ੍ਰੈਵਲ ਕਰਕੇ ਆਈ ਆ ਉਹ ਵੀ ਸਟੂਪਿਡ ਜੇ ਲੋਕਾਂ ਨਾਲ ਬੈਠ ਕੇ ਹਰ ਬਾ ਗੋਡ ਜਸਟ ਟੂ ਸੀ ਕਿ ਉਹਦਾ ਬੋਏਫ੍ਰੈਂਡ ਆਪਣੇ ਪਿੰਡੂ ਫਰੈਂਡ ਨਾਲ ਬੈਠ ਕੇ ਬਰਥਡੇ ਸੈਲੀਬ੍ਰੇਟ ਕਰ ਰਿਹਾ ਬੇਬੀ ਆਮ ਸੌਰੀ ਆ ਮੇਰੀ ਗੱਲ ਤਾਂ ਸੁਣੋ ਬੇਬੀ ਡੋਨਟ ਸੇ ਐਨੀਥਿੰਗ ਡੋਨਟ ਮੇਕ ਮੀ ਫੀਲ ਸੋ ਸਮਾਲ ਜਸਟ ਬਿਕੋਜ਼ ਆਈ ਲਵ ਯੂ ਆਈ ਲਵ ਯੂ ਟੂ ਬੇਬੀ ਐਂਡ ਯੂ ਨੋ ਦੈਟ ਮੈਂ ਤਾਂ ਇੰਨਾ ਗਿਲਟੀ ਫੀਲ ਕੀਤਾ ਮੈਂ ਰਾਤੋਂ ਰਾਤ ਦਿੱਲੀ 에ਅਰਪੋਰਟ ਵੀ ਜਾਇਆ ਬੇਬੀ ਤੁਹਾਨੂੰ ਕਿੰਨੀ ਵਾਰ ਤਾਂ ਫੋਨ ਕੀਤਾ ਤੁਹਾਡਾ ਫੋਨ ਹੀ ਸਵਿਚ ਆਫ ਸੀ ਮੇਰੇ ਤੇ ਯਕੀਨ ਨਹੀਂ ਗੁਰੇ ਨੂੰ ਪੁੱਛ ਲਾ ਗੁਰਾ ਥੈਂਕਸ ਟੂ ਗੁਰਾ ਜਿਹਦੇ ਕਰਕੇ ਮੈਨੂੰ ਪਤਾ ਤੇ ਚੱਲਿਆ ਕਿ ਆਪਣਾ ਫੋਨ ਕੱਟ ਹੋਣ ਤੋਂ ਬਾਅਦ ਤੁਹਾਡੇ ਦੋਨਾਂ ਵਿੱਚ ਗੱਲ ਕੀ ਹੋਈ ਆ ਹਾਂ ਐਂਡ 12 ਵਜੇ ਆਪਣੀ ਗੱਲ ਹੁੰਦੀ ਹੈ ਰਾਈਟ ਔਰ 12:30 ਤੇ ਗੁਰੇ ਨੇ ਫੋਟੋ ਅਪਲੋਡ ਕੀਤੀ ਹੈ ਦੇਖ ਵਾਟ ਇਜ਼ ਦਿਸ ਇਹ ਕੀ ਆ 3 ਸਿੰਗਲਸ ਨਾਟ ਰੈਡੀ ਟੂ ਮਿੰਗਲ ਇਹਦਾ ਕੀ ਮਤਲਬ ਆ ਓਏ ਮੈਂ ਥੋੜੀ ਐ ਇਹ ਤਾਂ ਅਲਫਾਜ਼ ਹੈ ਉਹ ਕੁੜੀਆਂ ਅਕਸਰ ਧੋਖਾ ਖਾ ਜਾਂਦੀਆਂ ਭਾਜੀ ਫੋਟੋ ਭਾਜੀ ਫੋਟੋ ਯੂ ਆਰ ਸੱਚ ਅ ਲਾਇਰ ਪਤਾ ਤੈਨੂੰ ਪਤਾ ਹੈ ਕਿ ਤੇਰੀ ਇਸ ਪਰਫਾਰਮੈਂਸ ਲਈ ਨਾ ਤੈਨੂੰ PTC ਅਵਾਰਡ ਤੇ ਮਿਲ ਸਕਦਾ ਲੇਕਿਨ ਮੇਰਾ ਹੱਥ ਨਹੀਂ ਬੇਬੀ ਸਿਮਰਨ ਇਜ਼ ਸੋ ਐਂਗਰੀ ਬੇਬੀ ਗੁਰੇ ਤੂੰ ਤਾਂ ਬੜੇ ਪੋਜ਼ ਮਾਰ ਮਾਰ ਕੇ ਫੋਟੋ ਖਿਚਾਉਂਦਾ ਸੀ ਹੁਣ ਸਾਲਾ ਮੇਰੇ ਤੇ ਗੁੱਸੇ ਹੋਈ ਜਾਂਦਾ ਸਾਲਾ ਗਿੱਟੇ ਪਾ ਦੂੰ ਤੇਰੇ ਖੜ ਜਾ ਖੜ ਜਾ
हट जा। सेमेस्टर दा रिजल्ट आ गया। है की बने ओए बड़े कुछ तो बोल की बने हा? निकल गया दुबारा आ नहीं हो सकता ओए। ये तो हो गया साले उदो किन्नी बारी कहा सी मेरी उदो एक नहीं सुनी हुण भुगतो आपी। मैं कहा सी किमी तो लगन ना मारो ਉਹ ਤਾਂ ਪੰਜ ਪੰਜ ਮੈਡਮ ਦਸ ਸੀਟਾਂ ਫੜਦੇ ਸੀ ਮੈਡਮ ਬਨ ਮੋਰ ਮੈਡਮ ਬਨ ਮੋਰ ਆਪਣਾ ਤੇ ਮੋਰ ਪਾਉਂਦੇ ਪਰ ਉਹ ਪਹਿਲਾਂ ਹੁਣ 12 ਸਾਲਾਂ 'ਚ ਮੈਨੂੰ ਐਂ ਲੱਗਿਆ ਸੀ ਮੈਨੂੰ ਹੁਣ ਸਹੀ ਯਾਰ ਦੋਸਤ ਮਿਲੇ ਨੇ ਜਿਹੜੇ ਮਰਦੇ ਦਮ ਤੱਕ ਇੱਕੋ ਕਲਾਸ 'ਚ ਵਾਰ ਵਾਰ ਮੇਰੇ ਨਾਲ ਫੇਲ ਹੁੰਦੇ ਰਹਿਣਗੇ ਪਰ ਸਾਲਿਓ ਤੁਸੀਂ ਤਾਂ ਗਦਾਰ ਨਿਕਲੇ ਮੇਰੀ ਕੀਤੀ ਕਿਰਾਈ ਤੇ ਪਾਤਾ ਨਾ ਪਾਣੀ ਕਰਾਤਾ ਨਾ ਪਾਸ ਮੈਨੂੰ ਮੈਨੂੰ ਸਮਝ ਨਹੀਂ ਆਉਂਦੀ ਆਪ ਸ਼ੋਕ ਸਭਾ ਕੇ ਲਈ ਹੋਈ ਹੈ ਤੁਸੀਂ ਪਾਸ ਤਾਂ ਕਰਾਤੇ ਨਾ ਮੈਂ ਹੁਣ ਜਿੰਨਾ ਕੁ ਪੜੇ ਸੀ ਉਨੇ ਕਿ ਨੰਬਰ ਆਉਣੇ ਸੀ ਨਾ ਫਿਰ ਕਿਉਂ ਅਜੇ ਟੌਪ ਨਹੀਂ ਕਰ ਸਕੇ ਵੈਸੇ ਵੀ ਨਾ ਅ ਟੌਪ ਟੂਪ ਕਰਨਾ ਕੁਛ ਨਹੀਂ ਹੁੰਦਾ ਵੈਸੇ ਮੈਂ ਤਾਂ ਸਕੂਲ ਤੋਂ ਟੌਪ ਕਰਦੀ ਆਈ ਆ ਹਾਂ ਸੱਚ ਟੌਪ ਤੋਂ ਯਾਦ ਆਇਆ ਤੂੰ ਕਰ ਲੈਣਾ ਟੌਪ ਚੱਲ ਹੁਣ ਕਰ ਮੇਰਾ ਦਿਮਾਗ ਬਹੁਤ ਗਰਮ ਹੈ ਹੋਰ ਨਾ ਕੁਝ ਸੁਣ ਲਈ ਮੇਰੇ ਤੋਂ ਆਈ ਵੱਡੀ ਟੌਪ ਕਰਨ ਵਾਲੀ ਅੱਛਾ ਮੇਰੀ ਸਕੂਟਰੀ ਤੇ ਸਟਾਰਟ ਕਰਾ ਦੇ ਗੁਰੇ ਦੇਖ ਲੈ ਮੈਂ ਤੈਨੂੰ ਬਾਸ ਕਰਾਇਆ ਪਲੀਜ਼ ਦੇਖਦਾ ਕੀ ਹੈ ਜਾ ਹੁਣ ਚੱਲ ਜਰੂਰ ਮੈਂ ਹੀ ਸਟਾਰਟ ਕਰਨੀ ਹੈ ਫਿਰ ਸਕੂਟਰੀ ਲਈ ਕਾ ਤੂੰ ਉਰੇ ਉਰੇ ਆ ਦੇਖ ਲੋ ਇੱਕ ਤਾਂ ਸਾਲੇ ਪਾਸ ਕਰਾਉਣ ਦੇ ਰਹੇ ਉੱਤੋਂ ਸਕੂਟਰੀਆਂ ਵੈਸੇ ਨਾ ਮੈਂ ਤੇਰੇ ਨਾਲ ਅੱਜ ਇੱਕ ਜ਼ਰੂਰੀ ਗੱਲ ਕਰਨੀ ਸੀ ਬੋਲ ਮੈਂ ਨਾ ਅੱਜ ਖਾਸ ਟਾਈਮ ਲਾ ਕੇ ਤਿਆਰ ਹੋ ਕੇ ਆਈ ਹਾਂ ਤੈਨੂੰ ਪਤਾ ਆ ਸੂਟ ਵੀ ਨਾ ਮੈਂ ਸਹੇਲੀ ਬੁਟੀਕ ਤੋਂ ਸਵਾਇਆ ਕੁਰੇ ਤੈਨੂੰ ਪਤਾ ਉਹਨੇ ਤਾਂ ਲੁੱਟ ਮਚਾਈ ਹੋਈ ਹੈ ਕਹਿੰਦੀ 400 ਰੁਪਏ ਦਾ ਇੱਕ ਸੂਟ ਮੈਂ ਤਾਂ ਕਹਿਤਾ ਮੈਂ ਕਿ 600 ਰੁਪਏ ਦੇ ਦੋ ਸੂਟ ਦੇਣੇ ਆ ਦੇ ਨਾ ਤਾਂ ਮੈਂ ਨਹੀਂ ਲੈਣੇ ਪਤਾ ਮੱਸਾ ਹੀ ਮੰਨੀ ਬਾਕੀ ਦੇ ਪੈਸਿਆਂ ਦੀ ਨਾ ਮੈਂ ਮੇਕਅਪ ਦੀ ਕਿੱਟ ਲੈ ਲਈ ਆ ਦੇ ਆ ਨੇਲ ਪੋਲਿਸ਼ ਵੀ ਮੈਚਿੰਗ ਮੈਚਿੰਗ ਲਗਾਈ ਹੈ ਵੈਸੇ ਮੈਨੂੰ ਪਸੰਦ ਤਾਂ ਨਹੀਂ ਇਹਦਾ ਨੇਲ ਪੋਲਿਸ਼ ਲਗਾਉਣਾ ਬਟ ਤੈਨੂੰ ਪਤਾ ਮੇਰੀ ਕਜ਼ਨ ਕਹਿੰਦੀ ਹੈ ਕਿ ਸਕੂਟਰੀ ਸਟਾਰਟ ਹੋ ਗਈ ਤੇਰੀ ਬੜੀ ਬਕਵਾਸ ਕਰਨ ਦੀ ਜ਼ਰੂਰਤ ਨਹੀਂ ਸਮਝ ਆਈ ਜੋ ਕਹਿਣਾ ਸਿੱਧਾ ਸਿੱਧਾ ਕਹਿ ਅੱਛਾ ਦਰਅਸਲ ਮੈਂ ਨਾ ਪਿਛਲੇ 5 ਸਾਲ ਤੋਂ ਤੈਨੂੰ ਇਹ ਗੱਲ ਕਹਿਣੀ ਸੀ ਮਤਲਬ ਆਪਾਂ ਦੋਨੋਂ ਇੱਕ ਦੂਜੇ ਨੂੰ ਮੇਰਾ ਮਤਲਬ ਇੱਕ ਦੂਜੇ ਨੂੰ ਆਪਾਂ ਦੋਨੋਂ ਇੱਕ ਦੂਜੇ ਨੂੰ ਪਿਆਰ ਕਰਦੇ ਹੈ ਨਾ ਪਿਆਰ ਕਰਦੇ ਹੈ ਪਾਗਲ ਹੋ ਗਈ ਤੂੰ ਦਿਮਾਗ ਸੈੱਟ ਆ ਤੇਰਾ ਤੇਰੇ ਨਾਲ ਪਿਆਰ ਕਰੂੰਗਾ ਮੈਂ ਤੇਰੇ ਨਾਲ ਗੁਰਾ ਪਿਆਰ ਕਰੂੰਗਾ ਹੈ ਪਿਛਲੇ 1 ਘੰਟੇ ਤੋਂ ਦਿਮਾਗ ਖਰਾਬ ਕੀਤਾ ਮੈਂ ਤੂੰ ਮੇਰਾ 400 ਦਾ ਸੂਟ 600 ਦਾ ਸੂਟ ਪਾਸ ਕਰਾ ਕੇ ਰੱਖਤਾ ਯਾਰ ਤੂੰ ਮੈਨੂੰ 1 ਸਾਲ ਖਰਾਬ ਕਰਤਾ ਤੂੰ ਮੇਰਾ ਕਿੰਨੀ ਕਿੰਨੀ ਐਸ ਕਰੀਜ਼ੀ ਮੈਂ ਸਾਲੇ ਆਪਣੇ ਆਫਿਸ ਤਾਂ ਸਭ ਕੁਛ ਚੱਲਦਾ ਕੁੜੀਆਂ ਨੇ ਐਂ ਨਹੀਂ ਗੱਲ ਕਰੀ ਦੀ ਹਾਂ ਮੈਨੂੰ ਪਤਾ ਕਿਵੇਂ ਕਰੀ ਦੀ ਹੈ ਬੇਬੀ ਬੇਬੀ ਕਹਿ ਕੇ ਕਰੀ ਦੀ ਹੈ ਨਾ ਸਾਲੇ ਨਾਸਾ ਭਾਂਦੂ ਤੇਰੀਆਂ ਸਾਰੇ ਕਾਲਜ ਨੂੰ ਤਾਂ ਪਤਾ ਕਿੰਨੀ ਤੈਨੂੰ ਪਿਆਰ ਕਰਦੀ ਹੈ ਪਰ ਮੈਂ ਉਹਨੂੰ ਕਦੇ ਕਿਹਾ ਮੈਂ ਕਿਹਾ ਉਹਨੂੰ ਕਦੇ ਹਰ ਗੱਲ ਕਹਿਣ ਵਾਲੀ ਨਹੀਂ ਹੁੰਦੀ ਛੋਟੇ ਤੂੰ ਬਸ ਕਰੋ ਬੜਿਆ ਬਸ ਤਾਂ ਸਾਲਿਆ ਹੁਣ ਤੇਰੀ ਹੋਊਗੀ ਕਦੇ ਕਿਸੇ ਕੁੜੀ ਦਾ ਦਿਲ ਨਹੀਂ ਦਿਖਾਈ ਦਿੰਦਾ ਲੈ ਫੜ ਚੁਲਸ ਲੈ ਯਾਰ ਬਸ ਕਰੋ ਕਿੰਮੀ ਨੂੰ ਮੈਂ ਆਪੇ ਸਾਂਭਲੂੰਗਾ ਅੱਗੇ ਯਾਰ ਪਾਸ ਹੋਣ ਦੀ ਟੈਨਸ਼ਨ ਹੋਈ ਪਈ ਹੈ ਤੂੰ ਵੀ ਸਾਲਿਆ ਤੇਰੀ ਪਾਈ ਹੋਈ ਆ ਤੇ ਨਾ ਤੂੰ ਉਹ ਤਾਂ ਨਕਲ ਮਾਰਦਾ ਨਾ ਆਪਾਂ ਪਾਸ ਹੁੰਦੇ ਪਤਾ ਕਿੰਨਾ ਪਿਆਰ ਕਰਦੀ ਤੈਨੂੰ ਤੈਨੂੰ ਬੜੀ ਫਿਕਰ ਹੈ ਫਿਰ ਇੱਕ ਕੰਮ ਕਰਦੇ ਆ ਆਪਾਂ ਬਦਲਾ ਲੈਨੇ ਆ ਆਪਸ 'ਚ ਤੂੰ ਰੱਖ ਲੈ ਕਿੰਮੀ ਮੈਨੂੰ ਦੇ ਦੇ ਆਸਟ੍ਰੇਲੀਆ ਵਾਲੀ ਮੈਂ ਚਲੇ ਜਾਣਾ ਆਸਟ੍ਰੇਲੀਆ ਤੁਹਾਡੇ ਚੱਕਰਾਂ 'ਚ ਭੁੱਲ ਹੀ ਗਿਆ ਮੈਂ ਤੁਹਾਨੂੰ ਮਨਾਉਣ ਜਾਣਾ ਸੀ ਅੱਜ ਰਗੜਿਆ ਜਾਏਗਾ ਬਹੁਤ ਬੁਰੀ ਤਰ੍ਹਾਂ ਰਗੜਿਆ ਜਾਏਗਾ ਉਹ ਜਾਣਦੇ ਓਏ ਅੱਜ ਤਾਂ ਉਹਨੂੰ ਇਹੀ ਥਾਂ ਤੇ ਬੁਲਾਇਆ ਮੰਨ ਹੀ ਜਾਓ ਵੀਰੇ ਟੈਲ ਮੀ ਫਾਸਟ ਮੈਨੂੰ ਗੁਰਦੁਆਰਾ ਸਾਹਿਬ ਕਿਉਂ ਬੁਲਾਇਆ ਹਲੋ ਡਾਰਕ ਚਾਕਲੇਟ ਤੇ ਆਪਣਾ ਮੂੰਹ ਕੜਾ ਕਰੋ ਤੁਹਾਡਾ ਤੇਜੀ ਪਾਸ ਹੋ ਗਿਆ ਪਾਸ ਉਹ ਵੀ ਤੂੰ ਯੂ ਆਰ ਕਿਡਿੰਗ ਮੀ ਓ ਯਾਰ ਮੇਰੀ ਫਿਲਮ ਹੈ ਫਿਲਮ 'ਚ ਤਾਂ ਪਾਸ ਹੋ ਹੀ ਸਕਦਾ ਹੈ ਡੋਨਟ ਟਾਕ ਟੂ ਮੀ ਸਮਝ ਆਈ ਵੈਸੇ ਵੀ ਤੂੰ ਤੇ ਸਿੰਗਲ ਹੋ ਹੈ ਨਾ ਫਿਰ ਤੂੰ ਮੈਨੂੰ ਇਹ ਸਭ ਕਿਉਂ ਦੱਸ ਰਿਹਾ ਹਾਂ ਬੇਬੀ ਤੁਹਾਡੇ ਹੁੰਦੇ ਮੈਂ ਸਿੰਗਲ ਕਿੱਦਾਂ ਹੋ ਸਕਦਾ ਬੇਬੀ ਇਹ ਨਾ ਤੂੰ
अपने ओ फ्रेंड नु जाके पूछ, सो कॉल्ड गुरप्रीत। गुरप्रीत कौन? गुरप्रीत ओ पेंडू हुन ता मैं कदों दा फेसबुक तो डिलीट करता नाले ब्लॉक करता नाले। बेबी अपने दोनों च मिसअंडरस्टैंडिंग करांदा सी, पर ओनु की पता तुसी कहणा मेरे ते कदी शक कीता है। सच्ची मुच्ची बेबी, नाले मैं ना सुख सुखी सी, जद मैं ना पास हो जाऊंगा ना, मैं ते मेरा बेबी असि दोनों जाने गुरुद्वारे मत्था टेकन जावांगे बेबी। बचपन तो ही डैड ने ना कदी भी मेनू मम्मा दी कमी नहीं महसूस होन दित्ती। मैं उन्हां दे विश दे अगेंस्ट नहीं जा सकती। इट्स टू लेट नाउ। पर आपा मैरिज करांगे ना बेबी। मैरिज तू तो फिर तक नहीं चला सकता मिस्टर तेजपाल चीमा, ते मैरिज ते बहुत बड़ी जिम्मेवारी है। तू, तेरे फ्रेंड्स, तेरी एक्सक्यूजेस, इन्हें सब चीज़ा ना लाइफ नहीं चलती, समझ आई? और वैसे भी जो तू अपने फ्रेंड्स नाल हो ना, तू तो सिमरन का फोन तक नहीं चकदा, ते एडी वड्डी जिम्मेवारी किदां चकेगा? चकूंगा ना। हाँ हाँ सीरियसली? हाँ। आर यू श्योर? हाँ। पक्का? हाँ। Oh my God, ठीक है फिर बाबा जी की सौंख है कि तू अगले महीने मेरा ब्याह करा रहे हो। सौंख खाने की लोड़ है? See, I knew it. You're such a liar. झूठा। मैं इन्ना प्यार किसी ने नहीं किया सिमरन। महीना तक ही जट दी पूरी उम्र तेरे नाम है। अले तेरे सिर दी सौंख, मेरा रब तो तू ही है ना यारा। इना अखियां नू ना रज होवे, इना अखियां नू ना रज होवे, तेनू तकियां हज होवे, तेनू तकियां हज होवे। इना अखियां नू ना रज होवे, ना अखियां नू ना रज होवे, तैनू तकियां हज होवे, तैनू तकियां हज होवे। सानू ते लगदा असीं इदां ही मर मुक जाना है, एक दिन साडियां नवजां ने रुक जाना है, जो कल होना है ओह अज होवे, जो हो कल होना है ओह अज होवे, तैनू तकियां हज होवे, तैनू तकियां हज होवे, तैनू तकियां बिल्कुल निकम्मी औलाद है गरेवाल साहब, बिल्कुल निकम्मी। ए बड़े मजाकिया ने। भाई व्याह कोई मजाक वाली गल नहीं होती, इस करके गरेवाल साहब मैं तुहानू बिल्कुल साफ साफ दस देना चाहना, ये मेरा मुंडा डक्का तोड़ के इत्थों उत्थे नहीं रख सकता। ए यूजलेस स्पॉइल्ड ब्रैट। ते ए सारा कुछ एदी मम दी वजह करके हो रहा। हाउ ट्रू, तेरे डैड तेनू किन्ना सही जानते। चीमा साहब, अजकल केड़ा जवान मुंडा अपनी गर्लफ्रेंड दे सामने अपने बाप तो बेइज्जती करवाउंदा है। इन्हें तो तुहाडे सामने अख तक नहीं चुकी। ये सब तुहाडी चंगी परवरिश का नतीजा है। सो मेरी सिमरन नू
इस तो चंगा मुंडा होर मिल ही नहीं सकता। आई गेस तेरे डैड मेरे डैड नाल मैनूं ज्यादा चंगी तरह जानदे आ। जे तुहानूं इह रिश्ता मंजूर है तो मेरी की मजाल है कि मैं इस रिश्ते नूं मना करां। तुसी मुंह मिठा करो भाई। सिमरन तो चंगी नूं तां मैनूं मिल ही नहीं सकदी सी। इह जोड़ी तां मेड इन हैवन है जी। देखो सिमरन तेजपाल, हाए ना भी किन्ने मैचिंग मैचिंग है। ज्यादा हो रहा मॉम। रहन दे, मसा मसा तां मन्नी है। अपनी उम्र है कोई व्याह करो नाल। अजे तां छोटे छोटे बच्चे हैं, न्याणे हैं, दुद्ध पीने अजे आपां। की गल्लां करदा व्याह वालियां तू, बेवकूफ किसे थां दा। सारी उम्र ऐशा कर करके नहीं लंघनी मेरे वीर, जिंदगी सीरियस भी होना पैंदा ते एक जिम्मेवारी भी चकनी पैंदी। पर छड्ड, ओते इत्थों साले 5 किलो दा डंबल नहीं चक्या जांदा, तू की जिम्मेवारी चकेगा। प्यार ते किस दा जोर नहीं चलदा वीर, ये तो बस कदी भी किसी भी पल हो जाता। जदों किसी नूं देख के दिल च खोज ही पैंदी है ना, तैनूं नहीं पता गुरे उहदा स्वाद ही वखरा। उदों तां इंज लगता है जिवें दुनिया ही रुक गई, बस इक्को ही चेहरा दिसदा। ते हर किसी दी जिंदगी च आ मौका एक बार जरूर आउंदा है। कोई ना, तू भी एक दिन याद करेगा कि तेजी सही कहिंदा सी। महसूस दिल ने रब्बा सानू भी ने एहो जहे दिन मिलने, पहला कीता नहीं सी कदे महसूस दिल ने रब्बा सानू भी ने एहो जहे दिन मिलने, पहला जिंदगी मेरी दे विच तू आई सी ओदो दुनिया मेरी तू यारा महकाई सी, तू फिक्र मुका जा सिर तो जिंदगी च आ जा फिर तो, जिंदगी च आ जा फिर तो, तू जिंदगी च आ जा फिर तो, जिंदगी च आ जा फिर तो। कदल तेरे नाल समय दी उदो मैनू अपने ही तंग हुंदे सी, तेरी सादगी ना आई नजर मैनू मेरे ते जवानी वाले रंग हुंदे, चाहुंदा सी मैं कहना चिर तो जिंदगी च आ जा फिर तो, जिंदगी च आ जा फिर तो, तू जिंदगी च आ जा फिर तो, जिंदगी च आ जा फिर तो, आ जा फिर तो। आई लव किमी लवर। साला लवदा साला, तोड़िया आशिया ने मेरा प्यार मेरे तो दूर करता। छड़ के चली गई मैनू, मेरे वाल झाकदी भी नहीं हूं। नो लुक फॉर मी कुत्ते साले। नाउ गुरा डाई, मरूंगा मैं हूं। और चढ़ा दी फिर जिप्सी मेरे उसे, मरूंगा मैं आज इतने। मेरी जिप्सी रानी है, आज तो बाद तेनू मेरा बापू चलाऊंगा बस। एक मिनट चिढ़ा दो, एक मिनट एक मिनट। आ देख, आ बस ये किमी दिख रही है, देख
ਇਹਦੇ ਚ ਵੇਖ मरन की कदी कली मर्द मैं फिर भी लूंगा ना नह च डुब के मर लूंगा बाद फिर बस इन्ने सी मजला आशक चल बैठ पिछे किमी दे पिंड चलिए ਕਿਤੇ ਤੈਨੂੰ ਵੀ ਵਿਆਹ ਦਾ ਕਾਰਡ ਹੀ ਨਾ ਆਵੇ ਮੇਰੇ ਵਾਂਗੂ ਉਹ ਵੀ ਕੋਰੀਅਰ ਰਾਹੀਂ ਊਈ ਸਾਲੇ ਅੱਧੀ ਰਾਤ ਨੂੰ ਕੁੜੀ ਦੇ ਘਰ ਜਾਓਗੇ ਯਾਰ ਗਾਟਾ ਨਾ ਲਾ ਕੇ ਬਹਿ ਜਿਓ ਅੱਜ ਤਾਂ ਸਾਰੀ ਉਮਰ ਮਰਦ ਹੀ ਰਹੇ ਨੇ ਪੁੱਤ ਨਾਲੇ ਕੱਲੇ ਕੱਲੇ ਅੰਗੇਜਮੈਂਟ ਕਰਾਉਣ ਵਾਲੇ ਚਲੋ ਬੈਠੋ ਚੱਲ ਵੀਰੇ ਆਪਾਂ ਚੱਲੀਏ ਇਹਨੂੰ ਕੀ ਪਤਾ ਲੱਗਿਆ ਦੇ ਦੁੱਖ ਕੀ ਹੁੰਦੇ ਨੇ ਰਹਿਣ ਦੋ ਯਾਰ ਉਹ ਕੱਲ ਨੂੰ ਮੰਗਣਾ ਮੇਰਾ ਯਾਰ ਇੱਕ ਦਿਨ ਤਾਂ ਠਹਿਰ ਜਾਓ ਯਾਰ ਚੱਲ ਹੱਟ ਨਾਲੇ ਦੇਖ ਲਈ ਤੇਰੀ ਯਾਰੀ ਨਾ ਕਰ ਲਈ ਜਿਹੜਾ ਅੰਗੇਜਮੈਂਟ ਉਹ ਗੱਲ ਤਾਂ ਸੁਣੋ ਯਾਰ ਕਿਵੇਂ ਕਹਿੰਦੇ ਨੇ ਲੜੀਆਂ ਕਰਾਈਆਂ ਨੇ ਅੱਜ ਮੈਨੂੰ ਲੱਗਦਾ ਜਾਂ ਤਾਂ ਇਹਨਾਂ ਦੇ ਘਰੇ ਦੀਵਾਲੀ ਆ ਜਾਂ ਫਿਰ ਕਿੰਮੀ ਦੇ ਜੌਂਟਾਂ ਕਿਤੇ ਉਹਦਾ ਵਿਆਹ ਆ ਓਏ ਦੀਵਾਲੀ ਓਏ ਸਾਲਾ ਕੋਈ ਅਨਾਰ ਬੰਬ ਨਾ ਪਟਾਕਾ ਤਾਂ ਸੁਣਦਾ ਨਹੀਂ ਉਹ ਰੱਬਾ ਬਚਾਈ ਇਹਨਾਂ ਸ਼ਰਾਬੀ ਆਸ਼ਿਕਾਂ ਤੋਂ ਮੇਰਾ ਕੱਲ੍ਹ ਸਾਲਾ ਮੰਗਣਾ ਵੀ ਹੈ ਯਾਰ ਜ਼ਿੰਦਗੀ ਚ ਆ ਜਾ ਫਿਰ ਤੋਂ ਜ਼ਿੰਦਗੀ ਚ ਆ ਜਾ ਫਿਰ ਤੋਂ ਤੂੰ ਜ਼ਿੰਦਗੀ ਚ ਆ ਜਾ ਫਿਰ ਤੋਂ ਜ਼ਿੰਦਗੀ ਚ ਆ ਜਾ ਫਿਰ ਤੋਂ ਮਰ ਜਾਣਿਆ ਤੂੰ ਇੱਥੇ ਹੀ ਕਰਦਾ ਫਿਰਦਾ ਸ਼ਰਾਬ ਨਾਲ ਰੱਜਿਆ ਮੇਰੇ ਡੈਡ ਨੇ ਦੇਖ ਲਿਆ ਨਾ ਤੈਨੂੰ ਜਾਨ ਨੂੰ ਮਾਰ ਦੇਣਗੇ ਖੜ ਜਾ ਯਾਰ ਬੁੜਿਆ ਕਿਉਂ ਦਾਰੂ ਪੀ ਕੇ ਗੰਦ ਪਾਈ ਜਾਂਦਾ ਯਾਰ ਕਰ ਲੈਣ ਦੇ ਹੁਣ ਗੱਲ ਸਾਲਾ ਗੱਲੀ ਤਾਂ ਦੇਖਣਾ ਕੋਈ ਗਲਤ ਗੱਲ ਨਾ ਕਰ ਲੈਣ ਜਾਨ ਤਾਂ ਮੇਰੀ ਤੇਰੇ ਜਾ ਮੈਂ ਤਾਂ ਤੈਨੂੰ ਦੱਸਣ ਆਇਆ ਸੀ ਕਾਲਜ ਦੇ 5 ਸਾਲ ਮੈਂ 5 ਸੂਟ ਪਾ ਕੇ ਕੱਟੇ ਕਿਉਂਕਿ ਤੇਰੇ ਪਿੱਛੇ ਘੁੰਮਦਿਆਂ ਨੇ ਸਾਰੇ ਪੈਸੇ ਪੈਟਰੋਲ 'ਚ ਫੂਕਤੇ ਤੇਰੀ ਬਰੋਕਸ ਲਾਉਣ ਲਈ ਕਲਾਸਾਂ ਲਾਉਂਦੀ ਰਹੀ ਤੇਰੀ ਫਾਈਲਾਂ ਤੇਰੀ ਅਸਾਈਨਮੈਂਟਸ ਬਣਾਉਂਦੀ ਨੂੰ ਆਨਸਰਸ ਇੰਨੇ ਕੁ ਯਾਦ ਹੋ ਗਏ ਕਿ ਮੇਰੇ 90% ਆ ਗਏ 5 ਸਾਲ ਤੇਰੇ ਮੂੰਹ ਆ ਸੁਣਨ ਲਈ ਮੈਂ ਤਰਸਦੀ ਰਹਿ ਗਈ ਸੀ ਤੇ ਅੱਜ ਮੇਰਾ ਮੰਗਣਾ ਹੋ ਗਿਆ ਪੀਨਾ ਮੈਂ ਤਾਂ ਤਾਂ ਕਿ ਗੀਤ ਨੂੰ ਭੁਲਾ ਸਕਾਂ ਉਹ ਯਾਰ ਸਾਰੀ ਦਿਹਾੜੀ ਗੀਤਾ ਗੀਤਾ ਲਾਈ ਰੱਖਦਾ ਗੀਤਾ ਹੈ ਕੌਣ ਗੀਤਾ ਅੰਕਲ ਉਹ ਆ ਕੁੜੀ ਜਦੋਂ ਮੈਂ ਯੂਨੀਵਰਸਿਟੀ ਪਹਿਲੇ ਸਾਲ ਪੜ੍ਹਦਾ ਸੀ ਨਾ ਮੇਰੇ ਨਾਲ ਪੜ੍ਹਦੀ ਸੀ ਬਸ ਉਹਦੀ ਉਹਦਾ ਵਿਆਹ ਹੋ ਗਿਆ ਨਾਲ ਦੀ ਨਾਲ ਤੇਰਾ ਛੋਟਾ ਵੀਰ ਤਬਾਹ ਹੋ ਗਿਆ ਬਸ ਮੈਂ ਤਾਂ ਆਹ ਦੇਖ ਲੈ ਜੇ ਮੈਂ ਗੀਤਾ ਨੂੰ ਬੁਲਾਉਣ ਵਾਸਤੇ ਰੱਬ ਨੇ ਕੋਈ ਫਰਿਸ਼ਤੀ ਭੇਜੀ ਹੋਵੇ ਉਹ ਖੜ ਜਾ ਓਏ ਬੜਾ ਮਰ ਸਕਦਾ ਯਾਰ ਖੜ ਜਾ ਯਾਰ ਕੁੱਟ ਪਾਏਗਾ ਯਾਰ ਤਾਂ ਸੁਣੋ ਮੇਰੀ ਸਤਿ ਸ਼੍ਰੀ ਅਕਾਲ ਜੀ ਅਸੀਂ ਇੱਥੇ ਕੁੜੀ ਚੱਕਣ ਆਏ ਹਾਂ ਤੁਸੀਂ ਨਾਲ ਚੱਲੋਗੇ ਨਾਲੇ ਵਿਆਹ ਨਾਲੇ ਹਨੀਮੂਨ ਮਰਨ ਦੀ ਲੋੜ ਨਹੀਂ
रब दी सुनो, एक दिन भी यह जहा नहीं लंघे जो तेन याद नहीं किया। मैं आंसर तो याद होंगे नहीं तेरे तो। तू हैगी तो सी दुकान। हाय मैं मर गई, मेरे जीजा जी सामने। कोई ना नारी लाइट लगा कोना नू जा। जीजा जी क्या कर दे? जीजा जी आ देखो, आ की केंद्र पे केंद्र तेरे वर्गीय सोनिया कुड़िया नू से चक्कर ना आया। जीजा जी लाओ इधर जुत्ती। मेरे घर तो ना तो मेरे घर। सॉरी भाई, सॉरी भाई, छोड़ दो भाई, शराबी भाई, सॉरी भाई, शराबी भाई, छोड़ दो भाई। आ की सापा पे गया। मैंने तेरे लिए चीज लिया सी गा। कार्ड पहले प्यार दी निशानी देख रहा ना। गलत सुन, मेरी बात आप तो हाथ बड़ी आंधी हो। समझे भाई कौन सी के जेड़े मेरी कुड़ी का ब्याह खराब कर रहे सी? अंकल जी तीन मुंडे सी, पता नहीं कौन सी। लाल हो जाट ना लिया रही। हैप्पी दिवाली। साले मंगनी तड़ाती सी मेरी, आ ठरकी बुड़ा साठ टेकदा नहीं। मारो साले कांते बड़ी अग लगी सी तेनू, गल भी नहीं करन दित्ती तू मेनू ओदे नाल। साले किमी दा मंगड़ा हो गया, जे ओदा ब्याह किते होर हो गया तेनू बड्डू मैं। साले मेरी गल तो सुन ले यार, मेरे गुड़े स्कीम है की है। चुप करके दोवें जाने मेरे घर चलो, उथे ही बह जियो। मैं नहीं जांदा, मेरी मंगनी तो बाद सोचेंगे की करना है। मैं नहीं जांदा। तू तो भज्जा जाएगा साल्या। गल सुनो, मैं कितने नहीं जाना, तुसी मैनू होस्टल छड़ दो। जे नहीं छड़ सकदे साले मैं ऑटो लेके चले जाना। ओ तू मानिया यार, इत्थे दस के तू अपर धार लेने, तू जाओ जा भज्जे तो। तो जा यार भज्जे, मेरे आपे आऊगा तो की करदा तू। चल हुण साले लेके तो मैं भज्जे तो आपे आऊगा। चल अज तेरे सहरे नूं लैणा मैं लत्तां थले। क्यों ताला सवेर दा चार बारी कह हटे गां तू मुंडे दा चाचा लगदा। अ चुप कर, ऐ टकै रहा गोरा किथे। मैनूं की पता, सवेर दा केर ही फोन करी जांदा उहनूं, फोन ही बंद पिया उहदा। सब नॉर्मल ते है ना? कुछ नॉर्मल नहीं है कली। डैड। नथिंग नॉर्मल। सब खत्म हो गया फिरे। खत्म हो गया सब कुछ। दी एंड हो गया। अरे किसी ने प्याला कुरियर बनाया यार। ओए प्याला। ओए। ओए। डिक्स कुरियर। तू सुधर जा। वो आ जान दे कुरियर। कुरियर तू इधर आ। वो आता सही। डैड। उस दिन जी मैं गुरे नू मार दिंदा, शायद अज मैं इन्ना औखा ना हुंदा। पर की करदा, अकल ते यारी दा पर्दा पिया होया सी। एंगेजमेंट तो बाद मैं बहाना मार के गुरे कोल चला गया। आशिका नु तां मौत भी नहीं आउंदी बिरे। और देख लो ओदे प्यार दा काड़ा गया, देख ले। मैनू धक्का दे दो इस नहर च, मेरे सिर दा कोई चल मार, चल मार, चल, कोई नहीं रोकदा तैनू, आ जा। मैनू छोटा प्यार रोकदे वीरे, किमी दा प्यार रोकदे मैनू। ओदे 60 रुपए का कुरियर कीते मेरी किमी ने, 60 रुपए का कुरियर। फेडएक्स
यार परसों का ब्याह है यार मॉरिशस तू मेरे ले जा यार मॉरिशस नहीं तो मैं नर्स तक मार दे मैं तो नर्स तक मैं मर जाऊंगा तो नहीं यार रस्ते ची बेबी तेरे नाल भी तो यही हुई सी कुरियर तेनू आया सी ना कार्ड ब्याह लाया सी मैनू ए नहीं साली समझ आउंदी रब ने बंदा क्यों बनाया यार जे साला बंदा बनाई दिता पर तेरा दिल क्यों लाया जे साला दिल ही दिता पर दर्द कहनू देना दिता कि मेरे अपन तो ना मरना चाहिए यार अपन तो दोनों को मरना चाहिए अच्छा चल आप गड्डी चाल मार दे चल चल चुप करे लग गया कोरियर दा चल गड्डी च साला गंद पाया मारू बोतल दा जा लेन दे साला ओ आ जा हुण अपने जाची आई हो भी ओ चलो यार कुड़ियां छिड़ जाने उत्थे आके भी वैसे भला होवे तेरा अंकल तू मैनू मॉरिशस दिखाता यार की गल इन्हें तेन अखा दान कीतिया ने ओ तू चुप नहीं रह सकता यार मैं तेरा एहसान किवें लाऊंगा मेरे वीर महाराज एहसान लाउण दी लोड़ नहीं इंडिया जाके एक एहसान करियो मेरे ते अमन उस शकल ना खायो अपनी व्याह हो लैण दियो मेरे सुखी सांदी ते मैं भी इत्थे व्याह ही करवाउणा आ मैं कड़ा हनीमून ते आया यार शाबाश मेरे दोस्तो शाबाश साले अपने ब्याहां दी फिक्र है मेरी किसे नूं चिंता ही नहीं वैसे बुढ़िया बुढ़िया नूं साले मैं दंदा दा सैटल वाया वैसे गुस्सा ना करी तेरी उम्र होगी हुण चिंता करन वाली आहो उम्र दींदी है मेरे वास्ते कोई चज दी कुड़ी नहीं दींदी साले मैं इकलौता थोड़ा सका पर्सनल इन्ना सोहना सनका यार तुसी मेरे वास्ते कुड़ी नहीं लभ सकदे ए तां जिउंदी रहे गीता गीता जे तू ना हुंदी चल यार मैं तां रह गया सी ना बस अटैची सांभ लै अपनी अटैची ते जी दिलों कहना यार तेरा बहुत 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 थैंक यू यार चल यार बस बस ये अगले हफ्ते रिलीज होने वाली है देखिया पहचान लग नहीं 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 वो आपकी फोटो गिर गई थी पीछे आपकी गर्लफ्रेंड की है हाँ जी ना 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 कजन है मेरी नहीं मेरे फ्रेंड्स दी तेरा सर मिलिट्री रिटायर्ड है जी बस वेले टाइम दुआवां करी दी ने इस करके नाल चक्की फिरदे जी नाल टाइम पास हो जांदा जी बस ओके थैंक यू बाय नहीं नहीं थैंक यू वाली केड़ी गल है जी आपने इतना अच्छा काम किया देखो इतने पुण वाला काम किया एक कप कॉफी का तो बनते है ना अब बकेट बुला जा कौन आ गया ओए साला गेंडा जी कौन है वैसे गिरगट तो भी छेती रंग बदलता तो बुढ़िया बड़ा शिकारिया बुढ़िया सज्जन फिर कजन साले जे हुण सोहनी कुड़ी मेरे पट्टे ते चढ़ लगी है तुहाडे पता नहीं क्यों सूला चुभदियां ने चल आ जा यार हुण तां बस वीरे हुण तां दिल ते बस लिख लिया तेरा नाम चांदनी ओ यस चांदनी ओ चांदनी यस तेनू ना किदा पता नाल बॉडी पास खिंच ले तेरे वीर ने आ दिख लै ओ परा हो ਮੈਲਾ ਨਾ ਕਰੜਾ ਨਾਲ ਦੇ ਤੁਰੇ ਫਿਰਦਾ ਸੀ ਉਹਦਾ ਘਰ ਵਾਲਾ ਘਰ ਵਾਲਾ ਨਹੀਂ ਘਰ ਦਾ ਨੌਕਰ ਸੀ ਤੈਨੂੰ ਕਿਵੇਂ ਪਤਾ ਰੱਬ ਨੇ ਇਹਦੇ ਮੂੰਹ ਤੇ ਲਿਖਿਆ ਹੁੰਦਾ ਹੈ ਨੌਕਰ ਐਨ ਯੂ ਕੇ ਈ ਆਰ ਫਿਰ ਬਜ਼ੁਰਗੋ ਆਪਾਂ ਚੱਲੀਏ ਤੁਹਾਡੇ ਵਾਸਤੇ ਵੀਲ ਚੇਅਰ ਵੀ ਲੈਣੀ ਹੈ ਆ ਜਾਓ ਚੱਲ ਚੱਲ ਰੋਕੀ ਹੈਲੋ 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 ਓ ਰੋਕੇ ਰੋਕੇ ਰੋਕ ਲੈ ਯਾਰ ਚੱਲ ਚੱਲ ਭੱਜ ਕੇ ਭੱਜ ਕੇ ਭੱਜ ਉਹ ਥੋੜੀ ਓਏ ਹੈ ਸਮੁੰਦਰ ਹੈ ਨਜ਼ਾਰਾ ਆ ਗਿਆ ਬਾਈ ਅੱਛਾ ਵੀਰ ਐਂ ਕਰ ਵਧੀਆ ਰੇੜੀ ਦੇਖ ਕੇ ਨਾ ਉੱਥੇ ਗੱਡੀ ਰੋਕ ਲੈ ਦੋ ਕਿਲੋ ਅੰਬ ਲੈ ਲੈ ਬਸ ਅੱਜ ਤੇਰਾ ਵੀਰ ਸਮੁੰਦਰ ਦੇ ਲੱਤਾਂ ਡਬੋ ਡਬੋ ਕੇ ਅੰਬ ਚੁੱਪ ਕਰਨ ਨਜ਼ਾਰਾ ਆ ਗਿਆ ਵੀਰ ਯੈਸ ਤੂੰ ਨਾ ਬਾਲੀਆਂ ਜੱਬੜੀਆਂ ਨਾ ਮਾਰਿਆ ਕਰ ਤੈਨੂੰ ਮੈਂ ਦੱਸਾਂ ਕੀ ਗੱਲ ਪਸੰਦ ਨਹੀਂ ਨਹੀਂ ਅੱਜ ਮੈਨੂੰ ਤੂੰ ਵੀ ਪਸੰਦ ਨਹੀਂ ਇੰਡੀਆ ਸੇ ਆਏ ਲੱਗਦੇ ਹੋ ਸਾਹਿਬ ਜੀ ਨਹੀਂ
नागालैंड तो आया गिली, 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 हम भी इंडिया से आए हुए हैं यार। एक सरदार हमको भी यहाँ फिल्म का झांसा देके ले आया, 2 लाख रुपए ऐंठ के भाग गया। ओ सरदार दिया गल्ला ते कानून जड़ सी शीशे जब दी शक्ल ही देख लेंदा। शक्ल मेरी घरवाली कहती है मैं इमरान हाशमी जैसा लगता हूँ। ले फिर तो इमरान हाशमी ने भी लिखा होगा। बकवास ना कर, देख के गड्डी चला। देख के ही चला रहा हूँ, मेरे वाले उधर देख के चला। अच्छा सीधे देख के चला रहा हूँ। सानू गड्डी जी चलाया कितने, सानू गड्डी होना चला दी सीधा देख। कमाल कर जाना है यार वीरे, आप एक होटल जाना बीच में एक ढाबा आता है की गलता होना हो। अरे बहुत स्वाद खाना है, उंगलियां चाटते रह जाओगे। वो स्वाद नु कहा उसे मलका शराब तड़का लाउंदी है, तू माल करी जांदी है। अच्छा एक बात सुन यार, तू सीधी तरह जे बता, तू चांदनी को जानता है? कौन चांदनी? वो चांदनी मेरी गर्लफ्रेंड। और दस की मैं शबाश की फिल्म की गल कर रहा हूँ। He hung up on Simran? Hurry up! Hurry up with it! Sorry, buddy. Sorry, buddy. ऐत की तो मैं दे लाया, अगली बारी आप अपने मिलने गया। चल गाड़ी चला। Okay, buddy. एक मिनट भाई। Having first कुत्ते खानी in Mauritius. आहो। ओए तुसी अंदर चलो, मैं इनू सुनया फोन कर देनु, इने कोई जरूर स्कीम लाई है। साला कते भज ने आवे, तुसी निकलो। मैं चल ले, मैनू पता तो क्यों रुकना। ओ नहीं यार समझया करो, तू चल यार, तुसी निकलो मैं इत्थे खड़ा। आ होटल सही ओए, एड्रेस तो ही लिखया सी यार। नाली गल सुन लो ओए, छेत छेते मुद्दे दी गल करी, तेरे ब्याह चक्कर च मेरा वैन टुट जे। तैनू साले अपने ब्याह दी पई है, मैनू रूम 511 लभण दे यार। ए ना होवे किमी दा बुढ़ा ही आ जे किते। एक मिनट, कौन हो तुसी? असी अंकल जी ब्याह तड़ाउण वाले। की तड़ाउण वाले? नहीं जी, ब्याह कराउण वाले है जी। ओ ब्याह सी ना जी अपना, एदी भैण दा, ओ इसदा जी होटल बुक कराउण आए सी जी। ओरे कोई लोड नहीं पंगा लैण दी। ओए मैं तां फस गया अपने रिश्तेदारां नूं इत्थे लिया के, मेरी धी दा ब्याह है ना। बड़ा टाइम लाता सालिआं ने, यार तां मिलदी रहिंदे ने पर प्यार बड़ी मुश्किल नाल मिलदा है। फिर देखता की है प्रीतमा, पाया टुट के आ गया चांदनी। कहता कहता थाली सिस्टम ला दो, फिर कहता डीजे लवा दो, फिर कहता पंडाल लवा दो, फिर कहता इन्ना सोना पा दो, फिर कहता इन्नी गड्डी दे दो, आ दे दो, आ दे दो, एक चीज देती होर सड़ा। मैं ते सड़े किधर भज गए दोनों? चल किसी होर नू फड़ दा, होर नू सुनाऊंगा। किमी तेनू मरण की कोई लोड़ नहीं। ਫਿੱਟੇ ਮੂੰਹ ਮੈਂ ਤਾਂ ਚੁੰਨੀ ਸੈੱਟ ਕਰਦੀ ਸੀ। ਤੂੰ ਮੇਰੇ ਪਿੱਛੇ ਇੱਥੋਂ ਤੱਕ ਆ ਗਿਆ? ਹਾਏ ਮੈਂ ਮਰ ਗਈ। ਤੈਨੂੰ ਕਿਹਾ ਨਾ ਮਰਨ ਦੀ ਕੋਈ ਲੋੜ ਨਹੀਂ। ਹਾਏ ਹਾਏ। ਅੱਛਾ ਅੱਛਾ ਤੁਸੀਂ ਦੋਨੋਂ ਆਇਓ ਮੇਰਾ ਵਿਆਹ ਅਟੈਂਡ ਕਰਨ। ਅਟੈਂਡ ਕਰਨੀ ਤੜੋਣ? ਹਾਏ ਮੈਂ ਮਰ ਗਈ। ਤੈਨੂੰ ਮੈਂ 10 ਵਾਰੀ ਕਹਤਾ ਮਰਨ ਦੀ ਕੋਈ ਲੋੜ ਨਹੀਂ ਪਾਗਲ ਜੀ। ਪਰ ਮਰਨ ਵਾਲੀਆਂ ਗੱਲਾਂ ਤੇ ਤੂੰ ਆਪ ਕਰ ਰਿਹਾ। ਗੁਰੇ ਮੇਰਾ ਮੰਗੇਤਰ ਬਹੁਤ ਹੀ ਖਤਰਨਾਕ ਬੰਦਾ ਹੈ। ਨਾ ਖਤਰਨਾਕ ਨੂੰ, ਸੜਾ ਛਾਤੀ ਤੇ ਟਿਊਬਾਂ ਫੋੜਦਾ। He is Prince of ਗਿੱਦੜ ਬਾਹਾ। ਉਹ ਹੀ ਸਾਨੂੰ ਇੱਥੇ ਵਿਆਹ ਲਈ ਲੈ ਕੇ ਆਇਆ ਹੈ। ਕੱਲ ਨੂੰ ਮੇਰੀ ਬਰਾਤ ਹੈ। ਗੁਰੇ ਤੂੰ ਵੀ ਨਾ ਪੁੱਠੇ ਟਾਈਮ ਤੇ ਜੰਮਿਆ ਸੀਗਾ। ਤੂੰ ਵੀ ਉਸ ਟਾਈਮ ਤੇ ਪਹੁੰਚਦਾ ਜਦੋਂ ਕੋਈ ਟਾਈਮ ਹੀ ਨਹੀਂ ਹੁੰਦਾ। ਮੈਂ ਦੇਖ ਲੂੰਗਾ ਤੇਰੇ ਉਹ ਪ੍ਰਿੰਸ ਆਫ ਗਿੱਦੜ ਬਾਹੇ ਨੂੰ। ਹੈ ਤਾਂ ਉਹ ਗਿੱਦੜੀ ਹੈ ਨਾ, ਮੈਂ ਸ਼ੇਰ ਹਾਂ ਨਾ। ਹੁਣ ਤੇਰਾ ਪ੍ਰਿੰਸ ਆਫ ਗਿੱਦੜ ਬਾਹਾ ਕਿਤੇ ਰੋਸ਼ਨ ਪ੍ਰਿੰਸ ਤੋਂ ਵੀ ਵੱਡਾ। हां वैसे हाइट विच तो ज्यादा फर्क नहीं है, पर ओने ना बड़े खतरनाक बंदे रखे हुए है। ले मेरे नाल भी है का खतरनाक बंदा आ देख।
ओफो यू इडियट, ओ बहुत ही खतरनाक है। कल जब मैं पार्लर गई सी ना उते फेशियल करान। हां सच, तेनु पता उते फेशियल किन्ने दा करे? किन्ने दा? 3000 रुपए। बेसिक वाला फेशियल। तो मैं ते अपनी कजन नु कहता चढ़ पर इत्थे की फेशियल कराना, घरे जाके मैं आप फेशियल कर लूंगी। मैं जब निकलन लगी ना, पता है पार्लर वाले ने की किता? की किता? ओने मेनू लॉरियल दी मेकअप किट फ्री देती। तिमी, आई गेस तू ए दस रही सी तेरा होन वाला मगेतर किन्ना खतरनाक है। हाँ सच, मैं भी कमली हाँ। जब मैं पार्लर गई सी उन्हें मेरे नाल चार चार बॉडीगार्ड भेजे। तू छोड़ना चार बॉडीगार्ड्स नू। तू मैनू गल्ला सुना होर, जब तू गल्ला कर दिया ना मेरा दिल करता मैं सुनी जावा सुनी जावा सुनी जावा जानू। ओके, तेनु पता है जब मैं उठे गई सी ना, असी इत्थे तेरियां गल्लां सुन नहीं आए। नहीं सुन आए, असी इत्थे तेरा ब्याह तराउण आए आ। किवें तराउणा सानू पता, तू बस ए दस किथे मिलू तेरा प्रिंस ऑफ गिद्दड़ बाहा। प्रिंस ऑफ गिद्दड़ बाहा। प्रिंस ऑफ गिद्दड़वाहा, प्रिंस ऑफ गिद्दड़वाहा। मैं सड़े शेर सड़े जड़ा वाहवा कर रहे हो, मैं तो ये कह रहा सीगा प्रिंस ऑफ गिद्दड़वाहा किंग डॉन, डॉन नंबर वन, जड़ा कत्ल करता है विदाउट गन। मैंने लगता डॉन नू मिर्गी का दौरा पै गया। तुसी भी हसो सारे हसो। ओ तू भी कंजरा कदे हस लिया कर, हस। ओ साला तू ही कुतकुताड़ियां करके हसा दे, इन्ने ने गला तो मैनू हस आउंदा नहीं। ओहो अप्पा, इन्ना जोर दी ना हसो, दम कली लगवाई सी बड़क के बाहर दिख जाएंगे। पर मैं तो मुंह बंद करके हस रहा सीगा। हाँ तो मैं कह रहा सीगा कि प्रिंस ऑफ गिद्दड़वाहा मॉरिशियस में आया है ब्याह करवाने वास्ते। कोल है बेशुमार कीमती एक चीज जड़ी लाल रंग दे डब्बे दे विच बंद है। केड़े रंग दे डब्बे विच? आ थोड़े कोट रंग दे डब्बे च। हाँ कोट लाल ही है। हाँ लाल रंग दा जड़ा ओ डब्बा है, जड़ा ओनू ल्याएगा मेरे पास, ओनू मुंह से बोला हुआ इनाम दूंगा, मुंह से बोला हुआ। मैं लेके आऊंगा, मैं लेके आऊंगा, मैं लेके आऊंगा। शाबाश, जान तो पहला मैं तो आशीर्वाद ले ले। कड़छू कड़ाच कड़कड़ कड़छम। ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਡੌਨ ਸਾਹਿਬ ਨੇ ਆਸ਼ੀਰਵਾਦ ਦਿੱਤਾ ਜਾਂ ਹੱਥ ਔਲਾ ਕੀਤਾ। ਲੱਗਦਾ ਹੱਥ ਹੀ ਔਲਾ ਕੀਤਾ। ਜਾਓ ਸਾਰੇ ਸਾਰੇ ਜਾਓ, ਛੇਤੀ ਛੇਤੀ ਜਾਓ, ਪੋ ਸਾਰੇ ਪੋ। ਖੜ ਜਾ, ਜਵਾਈ ਭਾਈ ਦੀ ਇੱਜ਼ਤ ਬਹੁਤ ਕਰਦੇ ਨੇ। ਅੱਛਾ ਜੀ। ਅਯਯੋ ਅੱਪਾ, ਅਯਯੋ ਅੱਪਾ, ਐਸਾ ਸਭ ਮਤ ਕਰੋ ਜੀ, ਸਮਝੇ ਤੂੰ? ਗੁਰੂ ਜੀ ਬੋਲਿਆ ਨੋ ਕਿਡਨੈਪਿੰਗ, ਨੋ ਮਰਡਰ, ਨੋ ਬਦਮਾਸ਼ੀ, ਨੋ ਗਲਾਸੀ, 15 ਦਿਨ ਲਿਆ। ਅਯਯੋ ਕੁੱਤ ਵੇਲੇ ਕੰਡਾ, ਕੁੱਤ ਵੇਲੇ ਕੰਡਾ। ਡੌਨ ਸਾਹਿਬ ਤੁਸੀਂ ਕਿਉਂ ਕਹਿੰਦੇ ਹੋ ਇਹਨਾਂ ਨੂੰ ਕੁਛ? ਉਹ ਸਾਲੇ ਮੈਨੂੰ ਥੋੜੀ ਕਹਿ ਰਹੀ ਹੈ, ਇਹ ਤਾਂ ਤੁਹਾਨੂੰ ਕੁੱਤਾ ਤੇ ਬਿੱਲਾ ਕਹਿ ਰਹੀ ਹੈ, ਇੱਕ ਕੁੱਤਾ ਇੱਕ ਬਿੱਲਾ। ਅਯਯੋ ਬਿੰਨੂ ਇੱਥੇ ਕੀ ਕੱਢਾ, ਗੋ ਫੋ ਕੁੱਤੇ ਨੂੰ ਪਾਰਟੀ ਕਰਾ। ਆਪੇ ਕਰ ਲੂ ਜੀ ਕਿਤੀੜ, ਮੈਂ ਕਿਹੜਾ ਸੀਟੀ ਮਾਰਨੀ ਹੈ ਉਹਨੂੰ। ਅਯਯੋ ਗੁਰਦੇਵ, ਓਏ ਪਾਪਾ ਜੀ ਕਹਿੰਦੇ ਹੁੰਦੇ ਸੀਗੇ ਗੱਡੀ 'ਚ ਪੈਟਰੋਲ ਤੇ ਜ਼ੁਬਾਨ ਤੇ ਕੰਟਰੋਲ, ਜਿੰਨਾ ਰੱਖ ਸਕੋ ਰੱਖੋ, ਇੱਕ ਤਾਈ ਦੇ ਪਿਓ ਨੇ ਇਹ। ਉਹ ਮੁੱਛੜ ਜਾ, ਮੈਨੂੰ ਜਾਦੂਗਰ ਰਾਕਾ ਤੋਂ ਕਿੰਗ ਡੌਨ ਬਣਾਤਾ।
ਤੇ ਦੂਜੇ ਮਦਰਾਸ ਨਾਲ ਵਿਆਹ ਕਰਾਤਾ ਮਦਰਾਸੀਆਂ ਦੀ ਦੇਤੀ ਫੌਜ ਮੇਰੀ ਤਾਂ ਲੱਗੀ ਮੌਜ ਹੁਣ ਇਹ ਜੋ ਬੋਲਦੀ ਹੈ ਆਪਣੇ ਤਾਂ ਕੁਛ ਨਹੀਂ ਪੈਂਦਾ ਪੱਲੇ ਬਸ ਕਿੰਗ ਡੌਨ ਦੀ ਹੋ ਗਈ ਬੱਲੇ ਬੱਲੇ ਹੋ ਗਈ ਤੇਰੀ ਬੱਲੇ ਬੱਲੇ ਹੋ ਜਾਏਗੀ ਬੱਲੇ ਬੱਲੇ ਕਿੰਗ ਡੌਨ ਦੀ ਬੱਲੇ ਬੱਲੇ ਕੋਈ ਮੇਰੀ ਗੱਲ ਨਹੀਂ ਸੁਣਦਾ ਝਾੜੂ ਮੇਰਾ ਝਾੜੂ ਕਿੱਥੇ ਹੈ ਪਜਲਾ ਪਜਲਾ ਝਾੜੂ ਆਪਣੇ ਤੇ ਫਿਰੂ ਪਜਲਾ ਮੇਰਾ ਝਾੜੂ ਝਾੜੂ ਕਿੱਥੇ ਝਾੜੂ ਝਾੜੂ ਕਿੱਥੇ ਝਾੜੂ ਝਾੜੂ ਕਿੱਥੇ ਹੁਣ ਡੌਨ ਬਣਨ ਦੀ ਵਾਰੀ ਮੇਰੀ ਹੈ ਆਈ ਲਵ ਯੂ ਚਾਂਦਨੀ ਪ੍ਰਿੰਸ ਆਫ ਗਿੱਦੜਬਾਹਾ ਹੁਣ ਤੇਰੀ ਖੈਰ ਨਹੀਂ ਚੱਲ ਬਈ ਸਮਾਨ ਬਾਰ ਕੀ ਕਰਦਾ ਅਸਲਾ ਪ੍ਰੀਤਮ ਕਿੱਥੇ ਗਿਆ ਹੋਏ ਤੂੰ ਛੱਡ ਗੋਲੀ ਮਾਰਨ ਨੂੰ ਆਪਾਂ ਲੱਭਦੇ ਹਾਂ ਪ੍ਰਿੰਸ ਆਫ ਗਿੱਦੜਬਾਹਾ ਆ ਜਾ ਮੈਨੂੰ ਲੱਗਦਾ ਇਹਨਾਂ ਦੋਨਾਂ ਚੋਂ ਹੈ ਕੋਈ ਪ੍ਰਿੰਸ ਜੇ ਕਿਤੇ ਕੱਲ੍ਹ ਹੀ ਪਤਾ ਲੱਗ ਜਾਂਦਾ ਤਾਂ ਏਅਰਪੋਰਟ 'ਤੇ ਇਹਨਾਂ ਤੋਂ ਡੱਬਾ ਖੋ ਕੇ ਡੌਨ ਨੂੰ ਦੇ ਦੇਣਾ ਸੀ ਹੁਣ ਤੱਕ ਤਾਂ ਚਾਂਦਨੀ ਨਾਲ ਲਾਵਾਂ ਫੇਰੇ ਵੀ ਹੋਏ ਹੋਣੇ ਸੀ ਕਰੀਏ ਵੀਰੇ ਚੱਲ ਉੱਥੇ ਚੱਲਦੇ ਯਾਰ ਉਹ ਕਿੱਥੇ ਗਿਆ ਯਾਰ ਤੇਰਾ ਲਿਬੜਿਆ ਜਿਹਾ ਪ੍ਰਿੰਸ ਲੈ ਦੱਸ ਕਿਵੇਂ ਦਾ ਪ੍ਰਿੰਸ ਲਿਬੜਿਆ ਥੋੜ੍ਹੀ ਹੋਊਗਾ ਉਹ ਤਾਂ ਕੋਈ ਸੋਹਣਾ ਸੁਨੱਖਾ ਉੱਚਾ ਲੰਬਾ ਘੈਂਟ ਜਿਹਾ ਗੱਭਰੂ ਹੋਊਗਾ ਪਰ ਮੇਰੇ ਤੋਂ ਥੋੜ੍ਹਾ ਜਿਹਾ ਘੱਟ ਰੱਬਾ ਭੇਜ ਦੇ ਕਿਤੋਂ ਲਾਲ ਡੱਬਾ ਇੰਨੀ ਛੇਤੀ ਇੱਥੇ ਤਾਂ ਮੈਂ ਸਿੱਧੀ ਚਾਂਦਨੀ ਮੰਗ ਲੈਂਦਾ ਬਣ ਗਈ ਗੱਲ ਕਰ ਸ਼ੂ ਕੜਾ ਸੀ ਕਰ 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 ਸ਼ੂ ਉਹ ਗਿੱਦੜ ਚੱਲ ਉੱਠ ਤੋਂ ਚੱਲ ਵਾਪਸ ਇੰਡੀਆ ਤੂੰ ਜਾਣਦਾ ਨਹੀਂ ਅਸੀਂ ਕੌਣ ਆ ਸਾਲਿਆ ਮੋਰੀਸ਼ੀਅਸ ਦਾ ਡੌਨ ਇੱਥੋਂ ਦਾ ਸਾਰਾ ਮਾਫੀਆ ਸਾਡੇ ਕੰਟਰੋਲ ਦੇ ਅੰਡਰ ਹੈ ਇੱਦਾਂ ਤੇਰੇ 'ਤੇ ਤਰਸ ਖਾ ਕੇ ਤੈਨੂੰ ਛੱਡਤਾ ਸਾਡਾ ਪੰਜਾਬੀ ਭਰਾ ਸੀ ਤੂੰ ਚੱਲ ਬਾਲਾ ਲਾਡ ਨਾ ਕਰ ਚੁੱਪ ਕਰਕੇ ਟਿਕਟ ਕਟਾ ਤੇ ਤੁਰਦਾ ਬਣ ਤੈਨੂੰ ਸਾਡੀ ਪਾਵਰ ਦਾ ਨਹੀਂ ਪਤਾ ਇੱਥੇ ਬੈਠੇ ਬੈਠੇ ਨਾ ਬਿਲਡਿੰਗਾਂ 'ਚ ਜਹਾਜ਼ ਵੜ ਦਿੱਤੇ ਅਸੀਂ ਹਾਂ ਮੁੜ ਕੇ ਮੋਰੀਸ਼ੀਅਸ ਵੱਲ ਮੂੰਹ ਨਾ ਕਰੀ ਤਾਂ ਤੁਰਦਾ ਬਣ ਖੜ ਜਾ ਕਿਵੇਂ ਹੋ ਗਿਆ ਹਾਂਜੀ ਡੈਡ ਤੇਰੀ ਸਹੇਲੀ ਗੁਰਪ੍ਰੀਤ ਦਾ ਫੋਨ ਆ ਰਿਹਾ ਗੱਲ ਕਰਨੀ ਹੈ ਕੱਟ ਦਾ ਹਾਂਜੀ ਡੈਡ ਕਰਨੀ ਹੈ ਪਰ ਛੇਤੀ ਕਰੀ ਆਪਾਂ ਬਾਹਰ ਆਏ ਹੋਏ ਹਾਂ ਹਾਂਜੀ ਡੈਡ ਹੈਲੋ ਬੇਬੀ ਸਾਲਾ ਹਾਂ ਬੋਲ ਗੁਰਪ੍ਰੀਤ ਓ ਬੇਬੀ ਉਹ ਕੰਮ ਹੋ ਗਿਆ ਉਹ ਕਰਤਾ ਡਿਪੋਰਟ ਤੇਰਾ ਪ੍ਰਿੰਸ ਤੂੰ ਆ ਜਾ ਬਸ ਮੈਨੂੰ ਮਿਲ ਲਈ ਛੇਤੀ ਹੈ ਆ ਅੱਛਾ ਹਾਂ ਹਾਂ ਸਭ ਠੀਕ ਹੈ ਸਭ ਠੀਕ ਹੈ ਮੰਮਾ ਵੀ ਠੀਕ ਹੈ ਡੈਡ ਵੀ ਠੀਕ ਹੈ ਆ ਕੋਲ ਹੀ ਹੈਗੇ ਨੇ ਅੱਛਾ ਇੱਕ ਸੈਕਿੰਡ ਹੋਲਡ ਕਰੀਏ ਜਰਾ ਗੁਰਪ੍ਰੀਤ ਡੈਡ ਤੁਸੀਂ ਗੱਲ ਕਰ ਲਓ ਹਾਂ ਮੈਂ ਕਰ ਲਾਂ ਪਰ ਗੱਲ ਕੀ ਕਰਨੀ ਡੈਡ ਹਾਂ ਡੈਡ ਅੱਛਾ ਅੱਛਾ ਕੀ ਡੈਡ ਡੈਡ ਲਈਏ ਹੈਲੋ ਹਾਂ ਬਸ ਮੈਂ ਮੈਨੀਕਿਉਰ ਕਰਵਾ ਰਹੀ ਸੀ ਹੈ ਦੱਸ ਕਮਲੀ ਜਦ ਮੁੰਡੇ ਹੀ ਭੱਜ ਗਿਆ ਫਿਰ ਤੂੰ ਜ਼ਰੂਰੀ ਨੋ ਖਰਾਬ ਕਰਨੇ ਆਪਣੇ ਤੂੰ ਇੱਦਾਂ ਕਰ ਤੂੰ ਆਪਣੇ ਡੈਡੀ ਨੂੰ ਫੋਨ ਦੇ ਮੈਂ ਸਮਝਾਉਣਾ ਉਹਨਾਂ ਨੂੰ ਤੂੰ ਵੀ ਨਾ ਕਮਲੀ ਆ ਗੁਰਪ੍ਰੀਤ ਤੂੰ ਵੀ ਕਿਹੋ ਜਿਹੀ ਗੱਲਾਂ ਕਰਦੀ ਆ ਕਦੇ ਕਦੇ ਜੀ ਕਰਦਾ ਤੇਰੇ ਵੱਟ ਕੇ ਚਪੇੜ ਮਾਰਾਂ ਹੱਦ ਹੈ ਯਾਰ ਮੈਂ ਤਾਂ ਮੈਂ ਨਾ ਕੱਲ ਪਾਰਲਰ ਜਾਣਾ ਹੈ 11 ਵਜੇ 11 ਵਜੇ ਤੇਰੇ ਹੋਟਲ ਠੀਕ ਹੈ ਚੱਲ ਠੀਕ ਹੈ ਓਕੇ ਬਾਏ ਬਾਏ ਹਾਂਜੀ ਹਾਂਜੀ ਹੋ ਗਿਆ ਕੀ ਹੋਇਆ ਹੈਲੋ ਕੀ ਹੋਇਆ ਓਕੇ ਬੇਬੀ ਲਵ ਯੂ ਮਿਸ ਯੂ ਚੱਲੋ ਪ੍ਰੀਤਮ ਨੂੰ ਲੱਭੀ ਹੁਣ ਸਾਲੇ ਜਾ ਕੇ ਕਿਤੇ ਸਾਲਾ ਅਸ਼ਕੀ ਮਾਰ ਦੋਣਾ ਕਿਤੇ ਹਾਂ ਪ੍ਰੀਤਮ ਨੂੰ ਲੱਭਦੇ ਚੱਲ ਚਾਂਦਨੀ ਚਾਂਦਨੀ ਓਏ ਓ ਪ੍ਰੀਤਮ ਚਲ ਉੱਠ ਓਏ ਚਾਂਦਨੀ ਚਾਂਦਨੀ ਮੈਂ ਜਾਣਦਾ ਹੂੰ ਚਾਂਦਨੀ ਕੋ ਚਾਂਦਨੀ ਕਾ ਪ੍ਰਾਹੁਣਾ ਹੂੰ ਮੈਂ ਚਾਂਦਨੀ ਮੈਂ ਹਾਂ
चांदनी पहचान ला मैं हां पहचान यार हां आ जाओ जाओ कटो पासे ओए ओ तुसी किधर तू बड़े किथे आशकी मारदा फिरदा कल दा नंबर भी बंद सी तेरा संता लगदा सी गड्डी ओ चढ़ गया तू इथे दो दो पैग लाओ ते तुरदे बणो मेरा घर तां हुण इथे बसण लग्या देख्या शाम ने अज किवें स्माइलां मार दियां सी मैनू नाले अमीर लोकां नाल थोड़ा जिहा फर्क रखी जांदा गरीब लोको चांदनी ओए ओ तू सारा गोली मार बड़े नू फ्री दी दारू नू मिल गई अंदर पीवांगे हैविंग फ्री दी दारू इन मॉरीशस Where is the box? हाँ, हाँ? ये सड़ा सुपना ताली चली जान्दा है तक। तू इत्थे की करदा? Where is the box? बुड्ढा कित्थे है? ओ बुड्ढे नू मार गोली, डब्बा मांगदा तेरा मामा। हाँ? केड़ा डब्बा यार? आपा इत्थे कदों आए हैं? मैं तो रात दा सारा कुछ भूल गया यार। Where is the box? केड़ा डब्बा मांगी जान्दा? मैं बुड्ढे बारे पुछदा है। अंकल जी ओ एक मुंडा आया जिदा साडे नाल जिदा तीजा मुंडा साडे नाल आया सीगा इंडिया तो ओ लंबा जिहा बाल रंग दा गंदा जिहा मुंडा लंबा जिहा मूंह लंबा जिहा जिदा देखिया तुसी देखिया अंग्रेजी नहीं आउंदी कोई नहीं बुक मैं कोशिश करदा जिदा तू पुछ ला वेयर इज आवर फ्रेंड दैट ओल्ड गाय नो ओल्ड गाय यू आर द डॉन नो 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 डॉन टेररिस्ट वीजा टूरिस्ट वीजा ਭਾਜੀ ਜੇ ਆਪਾਂ ਅੰਗਰੇਜ਼ੀ ਨੂੰ ਬ੍ਰੇਕ ਲੈ ਲਿਆ ਕੁਛ ਫਰਕ ਤਾਂ ਨਹੀਂ ਪੈਂਦਾ ਨਹੀਂ ਤਾਂ ਲਾ ਲਓ ਤੇ ਲਾ ਲਓ ਫਿਰ ਓਏ ਇਹ ਤਾਂ ਸਾਲਾ ਪ੍ਰਿੰਸ ਆਫ ਗਿੱਦੜਬਾਹਾ ਹੈ ਇਹ ਸਾਲਾ ਪੁਲ 'ਚ ਭਰਤੀ ਹੋ ਗਿਆ ਟੂਰਿਸਟ ਹਾਂ ਉਦੋਂ ਤਾਂ ਬੜੀਆਂ ਛਲਾਂਗਾ ਮਾਰ ਮਾਰ ਕੇ ਡੌਨ ਬਣਦਾ ਸੀ ਨਿਕਲ ਗਈ ਬਦਮਾਸ਼ੀ ਇੱਕ ਦਿਨ 'ਚ ਬੀਟ ਦੈਮ ਐਂਡ ਆਸਕ ਅਬਾਊਟ ਦ ਬਾਕਸ ਜਿੰਨੀ ਦੇਰ ਕੁਛ ਦੱਸਦੇ ਨਹੀਂ ਨਾ ਇਹਨਾਂ ਦਾ ਕੁਟਾਪਾ ਕਰੀ ਜਾਓ ਢੱਠੇ ਖੂਚ ਗਿਆ ਯਾਰ ਤੇਰਾ ਡੱਬਾ ਮੈਂ ਤੇਰਾ ਵਿਆਹ ਕਿੰਮੀ ਨਾਲ ਨਹੀਂ ਹੋਣ ਦੇਣਾ ਤੈਨੂੰ ਮੈਂ ਦੱਸਾਂ ਵਿਆਹ ਕਿੰਮੀ ਓਏ ਮੇਰੇ ਵਿਆਹ ਨੂੰ 4 ਸਾਲ ਹੋ ਗਏ ਤੂੰ ਪ੍ਰਿੰਸ ਆਫ ਗਿੱਦੜਬਾਹਾ ਨਹੀਂ ਕਿੰਮੀ ਦਾ ਮੰਗੇਤਰ ਹੁਣ ਪੋੜਾ ਨਾ ਬਣ ਪ੍ਰਿੰਸ ਆਫ ਗਿੱਦੜਬਾਹਾ ਦੇ ਬਾਕਸ ਦੀ ਸਿਕਿਉਰਿਟੀ ਵਾਸਤੇ ਮੈਂ ਗਿਆ ਸੀ ਉਦੋਂ ਹੀ ਤੁਸੀਂ ਦੋਨਾਂ ਨੇ ਮੈਨੂੰ ਕਿਡਨੈਪ ਕਰਕੇ ਬਾਕਸ ਚੋਰੀ ਕਰ ਲਿੱਤਾ ਬਾਕਸ ਕੰਨ ਤੇ ਮਾਰੂ ਸਾਲੇ ਦੇ ਅਸੀਂ ਤਾਂ ਪ੍ਰਿੰਸ ਨੂੰ ਕਿਡਨੈਪ ਕਰਨ ਗਏ ਸੀ ਤੂੰ ਕੌਣ ਲੈ ਵੀ ਗੁਰਿਆ ਮੈਨੂੰ ਤਾਂ ਲੱਗਦਾ ਤੇਰੀ ਕਿਸਮ ਦੀ ਰੱਬ ਨੇ ਗੋਹੇ ਨਾਲ ਹੀ ਲਿਪੀ ਹੈ ਤੂੰ ਬਰਿਸ਼ ਜਾ ਕੇ ਵੀ ਸਾਲਿਆ ਵਿਆਹ ਨਹੀਂ ਤੜਾ ਸਕਿਆ ਉੱਥੇ ਕਿਵੇਂ ਦੇ ਫੇਰੇ ਹੁੰਦੇ ਹੋਣੇ ਤੂੰ ਕਹਿ ਰਿਹਾ ਸੁਣ ਪੁੱਤ ਥੋਣੇ ਬਹਿ ਕੇ ਹੁਣ ਕਹਾਣੀਆਂ ਨਾ ਬਣਾਓ ਪ੍ਰਿੰਸ ਦਾ ਬਹੁਤ ਕੀਮਤੀ ਡੱਬਾ ਤੁਸੀਂ ਦੋਹਾਂ ਨੇ ਚੋਰੀ ਕੀਤਾ ਜਦੋਂ ਤੱਕ ਤੁਸੀਂ ਦੋਨੋਂ ਮੈਨੂੰ ਉਹ ਡੱਬਾ ਨਹੀਂ ਦੱਸਦੇ ਮੈਂ ਤੁਹਾਨੂੰ ਜਾਣ ਨਹੀਂ ਦੇਣਾ ਆਸਕ ਦੈਮ ਚੱਲ ਕੋਈ ਨਾ ਮਰਦ ਬਣ ਸਾਲੇ ਕੁੜੀਆਂ ਦਾ ਕੀ ਹੈ ਕੁੜੀ ਕਾਂਦੀ ਹੈ ਦੂਜੀ ਜਾਂਦੀ ਹੈ ਨਾਲੇ ਪ੍ਰੀਤਮ ਨੂੰ ਕਦੇ ਕਦੇ ਫੋਨ ਲਾ ਲਿਆ ਕਰੀ ਤੂੰ ਵੀ ਪ੍ਰੀਤਮ ਨੂੰ ਕਦੇ ਕਦੇ ਕੋਈ ਨਾ ਕਰਾ Seriously. ਤੈਨੂੰ ਪਤਾ ਮੈਂ ਤੇਰਾ ਫੋਨ ਟ੍ਰਾਈ ਕਰ ਰਹੀ ਸੀ ਤੂੰ ਫੋਨ ਹੀ ਨਹੀਂ ਪਿਕ ਕਰ ਰਿਹਾ ਆਈ ਵਾਸ ਸੋ ਵਰੀਡ ਉਹ ਐਕਚੁਅਲੀ ਮੈਂ ਛੇਤੀ ਸੌ ਗਏ ਸੀ ਨਾ ਯਾਰ ਮਿਸਟਰ ਤੇਜਪਾਲ ਚੀਮਾ ਮੈਨੂੰ ਸਭ ਪਤਾ ਤੇਰੀਆਂ ਚਲਾਕੀਆਂ ਦਾ ਐਂਡ ਆਈ ਨੋ ਤੂੰ ਕਿੱਥੇ ਆ ਕਿੱਥੇ ਮਤਲਬ ਕਿੱਥੇ ਮੈਂ ਉਹ ਤੇ ਮੈਂ ਗੁਰੇ ਦਾ ਫੇਸਬੁੱਕ ਤੇ ਅਪਡੇਟਡ ਮੈਸੇਜ ਦੇਖ ਚੁੱਕੀ ਹਾਂ ਤੁਸੀਂ ਬਰੀਸ਼ੀਅਸ ਦੇ ਵਿੱਚ ਹੋ ਨਾ ਬੈਚਲਰ ਟ੍ਰਿਪ ਸੈਲੀਬ੍ਰੇਟ ਕਰ ਰਹੇ ਹੋ ਨਾ ਓ ਸੌਰੀ ਬੇਬੀ ਮੈਂ ਤੁਹਾਨੂੰ ਬਸ ਦੱਸਣਾ ਸੀ ਬੇਬੀ ਆ ਬਸ ਡਸਨਟ ਮੈਟਰ ਤੂੰ ਦੱਸਣਾ ਸੀ ਜਾਂ ਨਹੀਂ ਦੱਸਣਾ ਸੀ ਬਟ ਮੈਂ ਮੌਰੀਸ਼ੀਅਸ ਆ ਚੁੱਕੀ ਹੋਈ ਹਾਂ ਤੈਨੂੰ ਇਹ ਦੱਸਣ ਲਈ ਕਿ ਹੁਣ ਤੇਰੀ ਲਾਈਫ ਦੇ ਵਿੱਚ ਜਾਂ ਗੁਰਾ ਰਹੇਗਾ ਜਾਂ ਸਿਮਰਨ ਵਾਟ
Yes, I am in Mauritius and मैं तेरे होटल दे बाहर खड़ी हूँ। जे तू 5 minutes नहीं, जे तू 2 seconds दे विच नीचे ना आया ना, तो that's it। अपनी engagement ring collect करके तो ले जाइ, समझ आई? सड़े अग ला के फूक दू तेरी फेसबुक नू। सिमरन मॉरिशस आ गई है। धूम्रपान और मदिरापान स्वास्थ्य के लिए हानिकारक है। स्मोकिंग एंड कंजम्पशन ऑफ अल्कोहल आर इंजूरियस टू हेल्थ। सड़े कहना तेरे मार मेनू मैं मारता तेरे सड़िया इतना थोड़ी बिरे करे जाके मम्मी डैडी का आशीर्वाद लेके मरूंगा ना यार छठ जाते यार भी चले बो यार सड़े ने मेरी जान लड़ी कितनी पई है Where is the box? There. Oh, there. Show me. Wada khol da pehla. We need to open this. Open the handcuff. Come. Here. Ethia. Under the box. Have we got tomorrow in Mauritius? नवी जोड़ी हनीमून जद पहली लाम पड़ी हाय नी पुप निकल गई हो ओदी नहीं कितना सैड सॉन्ग होर गाला नहीं मेरे मजाक वाली गल नहीं यार किम्मी दी तो फूक ही निकल गई होनी है जो तो पहली लाम पड़ी गई हो मैं तो होटल दे बागले वाले समुंदर जान दे देनी है अपनी फिर ओ मेरी लाश ते बैठ के और मेरी गल सुन ला ओए जने गंद पाणा सी तू पा लिया मुझे चूं भी कीती ना कि मेरी डोली वाली कार नु धक्का लाऊं ते इथों साले तेरी लव स्टोरी चक्कर च मेरी स्टोरी चक्कर च पई हुई है किहड़े चक्करां दी गल करना वीर ये सारे किस्मत दे चक्कर ने मेरे यार जिहदे चक्कर च मैं इथे आया ना जे ओदी डोली कोई होर लै गया मैं चक्कर खा के डिग पूंगा यार वड्डा चक्करवर्ती हैविंग चक्करस इन मॉरिशियस साले फोन फड़ा और जे फेसबुक ते कोई फोटो पाई ना थप्पड़ मार के तेरा फेसबुक करके कर दूं ओ बिरे मेरा फोन तो दे दे यार ओ बिरे मेरा फोन तो दे दे यार बंदे ने स्टेटस पाना हुंदा कोई हॉल्ट नहीं सी हां पुआ जी होनी किदा पुआ जी एकदम मस्त अच्छा की होया यू नो दैट खाने भी कुछ नहीं मिला साले सिमरन मम्मी ने ही घाटी पा जंदी है ओ माय गॉड मामा जी आए नहीं मेरी तो किस्मत ही रब ने चिकन लबेड़ी पई है साला पैदल तुरन का भी चलान हो जाता कोई गल नहीं मेरे वीर हौसला रख मेरे वीर हौसला तेरे दो चपेड़ा ना रखा साला केड़ी माड़ी घड़ी तेनू यार बनाया गल सुन तेरी मां नू पुत नहीं लभने सानू यार बथेरे हां बस सुन गाना वीरे माइंड ब्लोइंग
तू चल मेरे नाल। ओ तू चलता सही। तू इत्थे रुक, मैं जाके मामे नूं सांभदा, तू उन्नी देर सिमरन नूं सांभ ली, ठीक है? ओके। ਮੈਨੂੰ ਡੋਲੂ ਲੱਭਦਾ ਫਿਰਦਾ, ਹੁਣ ਮੈਂ ਫ੍ਰੀ ਸਰਵਿਸ ਕਰਦਾ ਪੁਲਿਸ ਦੀ ਡੋਲੂ ਫੜਨ ਵਾਸਤੇ। ਇੱਕ ਵਾਰੀ ਉਹ ਮਿਲ ਜੇ ਮੈਂ ਉਹਨੂੰ ਫੜ ਲੈਣਾ, ਛੱਡਦਾ ਨਹੀਂ ਮੈਂ। ਓ ਇੱਕ ਮਿੰਟ ਮੈਂ, ਐਕਸਕਿਊਜ਼ ਮੀ, ਥੋੜ੍ਹਾ ਫੋਨ ਮੈਡਮ ਜੀ। ਮੈਨੂੰ ਬਚਾਓ, ਕੱਲੀ ਨੂੰ ਦੇਖ ਕੇ ਚੇੜੀ ਜਾਂਦਾ ਮੈਡਮ। ਬੇਬੀ ਆਈ ਮਿਸਡ ਯੂ ਸੋ ਮੱਚ ਬੇਬੀ। ਲੀਵ ਮਾਈ ਹੈਂਡ ਬੇਬੀ। ਮੇਕੇ ਮੇਰਾ ਹੱਥ ਛੱਡ ਮਿਸਟਰ ਤੇਜਪਾਲ ਚੀਮਾ। ਯਾਰ ਆ ਕੋਈ ਗੱਲ ਹੈ ਵੀਰੇ, ਲੱਗਦਾ ਜੱਟਾਂ ਵਾਲੀ ਕਰਨੀ ਪਊ। ਬੇਬੀ ਯਾ ਅੱਲਾ ਮੈਨੂੰ ਬਚਾਓ। ਰੁਕ ਕਿੰਦਰਾ, ਕਿੱਥੇ ਜਾਣਾ? ਰੁਕ ਓਏ, ਰੁਕ ਮੈਂ ਜੀ ਦੋ ਛੱਡੂੰਗਾ। ਕਿੰਮੀ ਮਰ ਜਾਣਿਆ, ਅੱਖਾਂ ਕੀ ਕਾਲ ਡੋਡੇ ਵਿੱਚ ਵੱਜਦਾ ਫਿਰਦਾ ਪਰ ਅਮਰ। ਕਿੰਮੀ ਨਿਕਾਹ ਹੋ ਚੁੱਕਾ ਹੋਇਆ, ਮੈਂ ਬਗਾਨੀ ਅਮਾਨਤ ਆ, ਤੁਸੀਂ ਵੀ ਜ਼ਿਆਦਾ ਲਾਈਨਾਂ ਮਾਰੋ ਮੇਰੇ ਤੇ। ਤੁਹਾਨੂੰ ਮੈਂ ਦੱਸਾਂ ਹੋਇਆ ਕੀ ਹੈ? ਉਹ ਮੈਡਮ, ਉਹ ਕਮੀਨਾ ਮੈਡਮ ਨੂੰ ਛੇੜਦਾ ਸੀਗਾ ਜੀ। ਹਾਂ ਸਰਦਾਰ ਜੀ, ਤੁਸੀਂ ਇੱਥੋਂ ਜਾਓ, ਅਸੀਂ ਨਾ ਕੁਝ ਜਨਾਨੀਆਂ ਵਾਲੀਆਂ ਗੱਲਾਂ ਕਰਨੀਆਂ ਨੇ। ਦੇਖੋ ਮੈਡਮ, ਕਿੰਨੀ ਦੂਰ, ਕਿੰਨੀ ਸੋਹਣੀ ਜਗ੍ਹਾ ਤੇ, ਦੋ ਪੰਜਾਬੀ, ਉਹ ਵੀ ਇਕੱਲੇ। ਲੱਗਦਾ ਹੁਣ ਆਪਣੀ ਜੋੜੀ ਬਣ ਜੂਗੀ। ਹੈਲੋ, ਜ਼ਿਆਦਾ ਨਾ ਬਕਵਾਸ ਨਹੀਂ ਕਰਨੀ, ਮੇਰਾ ਆਲਰੇਡੀ ਬੁਆਏਫ੍ਰੈਂਡ ਹੈਗਾ। ਭੈਣ ਜੀ ਤੁਹਾਨੂੰ ਕੀ ਲੱਗਦਾ, ਮੈਨੂੰ ਕੋਈ ਸ਼ੌਂਕ ਚੜ੍ਹਿਆ ਇੰਨਾ ਤਿਆਰ ਹੋ ਕੇ ਹੋਟਲ ਜਾਣ ਦਾ? ਦੱਸੋ ਭਲਾ। ਮੈਂ ਤਾਂ ਉਹਨੂੰ ਮਿਲਣ ਆਈ ਹਾਂ। ਤੁਹਾਨੂੰ ਪਤਾ ਉਹ ਨਾ ਪਹਿਲਾਂ ਮੇਰਾ ਬੁਆਏਫ੍ਰੈਂਡ ਨਹੀਂ ਸੀਗਾ, ਸਿਰਫ ਮੈਂ ਹੀ ਉਹਨੂੰ ਪਿਆਰ ਕਰਦੀ ਹੁੰਦੀ ਸੀ। ਤੁਹਾਨੂੰ ਪਤਾ ਪਹਿਲਾਂ ਤਾਂ ਨਾ ਮੇਰੇ ਵੱਲ ਝਾਕਦਾ ਵੀ ਨਹੀਂ ਸੀ, ਪਰ ਪਤਾ ਨਹੀਂ ਤਾਂ ਕੀ ਹੋਇਆ, ਮੈਂ ਤਾਂ ਤੇਰੇ ਤੇ ਗਰਾਰੀ ਫਸਾਈ, ਮੈਂ ਤਾਂ ਤੇਰੇ ਤੇ ਗਰਾਰੀ ਫਸਾਈ, ਬਣੂ ਮੈਂ ਤੇਰੇ ਡੈਡੀ ਦਾ ਜਵਾਈ। ਜੇ ਤੂੰ ਸੋਹਣੀ ਤੇ ਮੈਂ ਵੀ ਹਾਈ ਫਾਈ, ਜੇ ਤੂੰ ਸੋਹਣੀ ਤੇ ਮੈਂ ਵੀ ਹਾਈ ਫਾਈ, ਬਣੂ ਮੈਂ ਤੇਰੇ ਡੈਡੀ ਦਾ ਜਵਾਈ। ਵੇਖੀ ਸਾਰੀ ਦੁਨੀਆ ਨਾ ਤੇਰੇ ਜਹੀ ਹੋਰ, ਮੇਰੀ ਵੀ ਸੀ ਗਲਤੀ ਤੈਨੂੰ ਕੀਤਾ ਇਗਨੋਰ। ਵੇਖੀ ਸਾਰੀ ਦੁਨੀਆ ਮਨ ਜਾ ਤੂੰ ਕਾਦੀ ਲੜਾਈ, ਸੈਡ ਸੌਂਗਾਂ ਦੀ ਸੀਡੀ ਕਸਾਈ, ਬਣੂਗਾ ਤੇਰੇ ਡੈਡੀ ਦਾ ਜਵਾਈ। ਬਾਈ ਗਾਡ ਮੈਂ ਤੈਨੂੰ ਖੁਸ਼ ਰੱਖੂੰਗਾ, ਸਾਰੀ ਉਮਰ ਨਾ ਹੋਰ ਵੱਲ ਕੱਠਿਆਂ ਨੇ ਫੋਟੋ ਖਚਾਈ, ਫੇਸਬੁੱਕ ਤੇ ਵੀ ਪਰਸੋਂ ਦੀ ਪਾਈ, ਬਣੂ ਮੈਂ ਤੇਰੇ ਡੈਡੀ ਦਾ ਜਵਾਈ। ਤਾਰੇ ਆਂਦੀ ਲੋਏ ਮੇਰੀ ਜਾਨ। ਡਨ,
तेरे करके स्टूपिड जी एयरलाइन दी स्टूपिड जी बिजनेस क्लास स्टूपिड जी लोकल ट्रैवल करके आई हां मैं एंड ऑन टॉप ऑफ दैट मैं शॉपिंग भी नहीं कर सकी सिर्फ स्टूपिड जी स्टूपिड नहीं ए तो मेरे जिम्मी चूआ सिर्फ आही खरीदया अभी तेरे जिम्मी चू दे बैग दी सौ मैं इत्ते हॉलीडे नहीं करन आया फिर की करन आया सी दसदा क्यों नहीं क्योंकि 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 तू मेनू दसदा ही नहीं चाहता तेरी कोई गर्लफ्रेंड है ना ताइयो इत्ते बैठा ड्रामेबाज तुझे मेरा सच्चा प्यार ड्रामा लगता है सिमरन हिंदी बोल रहे हैं तुम यार ना क्यों why why नहीं बेबी why मॉरिशस में तेरे को सीट नहीं आना सी बेबी झूठा सच्ची बेबी सच्ची 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 बेबी सच्ची मुझे बेबी बेबी क्यों नहीं इम्पोर्टेंट कॉल है हेलो किंगडॉन डॉन नंबर वन जड़ा कत्ल करता है विदाउट गन जड़ा डॉन है खतरनाक आला हाँ जी भाई जी हाँ जी दिया लग दिया मेरा बॉक्स लेके कड़ी खुट दे विच बढ़ गए हो जे बॉक्स छेती वापस न कीता तो थोड़े दोस्त दे छोटे छोटे टुकड़े करके आटे च गुन के मछिया नु खवावांगा नाले पुन नाले फलियां ए डॉन है कहलो भाई यार सारा दिन रसोई दियां गल्लां करदा हसो नहीं 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 भाई ऐने करियो सी आगे आगे बस आवना किथे दसो डर गया लगदा होर तमकाओ साले तमकी दीती है के सलामी फोन क्यों कटता हेलो 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 डॉन जी ਤੁਸੀਂ ਬੰਦੇ ਕੱਟੀ ਜਾਂਦੇ ਜੀ ਮੈਂ ਫੋਨ ਵੀ ਨਹੀਂ ਕੱਟ ਸਕਦਾ ਧਮਕੀ ਤਾਂ ਪੂਰੀ ਹੋ ਲੈਣ ਦਿੰਦਾ ਹੁਣ ਉਹ ਵਿਚਾਰੇ ਬਾਕਸ ਲੈ ਕੇ ਕਿੱਥੇ ਆਣਗੇ ਦੁਬਾਰਾ ਕਾਲ ਕਰ ਲੈਣੇ ਆਪਾਂ ਦੁਬਾਰਾ ਕਾਲ ਕਰ ਲੈਂਦੇ ਇੰਟਰਨੈਸ਼ਨਲ ਰੋਮਿੰਗ ਲੱਗਦੀ ਹੈ 5 ਰੁਪਏ ਦੀ ਕਾਲ ਪੈਂਦੀ ਹੈ ਅਗਲੇ ਨੂੰ ਫਿਰ ਤਾਂ ਬਹੁਤ ਰਕਮ ਲੱਗ ਜਾਂਦੀ ਹੈ ਆਇਆ ਜੀ ਆਇਆ ਚਲੋ ਆਪੇ ਆ ਜਾਣਗੇ ਕਿੰਗ ਡਾਨ ਦਾ ਅੱਡਾ ਤਾਂ ਸ਼ਹਿਰ ਦਾ ਕੁੱਤਾ ਕੁੱਤਾ ਜਾਣਦਾ ਹੈ ਗੇਟ ਤੇ ਤਾਂ ਪਿਸ਼ਾਬ ਕਰਕੇ ਜਾਂਦੇ ਰੋਜ਼ ਮੈਂ ਸੁਣ ਲਿਆ ਸੀ ਹੈਲੋ ਹੈਲੋ कौन सी और डॉन सी डॉन बैटरी डाउन सी ना फोन कट गया किदे नाल गल कर रहा सी तू ओ प्रीतम खतरे च है ना प्रीतम प्रीतम दी पुआ प्रीतम दी पुआ यार ओ टोलन वाली पुआ बंटे दे घर दे नाल रहंदी सी ओ मॉरिशस आ गई सी ना जो विंडोज 98 नवे नवे आए है बेचारी राती कड़ी चौल खा के फोल्डिंग बेड ते सुती है सवेरे नाले मंजा फोल्ड हो गया विच ही पुआ फोल्ड होगी ओ ता पता लेन चला हुन अस्पताल व्हाटएवर मैं तेरे नाल चलदी हां ओ यार जवान कुड़ी अस्पताल थोड़ी जाया करदी है आई विल कम विद यू ना बेबी तू 16 घंटे दी फ्लाइट च थक के आयो तुसी होर थक गए ना मैं अपने नु कदी माफ नहीं करूंगा मैं बस होने गया ते गया तेजी तू इत्थे तेरे तो व्याह नहीं सी व्याह तो तुसी रोकता बहुत बढ़िया कीता जो प्रिंस दा बॉक्स चोरी कर लिया प्रिंस दा बॉक्स हां थानू पता है उन्हें ते व्याह ही रोकता कहंदा जो तक बॉक्स नहीं मिलदा उद तक व्याह ही नहीं कराना हुन ता पता टाइम ही टाइम है छिछी ते भज के व्याह करा लंदे भज के व्याह नाउ आई नो कि तेरी केड़ी पुआ बीमार है गुरा किथे गुरा आंदा बस चल ठीक है मैं ना चलदी हां बस 2 मिनट आही गल कहन आई सी एक्चुअली तेरा फोन ही नहीं मिल रहा सी ओके बाय और गुरु ने भी बाय कह दे ओके बाय बाय अच्छा लिसन भजन की तैयारी कर लियो ओके बाय सिमरन करे वाला एटा बड़ा धोखा थैंक यू गॉड जो तुसी सिमरन नु मॉरिशस भेजियो नहीं तो पता किदा लगदा की तेजी मेनू चीट कर रिया तू रुक तेजी तेनु सिमरन दसदी है पता हेलो डैड हेलो माय प्रिंसेस पहुंच गई मॉरिशस डैड की गल बेटा तुसी रो क्यों रहे हो तेजी इज सच अ डॉग उसने अपन को चीट किया व्हाट ओ किसी और कुड़ी ना ब्याह करानो फिरदा डैड तू फिकर ना कर मैं आज ही मॉरिशस ली टेक ऑफ करता ओके मैं भी देखता है जानता कि थे बच के मसा खेड़ा चढ़ा के आया सरकारी सैंड तो किमी और मिली सी यार चली गई काली सी नाली कहनी प्रिंस ने तो ब्याह ही टालता शुक्र आओ रब्बा पर यार ये कड़े डब्बे की गल हो रही है यार किमी भी कहती चंगा कितना डब्बा चक लिया उत्तों प्राइवेट नंबर तो डॉन जी का फोन भी आया से वो कहता प्रीतम मेरे कब्जे च है मेरा डब्बा दो मेरा डब्बा दो आ डब्बे का चक्कर की है यार साला ये डब्बे का स्यापा तो मैंने भी नहीं समझ आया अज तक असल मैं तो कल रात पार्टी जो है वह भी नहीं याद ऐ कर तू कपड़े चेंज कर ला आप ना पार्टी वाली थान पर जाके आने शायद कुछ याद ही आ जाए पर वीरे
जे जाण तो पहला आपां इक वारी किम्मी नूं चुप करके चल ओए एवें लत्तां ना बणा ली मेरे तो सिमरन नूं मसां अपने कमरे च ठहरा के आया मैं ਕੋਈ ਹੋਰ ਪੰਗਾ ਨਾ ਪੈ ਜਾਏ ਰਾਤ ਵਾਂਗੂ ਆਪਾਂ ਕੀ ਲੈਣਾ ਡੱਬੇ ਤੋਂ ਓਏ ਆਪਾਂ ਐਂ ਕਰਦੇ ਹਾਂ ਸਿਮਰਨ ਤੇ ਕਿਮੀ ਨੂੰ ਲੈ ਕੇ ਇੰਡੀਆ ਚੱਲਦੇ ਹਾਂ ਸਾਲਿਆ ਜੰਮਿਆ ਸੀ ਕਿਉਂ ਗਿਆ ਸੀ ਪਿੱਛੇ ਪੁਲਿਸ ਪਈ ਹੈ ਪ੍ਰੀਤਮ ਨੂੰ ਡੌਨ ਨੇ ਫੜਿਆ ਹੋਇਆ ਓ ਯਾਰ ਪ੍ਰੀਤਮ ਤਾਂ ਬੁੱਢਾ ਰੁੱਖਾ ਉਹਨੇ ਪਤਾ ਨਹੀਂ ਕਿੰਨੇ ਕੁ ਦਿਨ ਰਹਿਣਾ 2 ਮਹੀਨੇ ਹੋਰ ਨੇ ਉਹਦੇ ਕੋਲ ਬਸ ਉਹਨੂੰ ਖੋਲਣ ਦੇ ਕੁਰਬਾਨ ਯਾਰ ਦੇ ਵਿਆਹ ਲਈ ਸ਼ਾਬਾਸ਼ ਤੇਰੀ ਯਾਰੀ ਦੇ ਯਾਰ ਓਏ ਤਾਂ ਗੁਰੇ ਅਰਗਾ ਚੱਲ ਜਾ ਕੇ ਦੇਖੇ ਸੀ ਅੰਦਰ ਕੀ ਪੰਗਾ ਪਾਇਆ ਰਾਤੀ ਜਿਹੜਾ ਥਾਣੇ ਜਾਣਾ ਪਿਆ ਚਲਾ ਜਾ ਕਿੱਥੇ ਆਸ਼ਕੀ ਮਾਰਦਾ ਫਿਰਦਾ ਕੱਲ ਦਾ ਨੰਬਰ ਵੀ ਬੰਦ ਸੀ ਤੇਰਾ ਸੰਤਾ ਲੱਗਦਾ ਸੀ ਗੱਡੀ ਉਹ ਚੜ ਗਿਆ ਤੂੰ ਇੱਥੇ 2-2 ਪੈਗ ਲਾਓ ਤੇ ਤੁਰਦੇ ਬਣੋ ਮੇਰਾ ਘਰ ਤਾਂ ਹੁਣ ਇੱਥੇ ਵਸਣ ਲੱਗਿਆ ਦੇਖਿਆ ਸ਼ਾਨ ਨੇ ਅੱਜ ਕਿਵੇਂ ਸਮਾਈਲਾਂ ਮਾਰਦੀਆਂ ਨਹੀਂ ਸੀ ਮੈਨੂੰ ਨਾਲੇ ਅਮੀਰ ਲੋਕਾਂ ਨਾਲ ਥੋੜਾ ਜਿਹਾ ਫਰਕ ਰੱਖੀ ਜਾਂਦਾ ਗਰੀਬ ਲੋਕੋ ਚਾਂਦਨੀ ਓਏ ਹਾਂ ਉਹ ਤੂੰ ਸਾਰਾ ਗੋਲੀ ਮਾਰ ਬੁੜੇ ਨੂੰ ਫ੍ਰੀ ਦੀ ਦਾਰੂ ਮਿਲਦੀ ਅੰਦਰ ਪੀਵਾਂਗੇ ਹੈਵਿੰਗ ਫ੍ਰੀ ਦੀ ਦਾਰੂ ਇਨ ਮਰੀਸ਼ੀ ਮੀ ਉੜਤਾ ਜਾਏ ਤੇਰਾ ਲਾਲ ਦੁਪੱਟਾ ਮਲਮਲ ਕਾ ਹੋ 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 ਚੜ ਗਈ ਸੋਹਣੀਏ ਨਿਮਿਤਰਾ ਨੂੰ ਦਾਰੂ ਚੜ ਗਈ ਸੋਹਣੀਏ ਵੀਰੇ ਅੱਜ ਆਇਆ ਸਹੀ ਨਜ਼ਾਰਾ ਤੇਰੇ ਵੀਰ ਹੋਰ ਕੀ ਮਿਲ ਗਏ ਸਾਨੂੰ ਹਾਣੇ ਕਿਵੇਂ ਰੋਮਾ ਨਾਲਾ ਵੈਸੇ ਕੀ ਕੰਮ ਕਰਦੇ ਹੋ ਤੁਸੀਂ ਕੰਮ ਤਾਂ ਬਸ ਤੈਨੂੰ ਦੇਖ ਕੇ ਸਾਰੇ ਭੁੱਲ ਹੀ ਪਏ ਨੇ ਕੀ ਮੇਰਾ ਮਤਲਬ ਕਿੰਨੀ ਸੋਹਣੀ ਪੰਜਾਬੀ ਬੋਲਦੇ ਹੋ ਤੁਸੀਂ ਹਾਂ ਥੋੜੀ ਥੋੜੀ ਤਾਂ ਆਉਂਦੀ ਹੈ ਪੰਜਾਬੀ ਵੈਸੇ ਮੋਮ ਤਾਂ ਸਾਊਥ ਇੰਡੀਅਨ ਹੈ ਤੇ ਡੈਡ ਪੰਜਾਬੀ ਉਧਰ ਵੇ ਸਾਲੇ ਬੁੜੇ ਦਾ ਬਦਲ ਗਿਆ ਪਾਣੀ ਆ ਜਾ ਸੁਣੀਏ ਇਹਦੀ ਵੀ ਪ੍ਰੇਮ ਕਹਾਣੀ ਫੜ ਲੋ ਸਾਲੇ ਪੱਕਾ ਇਹ ਬਾਕਸ ਚੋਰੀ ਕਰਨ ਆਏ ਹੋਣਗੇ ਬਾਕਸ ਉਹ ਕਿਹੜਾ ਬਾਕਸ ਯਾਰ ਸਾਡਾ ਤਾਂ ਆਪ ਬਾਕਸ ਖੁੱਲਾ ਤੁਰਿਆ ਫਿਰਦਾ ਉਰੇ ਸਾਂਡ ਕੋਈ ਦਿਨ ਸਾਲੇ ਤੁਹਾਨੂੰ ਦਾਗ ਲੈ ਕੇ ਚੱਲੋ ਇਹਨਾਂ ਨੂੰ ਸਾਲੇ ਬਿਲੂ ਨਾਲ ਪੰਗਾ ਲੈਂਦੇ ਆ You so funny. ਤੂੰ ਕਿਹੜਾ ਕਿਸੇ ਗੱਲੋਂ ਘੱਟ ਹੈ ਮੇਰਾ ਤਾਂ ਨਾ ਦਿਲ ਜਾਣੀ ਤੈਨੂੰ ਦੇਖ ਕੇ ਨਾ ਬਸ ਘੁੰਮਾ ਹੋਈ ਜਾਂਦਾ ਕਿ ਤੇਰਾ ਬਾ ਦੇਖੀ ਹਾਰਟ ਅਟੈਕ ਹੀ ਨਾ ਕਰਾ ਦੀ ਕੋਈ ਗੱਲ ਨੀ ਮੈਂ ਡਾਕਟਰ ਹਾਂ ਸਭ ਸੰਭਾਲ ਲੂੰਗੀ ਪੱਕੀ ਗੱਲ ਹੈ ਬਸ ਫਿਰ ਸਾਂਭ ਲਓ ਹਾਰਟ ਅਟੈਕ ਤਾਂ ਸਮਝ ਲਓ ਆ ਗਿਆ ਮੈਂ ਤਾਂ ਮਜ਼ਾਕ ਕਰਦਾ ਡਾਰਲਿੰਗ ਕਿੰਗ ਡੌਨ ਡੌਨ ਨੰਬਰ 1 ਜਿਹੜਾ ਕਤਲ ਕਰਦਾ ਹੈ ਵਿਦਆਊਟ ਗਨ ਇਹ ਪਾਰਟੀ ਮੈਂ ਦਿੱਤੀ ਹੈ ਇਸ ਬਾਕਸ ਦੇ ਮਿਲਣ ਦੀ ਖੁਸ਼ੀ ਵਿੱਚ ਕਰੈਕਟ ਮੇਰੇ ਬਹੁਤ ਹੀ ਅਜ਼ੀਜ਼ ਵਫਾਦਾਰ ਬਿੰਦੂ ਆਪਣੀ ਜਾਨ ਤੇ ਖੇਲ ਕੇ ਇਹ ਬੇਨਿਆਬ ਕੀਮਤੀ ਬਾਕਸ ਮੇਰੇ ਲਈ ਲੈ ਕੇ ਆਇਆ ਇਹ ਬਹੁਤ ਹੀ ਵੱਡੇ ਬਹੁਤ ਵੱਡੇ ਇਨਾਮ ਦਾ ਹੱਕਦਾਰ ਹੈ ਇੱਕ ਮਿੰਟ
ਦਿਓ ਜਲਦੀ। ਹਾਂ ਫੜ। 101 ਰੁਪਈਆ ਜਣੀ ਸ਼ਗਨ ਵਜੋਂ ਚਾਦਰੀ ਦੀ। ਸਵਾਸ਼ ਡੌਨ ਸਾਹਿਬ, ਆਈ ਸਲੂਟ ਯੂ। ਤੁਸੀਂ ਤਾਂ ਡੌਨ ਸਾਹਿਬ ਦਿਲਾਂ ਦੀਆਂ ਪੁੱਛ ਲੈਂਦੇ ਹੋ। ਤੁਸੀਂ ਸੱਚ ਮੁੱਚ ਯਾਦੂ ਕਰੋ, ਜਿਉਂਦੇ ਵੱਸਦੇ ਰਹੋ। ਇੱਕ ਆਹ ਦੱਸੋ, ਇਸ ਡੱਬੇ 'ਚ ਕੀ ਹੈ ਜਿਹਦੇ ਬਿਨਾਂ ਤੁਸੀਂ ਸਾਹ ਹੀ ਨਹੀਂ ਲੈਂਦੇ? ਡੱਬੇ 'ਚ ਨਾ ਬਹੁਤ ਹੀ ਕੀਮਤੀ ਸਮਾਨ ਹੈ ਮੇਰਾ। ਅੱਛਾ, ਪਰ ਸਾਡੇ ਮੈਂ ਗੱਲਾਂ ਨਾ ਮਾਰੀ ਜਾਂ ਦਾਰੂ ਨਾਲ ਜੋ ਕੁਛ ਖਾਣਾ ਫਟਾਫਟ ਨਿਬੇੜ ਲਓ। 11 ਵਜੇ ਤੋਂ ਬਾਅਦ ਰੇਟ ਦੁੱਗਣੇ ਕਰ ਦੇਣੇ ਇਹਨਾਂ ਨੇ। ਕੋਈ ਗੱਲ ਨੀ, ਹੁਣ ਤਾਂ ਮੈਂ ਵੀ ਪੈਸੇ ਪਾ ਦੂ ਵੀ ਤੁਸੀਂ ਮੇਰੇ ਵਾਲਾ ਕੰਮ ਕਰੋ ਬਸ। ਸਵਾਗਤ ਬਾਜੀ। ਚਾਂਦਨੀ ਆਪ ਕੋ ਦੇਖ ਕੇ ਨਾ ਮੁਝੇ ਸ਼ਹਿਰ ਜ਼ਿਆਦਾ ਆਤਾ ਹੈ। ਮੇਰਾ ਮਤਲਬ ਸ਼ੇਰ ਜ਼ਿਆਦਾ ਆਤਾ ਹੈ। ਫਰਮਾਈਏ। ਅਰਜ਼ ਕੀਤਾ ਹੈ, ਸੁਣ ਸੋਹਣੀਆਂ ਸੜਕ ਤੇ ਜਾਂਦੀਆਂ ਨੀ, ਤੇਰੇ ਡਿੱਗੀ ਦੇ ਵਿੱਚ ਰੁਮਾਲ ਮੇਰਾ ਸੁਣ। ਪਰ ਮੈਨੂੰ ਲੱਗਦਾ ਗਲਤ ਹੋ ਗਿਆ, ਮੈਂ ਚਾਂਦਨੀ ਤੁਹਾਨੂੰ ਬਹਿ ਕੇ ਸੁਣਾਉਣਾ, ਤੁਸੀਂ ਬੈਠੋ ਪਲੀਜ਼। ਸੁਣ, ਸੋਹਣੀ ਐਕਟਿਵਾ ਤੇ ਜਾਂਦੀਆਂ ਨੇ, ਤੇਰੀ ਡਿੱਗੀ ਵਿੱਚ ਰੁਮਾਲ ਮੇਰਾ, ਕੋਈ ਦੁੱਧ ਮੰਗੇ ਕੋਈ ਪੁੱਤ ਮੰਗੇ, ਤੇਰਾ ਵੀਰ ਮੈਨੂੰ ਲੱਗਦਾ ਫੇਰ ਗਲਤ ਹੋ ਗਿਆ, ਤੇਰਾ ਯਾਰ ਮੰਗੇ ਸਿਰਫ ਪਿਆਰ ਤੇਰਾ ਪੰਜਾਬੀ ਰੋਮਾ ਨਾਲ। ਬਸੀ ਤੁਹਾਨੂੰ ਪਹਿਲੀ ਵਾਰ ਏਅਰਪੋਰਟ ਤੇ ਦੇਖਿਆ ਤਾਂ ਲੱਗਾ ਕਿ ਆਪ ਮੇਰੇ ਡੈਡੀ ਜੈਸੇ ਹੋ। ਲੱਗਦਾ ਹੈ ਜੀ। ਆਈ ਮੀਨ ਕਿਸੇ ਕਹੂੰ, ਮੇਰਾ ਮਤਲਬ ਹੈ ਜੈਸੇ ਡੈਡੀ ਮੰਮੀ ਕਿਤਨੀ ਕੇਅਰ ਕਰਤੇ ਹੈ, ਆਪ ਵੀ ਮੇਰੀ ਵੈਸੇ ਹੀ ਕੇਅਰ ਕਰੋਗੇ। ਬਿਲਕੁਲ ਕਰੂੰਗਾ, ਬਿਲਕੁਲ ਕਰੂੰਗਾ ਚਾਂਦਨੀ, ਮੈਂ ਤੁਹਾਨੂੰ ਇੰਨਾ ਜ਼ਿਆਦਾ ਪਿਆਰ ਕਰੂੰਗਾ, ਇੰਨਾ ਜ਼ਿਆਦਾ ਪਿਆਰ ਕਰੂੰਗਾ ਨਾ, ਤੁਸੀਂ ਤਾਂ ਬਸ ਦੇਖਦੇ ਹੀ। ਕਿੱਥੇ ਗਏ? ਓ ਚਾਂਦਨੀ ਤੂੰ ਆਪ ਇੱਧਰ ਬੈਠੀ ਹੈ, ਮੈਂ ਤਾਂ ਬਹੁਤ ਪਸੰਦ ਕਰਤਾ ਹੂੰ ਆਪਕੋ, ਬਹੁਤ ਪਿਆਰ। ਦੱਸੋ ਦੱਸੋ, ਤੇ ਲੱਗਦਾ ਖੋਲ ਸਾਨੂੰ, ਮੈਨੇ ਪਹਿਚਾਨਾ ਨਹੀਂ ਆਪਕੋ। ਚਾਂਦਨੀ ਜੀ, ਕੈਸੇ ਕੈਸੇ ਘਟੀਆ ਔਰ ਗਰੀਬ ਲੋਕ ਆਪਣੇ ਪਾਰਟੀ ਮੇ ਸਾਥ ਹੈ ਔਰ ਉੱਪਰ ਸੇ ਖੰਭੋ ਕੇ ਸਾਥ ਬਾਂਧੇ ਹੈ। ਔਰ ਸਰ ਖੁਲਦਾ ਕਿ ਦਗਾਵਾ ਤੇਰੀ ਡਰਾਈ ਵਾਲੀ ਫੋਟੋ। ਕਿਆ ਇਹ ਤੁਹਾਡੇ ਏਅਰਪੋਰਟ ਵਾਲੇ ਦੋਸਤ ਨੇ ਨਾ? ਹਾਂਜੀ ਨਾ ਜੀ। ਚਾਂਦਨੀ ਖੋਲ ਖੋਲ, ਮੈਂ ਤਾਂ ਵੀਰ ਖੋਲ ਨਹੀਂ ਲੱਗਿਆ ਸੀ ਤੈਨੂੰ, ਲੱਭਦਾ ਫਿਰਦਾ ਕਰਦਾ। ਚਾਂਦਨੀ ਅਭੀ ਆਤਾ ਮੈਂ, ਅਭੀ ਆਤਾ ਹੂੰ ਮੈਂ। ਡੌਨ ਨੰਬਰ 1, ਜਿਹੜਾ ਕਤਲ ਕਰਦਾ ਹੈ ਵਿਦਆਊਟ ਗਨ। ਓ ਫੜਾ ਤੈਨੂੰ, ਸੁਣ ਤੋ ਬਾਕੀ ਜਾਏ ਫੱਟੇ ਚੱਕ। ਉਹ ਡੱਬਾ ਸਾਹਿਬ, ਡੱਬਾ ਇਹ ਕਦ ਫੜਾਤਾ ਤੈਨੂੰ? ਡੱਬਾ ਮੇਰੀ ਤਾਂ ਬਚਾ ਲੋ ਕੋਈ। ਵਿਦਆਊਟ ਗਨ ਹੀ ਕਤਲ ਹੋ ਜਾਣਾ ਸੀ। ਤੁਸੀਂ ਕਿਹੜਾ ਮਨੀ ਪਲਾਂਟ ਲਾਉਣਾ ਸੀ ਧੁੰਨੀ ਚ? ਆਪਾਂ ਫੇਸਬੁੱਕ ਤੇ ਅਪਡੇਟ ਪਾਉਣੇ। ਫੋਨ ਤੋਂ ਯਾਦ ਆਇਆ, ਮੈਂ ਨੰਬਰ ਲੈਣਾ ਤਾਂ ਭੁੱਲ ਹੀ ਗਿਆ। ਉਹ ਖੈਰ ਜਾ ਸਾਲਿਆ, ਵੱਢਿਆ ਜਾਏਗਾ। ਵੱਢਿਆ ਜਾਏਗਾ,
ਅੱਜ ਸਾਗ ਤੇ ਸਾਂਬਰ ਨੂੰ ਆਪਸ ਚ ਮਿਲਣ ਨੂੰ ਕੋਈ ਨੀ ਰੋਕ ਸਕਦਾ। ਚੱਲਿਆ ਜੱਟ ਚੱਲ ਤੂੰ ਯਾਰ। ਇੰਨਾ ਗੰਦ ਪਾਇਆ ਯਾਰ ਆਪਾਂ ਰਾਤੀ, ਸਭ ਸਾਲਾ ਤੇਰੇ ਕਰਕੇ। ਤੇਰੀ ਉਹ ਭੈਣ ਨੂੰ ਡਿੱਗਿਆ ਖੋਤੇ ਤੋਂ ਤੇ ਗੁੱਸਾ ਹੁਣ ਘੁਮਿਆਰ ਤੇ ਕੱਢੀ ਜਾ। ਆਪੇ ਤਾਂ ਰਾਤੀ ਖਰੂ ਪਾਉਂਦਾ ਸੀ ਦਾਰੂ ਪੀ ਕੇ, ਬੱਕਰੇ ਬੁਲਾਏ ਜਾ ਰਹੇ ਸੀ। ਬਕਵਾਸ ਬੰਦ ਕਰ ਯਾਰ, ਪਤਾ ਨੀ ਵਿਚਾਰੇ ਪ੍ਰੀਤਮ ਦਾ ਕੀ ਬਣਦਾ ਹੁਣ। ਉਹ ਲੈ ਫੋਨ ਤੋਂ ਯਾਦ ਆਇਆ, ਮੈਂ ਨੰਬਰ ਲੈਣਾ ਤਾਂ ਭੁੱਲ ਹੀ ਗਿਆ। ਉਹ ਘਰ ਜਾ ਸਾਲਿਆ, ਵੱਢਿਆ ਜਾਏਗਾ ਵੱਢਿਆ ਜਾਏਗਾ। ਅੱਜ ਸਾਗ ਤੇ ਸਾਂਬਰ ਨੂੰ ਆਪਸ ਮਿਲਣ ਨੂੰ ਕੋਈ ਨੀ ਰੋਕ ਸਕਦਾ। ਚੱਲੇ ਜਾ, ਠੱਡ ਜੋ ਪਾਸੇ। ਓਏ ਚਾਂਦਨੀ ਮਾਈ ਲਵ, ਹੂ ਇਜ਼ ਦੈਟ ਪਰਸਨ? ਤੁਮ ਸੇ ਮਤਲਬ? ਉਹ ਹੱਡੀ ਸਾਈਡ ਤੇ ਹੋ, ਕਬਾਬ ਨੇ ਆਪਸ ਗੱਲ ਕਰਨੀ ਹੈ। ਡਾਰਲਿੰਗ ਮੈਂ ਤਾਂ ਤੈਨੂੰ ਫੜ ਲਉ। ਓਏ ਧਿਆਨ ਨਾਲ ਗੱਲ ਸੁਣਿਆ ਕਰੋ, ਉਹ ਸਾਲੇ ਨੂੰ ਕਿਹਾ ਮੈਂ ਜੀਜਾ। ਕੋਈ ਨਹੀਂ, ਤੁਹਾਨੂੰ ਤੇਰੀ ਪੁਰਾਣੇ ਗਡਾਊਨ ਚੋਂ ਡੋਲੀ। ਓਏ 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 ਪ੍ਰੀਤਮ, ਇਹਨਾਂ ਪ੍ਰੀਤਮ ਤਾਂ ਹੋ ਗਿਆ ਰੱਬ ਨੂੰ। ਇੰਨੇ ਜਮਦੂਤ, ਇਹਦਾ ਮਤਲਬ ਮੈਂ ਮਰ ਗਿਆ? ਸਾਲੇ ਛੜੇ ਨੀ ਚੱਕ ਲਿਆ? ਜਾਓ ਪੜਦਾ ਤੇਰਾ ਕਾਕਰਾ ਦੇਵੇ। ਮੈਥੋਂ 101 ਰੁਪਇਆ ਲੈ ਕੇ ਕਿਹਾ ਸੀ, ਹਜੇ 40-50 ਸਾਲ ਹੋਰ ਜਾਊਂਗਾ, ਆ ਤਾਂ ਜਮੀ ਐਵਰੇਜ ਨਹੀਂ ਨਿਕਲੀ, ਨਾਲ ਹੀ ਪਟਾਕਾ ਪੈ ਗਿਆ। ਸ਼੍ਰੀਮਾਨ ਸ਼੍ਰੀ ਜਮਦੂਤ ਜੀ, ਮੈਨੂੰ ਇਹ ਤਾਂ ਦੱਸ ਦੋ ਵੀ ਇਹ ਸਵਰਗ ਹੈ ਕਿ ਨਰਕ ਹੈ? ਨੀ ਆ ਨਾ ਸੁਣ ਲਦੇ। ਮੈਨੂੰ ਲੱਗਦਾ ਸਾਲਾ ਇਹਨਾਂ ਨੂੰ ਵੀ ਨਹੀਂ ਪਤਾ। ਧਰਮਰਾਜ ਨੂੰ ਫੋਨ ਕਰਕੇ ਪਤਾ ਕਰ ਲੈਣਾ ਵੀ ਸਵਰਗ ਹੈ ਕਿ ਨਰਕ ਹੈ। ਸ਼੍ਰੀਮਾਨ ਜਮਦੂਤ ਜੀ, ਇਫ ਯੂ ਡੋਂਟ ਮਾਈਂਡ, ਮੈਂ ਤੁਹਾਡੇ ਫੋਨ ਤੋਂ ਘਰੇ ਇੱਕ ਫੋਨ ਕਰ ਸਕਦਾ? ਫੋਨ ਪੰਨਨਵਾ ਨਹੀਂ ਜੀ, ਬਸ ਮੈਂ ਤਾਂ ਘਰੇ ਇਹੀ ਦੱਸਣਾ ਸੀ ਵੀ ਮੈਂ ਠੀਕ ਠਾਕ ਪਹੁੰਚ ਗਿਆ। ਨਮਸਕਾਰ ਅੰਨਾ। ਹੈਲੋ ਅੰਨਾ, ਇਵਨ ਅਯਨਾ ਪੌਂਡਰਦਾ ਹੈ ਕੀ ਬਿਕ ਗਿਆ? ਵੈਲ ਲੈ ਪੜਾ ਟਿੱਡ ਤੇ ਪੌੜਾ ਸਾਰੇ ਤਾਹੀ ਤਾਂ ਬਕਵਾਸ ਕਰ ਰਿਹਾ। ਗੁਰੂ ਜੀ ਬੋਲਿਆ, ਨੋ ਮਰਡਰ ਨੋ ਕਿਡਨੈਪਿੰਗ। ਇਲੇ ਇਲੇ ਪਰ ਉਹਨਾਂ ਨੇ ਤਾਂ ਬੰਦਾ ਚੁੱਕ ਲਿਆ। ਅਯਯੋ ਅਯਯੋ ਅਯਯੋ, ਗੁਰੂ ਜੀ ਬੋਲਿਆ ਨੋ ਮਰਡਰ ਨੋ ਕਿਡਨੈਪਿੰਗ। ਕਿਡਨੈਪਿੰਗ ਸਰੀ, ਗੈਸਟ ਕੋ ਘਰ ਲੈ ਕੇ ਆਨੇ ਕਾ। ਹਾਂ ਓਕੇ, ਫੜੋ ਇਹਨੂੰ। ਅਯਯੋ ਅੱਛਾ ਜੀ, ਹੁਣ ਲੈ ਆਓ ਫਿਰ ਉਹਨਾਂ ਨੂੰ। ਕਿੱਥੇ ਹੈ ਡੱਬਾ ਦੱਸ ਦੇ। ਡੱਬਾ ਕਿੱਥੇ ਦੱਸ? ਆ ਸੀ ਸਾਲਿਆ, ਮੇਰਾ ਨਾਮ ਬਿੰਨੂ ਹੈ, ਬਿੰਨੂ ਢਿੱਲੋਂ। ਇੱਕ ਮਿੰਟ ਡੌਨ ਸਾਹਿਬ, ਜਾਂ ਤਾਂ ਇਹਦਾ ਨਾਮ ਬਦਲੋ ਜਾਂ ਸਾਲੇ ਦੀ ਪਲਾਸਟਿਕ ਸਰਜਰੀ ਕਰਾਓ, ਮੈਂ ਆਪਣੇ ਨਾਮ ਦੀ ਹੋਰ ਬੇਇੱਜ਼ਤੀ ਨਹੀਂ ਹੋਣ ਦੇਣੀ। ਹਾਂ ਅੱਛਾ, ਲੈ ਹੁਣੇ ਕਰਦਾ ਤੇਰੀ ਆਰਤੀ। ਦੱਸ ਡੱਬਾ ਕਿੱਥੇ ਹੈ? ਬਸ ਡੌਨ ਸਾਹਿਬ, ਇਹਦਾ ਮੂੰਹ ਮੈਂ ਖਲਪਾਉਣਾ, ਇਹ ਕੰਮ ਮੇਰੇ ਤੇ ਛੱਡੋ। ਬਸ ਸਾਲਿਆ, ਮੈਂ ਤੇਰੇ ਚਾਂਡੇ ਛੱਡੂਗਾ, ਤੇਰੇ ਹੱਥੋਂ ਤਾਂ ਖੋ ਕੇ ਲੈ ਗਿਆ ਇਹ ਡੱਬਾ। ਡੌਨ ਸਾਹਿਬ, ਮੈਨੂੰ ਨਹੀਂ ਪਤਾ ਡੱਬਾ ਕਿੱਥੇ ਹੈ, ਮੈਂ ਤਾਂ ਮੁੰਡੇ ਲੈ ਗਏ ਸੀ। ਨਾਂ ਕੀ ਹੈ ਮੁੰਡਿਆਂ ਦਾ? ਨਾਮ ਆਪਾ ਬੇਵਕੂਫਾ, ਤੈਨੂੰ ਅਕਲ ਕੱਖ ਨੀ ਹੈ? ਗੁਰੂ ਜੀ ਦਾ ਆਦੇਸ਼ ਨਹੀਂ ਮੰਨਿਆ, ਕਿਡਨੈਪਿੰਗ ਕੀਤਾ, ਕਿਡਨੈਪਿੰਗ। ਅਰੇ ਵਾਹ, ਬੜੇ ਚੰਗੇ ਲੱਗ ਰਹੇ ਹੋ ਤੁਸੀਂ। ਇਹ ਤੁਹਾਡੀ ਵੱਡੀ ਭੈਣ ਹੈ? ਭੈਣ ਨਹੀਂ ਡੈਣ ਹੈ। ਅਯਯੋ ਅਯਯੋ, ਆਪਾ ਇੰਨਾ ਸੋਹਣਾ ਮੁੰਡਾ, ਅੱਜ ਤੋਂ ਇਹ ਸਾਡਾ ਗੈਸਟ ਹੈ ਇਸ ਘਰ ਦਾ। ਇਹ ਗੈਸਟ ਹੈ, ਇਹ ਗੈਸਟ ਹੈ, ਇਹ ਗੈਸਟ ਹੈ। ਆਮਾ ਜੀ
चांदनी गेस्ट को कोत्त में लगो आजा गैस्ट ने कुत्ता विला सानू कुछ नहीं अयो हाय काश किते मैं एस हीर दा रांझा हुंदा हाय काश किते मैं एस हीर दा रांझा हुंदा एदे बापू दा ते मेरा बिजनेस सांझा हुंदा एदे बापू दा ते मेरा बिजनेस सांझा हुंदा इक कलोनी कट दे चंडीगढ़ दे ਗੜ ਦੇ ਨੇੜੇ ਸਾਰੇ ਪੰਜਾਬ ਨੂੰ ਰਲ ਕੇ ਲਾਇਆ ਮਾਂਜਾ ਹੁੰਦਾ ਹਾਏ ਕਾਸ਼ ਕਿਤੇ ਮੈਂ ਇਸ ਹੀਰ ਦਾ ਰਾਂਝਾ ਹੁੰਦਾ ਇਹਦੇ ਬਾਪੂ ਦਾ ਤੇ ਮੇਰਾ ਬਿਜ਼ਨਸ ਸਾਂਝਾ ਹੁੰਦਾ ਹਾਏ अपना वंडरलैंड बना लेना सी हाय जाए असी अपना वंडरलैंड बना लेना सी ओदे मेन गेट ते फट्टा मेरे नां दा हुंदा ओदे मेन गेट ते फट्टा मेरे नां दा हुंदा हाय काश किते मैं इस हीर दा रांझा हुंदा एदे बापू दा ते मेरा बिजनेस सांझा समझ नहीं आती यार डब्बा गया तो गया कितने कल जो आप बाहर आए थे डब्बा सीगा किधर कोल किधर कोल सी साले ही मैं पूछ रहा हूँ डब्बा सीगा किधर कोल यार मैंने साले सपने आते हैं कि डब्बा कितने मैं तो ये गल नहीं समझ आती कि साली सारी गल को कमा के मेरे ते क्यों आ जाती है और सारा पौड़ी तेरा पाया हुआ है मैं तो चुप कर यार तू इन्हें शुक्र मना के अपन डॉन का घर पता लग गया चल जाके तो माफी मांग दे हूं यार तू तो माफी मांग ली मैं तो कॉफी मांग लूंगा फेसबुक पे स्टेटस पावांगे हैविंग कॉफी विद डॉन ऑफ मॉरिशियस ए दुनिया दा इको एक जादू है जो सिर्फ मैं जानता बस इन्हें नहीं क्यों आंदा ना नहीं होर भी आंदे है ओम करगस ने कह दूंगे ए देखो जादू दा करिश्मा ए दूसरा जादू मारो ताली आ देखो जी मिनट वाली गल ही है जी हाँ। दो घंटे हो इको जादू देख दिया नु हुण तां छड़ दो जी देखो गलती हो गई जी तुसी ऐ करो जी सानू दोनों नु माफ कर दो मैं तां कहना साडे दोस्त नु भी दफा करो जी तुसी इत्थों देखो इंसान गलतियां दा की हुंदा है स्टैचू स्टैचू ही हुंदा जी ओ नहीं 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 ओ मैं मिट्टी वाला दूध नहीं पी सकदा ओ मिट्टी वाला ओ नहीं पी सकदा ओ मेनू बदाम वाली खीर ना खवाओ ओ मेरा दिमाग कम कर लगे दा ओ मेनू ना खवाओ ओ मेनू ना पियाओ मेनू आ देखो पापा 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 मैं तां कह रहा क्योंकि अंकल कहण दा रिश्ते विच कड़तन जी नहीं आ रही पापा पापा किवें कहया है आ जेड़े तेरे नाल दे पापी आए बैठे ने इन्हां दा की करिए जो जहाज लैंड कर रहा सी ना मैं रनवे तो देख लिया सी इन्हां नूं जबलिया ना मारो नहीं तो जादू नाल मैं थानू कबूतर बना देना ओ दो दो उत्थे रख रखो ते उधर रखो दस दो मेरे डब्बा कित्थे है डब्बा कितने
जिस तरह नाल पापा तड़प रहे ने मैं लगता प्रेशर बहुत बढ़ गया हूँ। ओ नहीं सर, प्रेशर की गल नहीं है, डब्बा चाहिए मेनू लाल रंग दा, मेरा अपना डब्बा, दसो डब्बा कित्थे है। सर जी डब्बा तो है नहीं जी, जे तुसी कहो तो पानी वाली बोतल भर के ले आवां। ओ साले जूतियां मार के मैं तेरा सिर पाड़ देना, बोतल नहीं चाहिए, मेनू मेरा लाल रंग दा डब्बा दसो कित्थे है। दसो सच्ची जी सानू डब्बे बारे कुछ नहीं पता जी, उदन घुट के ज्यादा हो गई सी। घुट के इन्होंने तो ड्रम नू मूह लाया सी पापा, ये तो फिर मैं इन्हों नू कहा भी थोड़े प्राणे ने भी घुट लाउणी है, फिर कितने जाके इन्हें निक ड्रम ने भी छड़ी है, फिर थोड़े प्राणे ने पीती है, नाल ही इन्होंने थोड़े प्राणे नू धक्के मारने शुरू करते पापा। ओए केड़ा साडा प्राणा, ओ केड़ा केड़ा प्राणा, ओ अपना मैं ही सड़ा, जदों मुसीबत आई है तो गधे नू बाप, गधा की नू कह रहे हो, गधा गधा की नू कह रहे हैं, ਉਹ ਤਾਂ ਗਧੇ ਨੂੰ ਬਾਪ ਬਣਾ ਲਿਆ ਤੂੰ। ਚੱਲ ਮੈਂ ਗੱਲ ਕਰ ਰਿਹਾ, ਤੂੰ ਵਿੱਚ ਰੰਗ ਕਿਉਂ ਉਡਾ ਰਿਹਾ ਓਏ, ਨਾ ਹੁਣ ਮੈਨੂੰ ਤੂੰ ਦੱਸੇਗਾ ਵੀ ਕਿਵੇਂ ਗੱਲ ਕਰਦੀ ਹੈ। ਓਏ ਓਏ ਸਾਲੇ, ਉਹ ਹੌਲੀ ਬੋਲੋ ਹੌਲੀ, ਜੇ ਕਿਤੇ ਸ਼ੇਰਨੀ ਨੇ ਸੁਣ ਲਿਆ ਨਾ ਤਾਂ ਸਾਰਿਆਂ ਨੂੰ ਕੱਚਿਆਂ ਖਾ ਜਾਏਗੀ। ਪਾਪਾ ਸ਼ੇਰਨੀ ਕਦੇ ਵੀ ਆਪਣੇ ਬੱਚਿਆਂ ਨੂੰ ਨਹੀਂ ਖਾਂਦੀ ਹੁੰਦੀ, ਇਸ ਕਰਕੇ ਬੀ ਰਿਲੈਕਸ। ਸ਼ੇਰਨੀ ਬ੍ਰੈਡ ਪਕੌੜੇ ਖਾਂਦੀ ਹੁੰਦੀ ਹੈ। ਮਾਰੇ ਮਾਰੇ मैं फोन सुनया जी। हाँ सुन ले बेटा सुन ले। हाँ दस। हाँ हेलो बोल। हाय इत्थे तां सियापा ही पै गया वे गुरिया। मैं तो इत्थे बैठी तैयार होई जानी आ, मर जाने प्रिंस नु एयरलाइन वाले ना फोन आ गया, कहंदे जे व्याह लेट कराए ते टिकट कैंसिल करानी पौगी, 2000 रुपए दा नुकसान होगा। दफा होना 2000 विच अपना बॉक्स भूल गया, कहंदा मैं ते अज ही व्याह कराऊंगा। गुरे हुण की होएगा? की ਹੋਰ ਕੀ, ਮੈਨੂੰ ਲੱਗਦਾ ਰੁੜ ਜਾਣੇ ਨੇ ਐਵੇਂ ਫੋਕਾ ਹੀ ਰੌਲਾ ਪਾਇਆ ਹੋਇਆ ਸੀ। ਕੀ ਗੱਲਾਂ ਕਰਦੀਆਂ ਯਾਰ, ਤੁਸੀਂ ਨਾ ਗਲੇ ਡੱਬਾ ਲੈ ਕੇ ਹੋਵੋਗੇ, ਅਸੀਂ ਡੱਬਾ ਤੇ ਉਹਦੇ ਕੋਲ ਹੀ ਹੈ, ਹੁਣ ਕੀ ਹੋਏਗਾ ਗੁਰੇ? ਫਿਰ ਮੈਂ ਤੇਰਾ ਵਿਆਹ ਤੜਾਵਾਂ। ਹੁਣ ਤੂੰ ਦੇਖੀ ਜਾਈ ਮੇਰੀ ਸਕੀਮ ਨੂੰ, ਤੂੰ ਫੋਨ ਕੱਟ। ਹਾਂ ਉਹ ਸਾਨੂੰ ਕੁਝ ਯਾਦ ਨਹੀਂ, ਸਾਨੂੰ ਨਹੀਂ ਪਤਾ ਡੱਬਾ ਕਿੱਥੇ। ਕਿਵੇਂ ਨਹੀਂ ਪਤਾ ਤੈਨੂੰ ਹੈਂ, ਉਹ ਕਿਉਂ ਝੂਠ ਮਾਰਦਾ ਯਾਰ, ਸਭ ਕੁਝ ਸੱਚ ਸੱਚ ਕਿਉਂ ਨਹੀਂ ਦੱਸ ਦਿੰਦਾ? ਐਕਚੁਲੀ ਅੰਕਲ ਜੀ, ਸਰ ਜੀ ਕਹਿਣਾ ਥੋੜਾ ਉਪਰਾ ਜਿਹਾ ਲੱਗਦਾ ਨਾ ਜੀ, ਹੁਣ ਪ੍ਰੀਤਮ ਦੇ ਪਾਪਾ ਵੀ ਸਾਡੇ ਅੰਕਲ ਹੀ ਹੋਏ ਨਾ। ਕਿਉਂ ਜੀ? ਓਏ ਮੈਨੂੰ ਮੇਰਾ ਡੱਬਾ ਦੇ ਦਿਓ, ਬੇਸ਼ੱਕ ਬਾਅਦ ਚ ਕੁੱਤਾ ਕਹਿ ਲਿਓ, ਡੌਨ ਜੋ ਮਰਜ਼ੀ ਬਕਵਾਸ ਕਰੀ ਜਾਵੇ ਪਰ ਡੌਨ ਤਾਂ ਕਿਸੇ ਨੇ ਨਾ ਲੈਣਾ। ਓਏ ਕੀ ਪੌਂਕੀ ਜਾ ਰਹੇ ਹੋ, ਹੁਣ ਪੌਂਕੋ ਪੌਂਕੋ ਬਹੁ। ਅੰਕਲ ਜੀ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ, ਐਕਚੁਲੀ ਨਾ ਇਹ ਤੁਹਾਨੂੰ ਬਹੁਤ ਤਿਓ ਕਰਦਾ। ਕਿਹਦਾ ਪਿਓ ਕਰਦਾ? ਤਿਓ ਕਰਦਾ ਜੀ, ਬਹੁਤ ਪਿਆਰ ਕਰਦਾ, ਇਹ ਕਹਿੰਦਾ ਡੱਬੇ ਭਾਵੇਂ ਲੱਖਾਂ ਗਵਾ ਜਾਣ ਪਰ ਅੰਕਲ ਦੇ ਉੱਤੇ ਕੋਈ ਆਂਚ ਨਹੀਂ ਹੋਣੀ ਚਾਹੀਦੀ। ਐਡੀ ਕੀ ਹਿੰਮਤ ਓਏ, ਜੋ ਮੇਰੇ ਹੁਣ ਵਾਲੇ ਸਹੁਰੇ ਤੇ ਆਂਚ ਲਾਉਣ ਦੀ ਗੱਲ ਕਰ ਰਿਹਾ ਹੈ। ਯਾਰ ਤੁਸੀਂ ਠੀਕ ਕਹਿ ਰਹੇ ਹੋ ਯਾਰ। ਅੰਕਲ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ, ਅਸੀਂ ਡੱਬਾ ਲੈ ਕੇ ਤੁਹਾਡੇ ਕੋਲ ਆ ਰਹੇ ਸੀ, ਠੀਕ ਹੈ, ਰਸਤੇ ਸਾਨੂੰ ਪ੍ਰਿੰਸ ਮਿਲ ਗਿਆ। ਅੱਛਾ, ਦ ਪ੍ਰਿੰਸ ਆਫ ਗਿੱਦੜ ਬਹਾ, ਉਹਨੇ ਪਹਿਲਾਂ ਦੋ ਚਪੇੜਾਂ ਇਹਦੇ ਮਾਰੀਆਂ, ਫਿਰ ਉਹਨੇ ਦੋ ਚਪੇੜਾਂ ਫਿਰ ਇਹਦੇ ਮਾਰੀਆਂ। ਕੀ ਬਕਵਾਸ ਕਰੀ ਜਾਂਦਾ ਓਏ? ਯਾਰ ਤੂੰ ਚੁੱਪ ਨਹੀਂ ਰਹਿ ਸਕਦਾ, ਉਹਨੇ ਸਾਡੇ ਤੋਂ ਡੱਬਾ ਖੋਇਆ ਤੇ ਚਲਾ ਗਿਆ ਜੀ। ਉਹ ਕਹਿੰਦਾ ਕਿਹੜਾ ਡੌਨ ਹੈ, ਕਿਹੜਾ ਕਿੰਗ ਹੈ, ਕਿੰਗ ਹੋਊਗਾ ਆਪਣੇ ਘਰ ਹੋਊਗਾ। ਜੇ ਹਿੰਮਤ ਹੈ ਨਾ ਉਹ ਸਾਡੇ ਵਿਆਹ ਦੇ ਵਿੱਚ ਆ ਕੇ ਡੱਬਾ ਲਿਜਾ ਕੇ ਦਿਖਾਵੇ, ਇੱਦਾਂ ਬੋਲਿਆ ਤੁਹਾਨੂੰ ਉਹ? ਕਿਹਦੀ ਮੌਤ ਆਈ ਹੈ ਸਾਲੇ, ਇਹ ਤਾਂ ਮੇਰਾ ਡਾਇਲੌਗ ਸੀਗਾ, ਤੁਸੀਂ ਬੋਲੋ। ਕਿਹਦੀ ਮੌਤ ਆਈ ਹੈ? ਪ੍ਰਿੰਸ ਦੀ ਅੰਕਲ, ਪ੍ਰਿੰਸ ਆਫ ਗਿੱਦੜਬਾਹਾ। ਬੀਨੂ, ਹਾਂਜੀ, ਇਹ ਮਦਰਾਸੀਆਂ ਦੀ ਫੌਜ ਲੈ ਕੇ ਜਾ, ਮੈਂ ਵੀ ਦੇਖਦਾ ਪ੍ਰਿੰਸ ਆਫ ਗਿੱਦੜਬਾਹਾ ਕਿਵੇਂ ਵਿਆਹ ਕਰਵਾਉਂਦਾ ਹੈ। ਠੀਕ ਹੈ, ਪ੍ਰਿੰਸ ਆਫ ਗਿੱਦੜਬਾਹਾ ਨੂੰ ਸੜੇ ਬਹੁ ਖਿੱਚ ਕੇ ਲਿਆਓ। ਠੀਕ ਹੈ ਜੀ। ਪਾਪਾ ਤੁਹਾਡੀ ਇਹ ਇੱਛਾ ਮੈਂ ਪੂਰੀ ਕਰਾਂਗਾ। ਸਾਲਿਆ ਨੇੜੇ ਲੱਗਦਾ, ਸਾਲਿਆ ਮੈਂ ਘੱਟੋ ਘੱਟ ਬੰਦਾ ਤਾਂ ਲੱਗਦਾ, ਇਹ ਕੰਮ ਮੁੰਡਾ ਖੁੰਡੇ ਦਾ ਹੁੰਦਾ, ਇਹ ਕੰਮ ਮੈਂ ਕਰੂੰਗਾ। ਚਲੋ ਫੌਜ ਇਕੱਠੀ ਕਰ, ਚਲੋ ਸਾਲਾ ਮੂੰਹ ਨਾ ਮੱਥਾ ਜਿੰਨ ਬਹਾਰੋ ਨੱਥਾ, ਚਲੋ ਚਲੋ ਤੁਸੀਂ ਵੀ ਚਲੋ, ਸਮਝਣਾ ਹੁੰਦਾ, ਚਲੋ ਚਲੋ ਚਲੋ। ਉਹ ਜਾਣ ਤੋਂ ਪਹਿਲਾਂ ਆਸ਼ੀਰਵਾਦ ਤਾਂ ਲੈ ਲੈ, ਫੜਾਓ ਦੋ ਕੜਛੂ ਕੜਾਚ ਕੜਕੜ ਕੜਛਮ। ਹੈਲੋ ਡੈਡ, ਤੇਜੀ ਦਾ ਇੱਥੇ ਬਹੁਤ ਵੱਡਾ ਘਰ ਆ, ਆਪਣੇ ਆਸਟ੍ਰੇਲੀਆ ਵਾਲੇ ਘਰ ਨਾਲੋਂ ਨਾ ਬਸ ਥੋੜਾ ਜਿਹਾ ਛੋਟਾ। ਵਾਟ? ਮੈਨੂੰ ਲੱਗਦਾ ਤੇਜੀ ਦੀ ਬਰਾਤ ਜਾ ਰਹੀ ਹੈ ਡੈਡ। ਓ ਮਾਈ ਗੋਡ, ਸਿਮਰਨ ਦਾ ਐਡਾ ਵੱਡਾ ਧੋਖਾ, ਬਾਬਾ ਜੀ ਤੁਸੀਂ ਮੈਨੂੰ ਚੱਕ ਕਿਉਂ ਨਹੀਂ ਲਿਆ? ਡੋਂਟ ਵਰੀ ਮਾਈ ਐਂਜਲ, ਮੈਂ ਮੌਰੀਸ਼ਸ ਲੈਂਡ ਕਰ ਗਿਆ। ਹੈਲੋ ਡੈਡ, ਫਟਾਫਟ ਇੱਥੇ ਪਹੁੰਚ ਜਾਓ ਏਅਰਪੋਰਟ ਤੋਂ ਪਲੀਜ਼, ਇਟਸ ਬਾਉਂਡ ਟੂ ਇਟ, ਵਿਲਾ ਨੰਬਰ 1, ਕਮ ਫਾਸਟ। ਚਾਂਦਨੀ ਤਾਂ ਹੁਣ ਮੇਰੀ ਹੀ ਹੋਣੀ ਹੈ। ਚਲੋ ਬੜਿਆ,
ਦੱਬਦੇ ਰੇਸ ਨੱਪਦੇ ਕਿੱਲੀ ਅੱਜ ਤੇਰੇ ਪਿਆਰ ਦਾ ਸਵਾਲ ਹੈ ਸ਼ੇਰਾ ਸਾਲਿਆ ਮੇਰੇ ਪਿਆਰ ਦਾ ਨਹੀਂ ਆਪਣੇ ਤਿੰਨਾਂ ਦੇ ਪਿਆਰ ਦਾ ਸਵਾਲ ਹੈ ਸਾਲਿਆ ਮੈਂ ਤਾਂ ਸਵਾਲ ਦਾ ਜਵਾਬ ਵੀ ਦਿੱਤਾ ਸੀ ਤੁਸੀਂ ਮੇਰੀ ਆਨਸਰ ਸ਼ੀਟ ਹੀ ਪਾੜਤੀ ਪ੍ਰਿੰਸ ਨੂੰ ਅੱਜ ਕਿਡਨੈਪ ਕਰਕੇ ਲਿਆਉਣੀ ਲਿਆਉਣਾ ਇੱਥੇ ਸਾਲਿਆ ਜੇਲ੍ਹ 'ਚ ਤਾਂ ਬੜੇ ਦਿਲਾਸੇ ਦਿੰਦਾ ਸੀ ਓਏ ਜੇਲ੍ਹ 'ਚ ਸਾਲਿਓ ਤੁਸੀਂ ਜੇਲ੍ਹ 'ਚ ਜਾ ਕੇ ਆਏ ਹੋ ਮੈਨੂੰ ਦੱਸਿਆ ਹੀ ਨਹੀਂ ਗੱਲ ਸੁਣੋ ਯਾਰੀ ਦੋਸਤੀ ਆਪਣੀ ਥਾਂ 'ਤੇ ਬਸ ਕੀ ਆਪਣੀ ਥਾਂ 'ਤੇ ਹੈ ਮਸਾਂ ਮਸਾਂ ਮੇਰਾ ਘਰ ਵਸਣ ਲੱਗਿਆ ਮੇਰੇ ਸਹੁਰੇ ਕੀ ਕਹਿਣਗੇ ਵੀ ਸਾਲਾ ਮੁਰਜਲ ਮਾਲਾ ਜਾਲੀ ਲਾਈ ਫਿਰਦਾ ਸਾਲਿਆ ਯਾਰੀਆਂ ਫੇਰਨੇ ਵਾਲੀ ਹੋ ਜਾਂਦਾ ਤੇਰਾ ਫੱਫੜ ਸਾਹਮੋ ਨੂੰ ਦੱਬ ਰੇਸ ਉਹ ਮਾਰ ਸਾਲੇ ਗੈਂਡੇ ਦੀ ਗੱਡੀ 'ਚ ਲੈ ਹੁਣ ਨਹੀਂ ਛੱਡਦੇ ਗੈਂਡੇ ਰੁਕ ਜਾ ਭਜਾਉਂਦਾ ਬਹੁਤ ਹੈ ਛੱਡ ਜਾ ਹੁਣ ਨਹੀਂ ਛੱਡ ਦੇ ਇਹ ਸਾਲੇ ਕਿੱਧਰ ਆਉਂਦੇ ਅੱਗੇ ਲੈ ਗਏ ਅੱਗੇ ਲਾ ਲਾ ਵਿੱਚ ਮਾਰ ਸਾਲੇ ਝੋਲੇ ਦੇ ਦੇ ਕਿਉਂ ਪਤਾ ਆ ਗਈ ਨਾ ਖੋਤੀ ਖੋਤੀ ਆਪਣਾ ਖੋਤੀ ਬੋਰਡ ਥੱਲੇ ਹੁੰਦਾ ਆ ਗਈ ਨਾ ਖੋਤੀ ਬੋਰਡ ਥੱਲੇ ਕਿਉਂ ਪੁੱਤ ਮੂੰਹ ਦੇਖ ਹੁਣ ਐਂ ਖੋਲਿਆ ਹੋਇਆ ਨਾ ਜਿਵੇਂ ਭੋਲੇ ਨੇ ਇੰਜਣ ਖੋਲਿਆ ਹੋਵੇ ਸਾਲਾ ਹੋਇਆ ਚੱਲ ਤੂੰ ਬੰਦਾ ਬਣ ਕੇ ਗੱਡੀ ਖਿੱਚਣ ਸਾਡੇ ਨਾਲ ਪੰਗੇ ਲੈਂਦਾ ਸੀ ਹੁਣ ਆ ਜਾ ਹਾਏ ਰੱਬ ਸੱਚਿਆ ਮੈਂ 25 ਰੁਪਏ ਦਾ ਪ੍ਰਸ਼ਾਦ ਚੜਾਉਂਗੀ ਬਸ ਮੇਰਾ ਵਿਆਹ ਨਾ ਹੋਣ ਦੋ ਬਾਬਾ ਜੀ ਪਲੀਜ਼ 2 ਸਾਲ ਡਬਲ ਡਬਲ ਮਿਹਨਤ ਕਰਕੇ ਮਸਾਂ ਦਾ ਗੁਰੇ ਨਾਲ ਅਫੇਅਰ ਚਲਾਇਆ ਹੁਣ ਤੁਸੀਂ ਪਿਆਰ ਦੇ ਇਮਤਿਹਾਨ ਨਾ ਲਓ ਬਾਬਾ ਜੀ ਪਲੀਜ਼ ਬਾਬਾ ਜੀ ਨੇੜੇ ਹੋ ਕੇ ਸੁਣ ਲਓ ਪਲੀਜ਼ ਪਲੀਜ਼ ਬਾਬਾ ਜੀ ਪਲੀਜ਼ ਕਿੰਮੀ ਬਾਬਾ ਜੀ ਤੁਸੀਂ ਤਾਂ ਸੱਚੀ ਸੁਣ ਲਈ ਕਿੰਮੀ ਇੱਧਰ ਦੇਖ ਬਾਰੀ ਵੱਲ ਬਾਬਾ ਜੀ ਤੁਸੀਂ ਤਾਂ ਜਮਾਂ ਤੇਜ਼ੀ ਵਰਗੇ ਲੱਗਦੇ ਹੋ ਯਾਰ ਮੈਂ ਤੇਜ਼ੀ ਹਾਂ ਹਾਏ ਮੈਂ ਮਰ ਗਈ ਤੂੰ ਇੱਥੇ ਕਿਵੇਂ ਉਹ ਮੈਂ ਕੱਲਾ ਨਹੀਂ ਆਇਆ ਮੇਰੇ ਨਾਲ ਗੁਰਾ ਵੀ ਆਇਆ ਉੱਤੇ ਤਿਆਰ ਹੋ ਰਿਹਾ ਉੱਥੇ ਤੇਰੇ ਪ੍ਰਿੰਸ ਨੂੰ ਅਸੀਂ ਚਕਾਤਾ ਹੁਣ ਤੇਰਾ ਵਿਆਹ ਗੁਰੇ ਨਾਲ ਹੀ ਹੋਊਗਾ ਅੱਛਾ ਕਾਲੇ ਕੱਪੜੇ ਲਈ ਤੁਹਾਡੇ ਬੰਦੇ ਹੈ ਉਹ ਸਾਲੇ ਬਲੂੰਗੜਿਆਂ ਜਿਹਾਂ ਨੇ ਫੇਰ ਸਾਡੀ ਸਾਰੀ ਕੀਤੀ ਕਰਾਈ ਤੇ ਪਾਣੀ ਫੇਰਤਾ ਉਹ ਗੁਰੇ ਨੂੰ ਪ੍ਰਿੰਸ ਸਮਝ ਕੇ ਚੱਕ ਕੇ ਲੈ ਗਏ ਤੇ ਸਿਆਪਾ ਫੇਰ ਮੇਰੀ ਜਾਨ ਨੂੰ ਓਏ ਇੱਥੇ ਵੀ ਆ ਗਏ ਓਏ ਤੇ ਗੁਰੇ ਨੂੰ ਚੱਕੀ ਜਾਂਦੇ ਆ ਰੁਕ ਤੇ ਜਿਵੇਂ ਵੀ ਆਈ ਕਿੱਥੇ ਲੈ ਜਾ ਰਹੇ ਮੇਰੇ ਜੁਆਈ ਨੂੰ ਉੱਚੇ ਦੀ ਲੋ ਤੱਕਾ ਉਹ ਆ ਕੇ ਸਾਲੇ ਨਾਲ ਰਲ ਕੇ ਪਾਪਾ ਪ੍ਰੀਤਮ ਪਾਪਾ ਚੱਕੋ ਦਾ ਪ੍ਰਿੰਸ ਤੇ ਕੱਢੋ ਮੇਰੀ ਪ੍ਰਿੰਸੈਸ ਪ੍ਰੀਤਮ ਚੰਗੀ ਤਰ੍ਹਾਂ ਦੇਖ ਲਈ ਕਿਤੇ ਜਾਗਦਾ ਹੀ ਨਾ ਹੋਵੇ ਭਰੋਸਾ ਰੱਖੋ ਮੇਰੇ ਤੇ ਹੁਣ ਤਾਂ ਚਾਹੀਦੀ 6 ਮਹੀਨੇ ਇਹਦੇ ਬੁਰੇ ਢੋਲ ਵਜਾਈ ਚਲੋ ਕੁੰਭਕਰਨ ਵਾਂਗੂ ਇਹ ਨਹੀਂ ਉੱਠਦਾ ਆਪੇ ਅੰਦਰ ਗਈ ਪਾਰੂ ਪੈਂਦੇ ਆ ਲੱਗਦੇ ਆ ਜੇ 6 ਮਹੀਨੇ ਉੱਠੇਗਾ ਨਹੀਂ ਤਾਂ ਡੱਬਾ ਤੇਰਾ ਪਿਓ ਦਊਗਾ ਮੈਨੂੰ ਨਹੀਂ ਪਾਪਾ ਮੈਂ ਤਾਂ ਕਿਹਾ ਸੀ ਵੀ ਚਾਹੀਦੀ ਇਹਦੇ ਸਾਹਮਣੇ 6 ਮਹੀਨੇ ਢੋਲ ਵਜਾਈ ਚਲੋ ਇਹ ਨਹੀਂ ਉੱਠਦਾ ਸ਼ਾਇਦ ਤੂੰ ਵੀ ਤੇ ਡਫਰੀ ਨਾਲ ਹੀ ਉੱਠ ਖੜੇ ਜੀ ਹੋਰ ਤੇਜ ਤੇਜੀ ਬਸ ਥੋੜਾ ਹੋਰ ਤੇਜ ਸਟਾਪ ਇਟ ਯੂ ਬੱਬਰ ਡੈਡ ਸ਼ੂਟ ਹਿਮ ਰੁਕ ਤੇ ਜਾਂਦਾ ਕਿੱਥੇ ਹੈ ਤੂੰ ਬੱਜ ਯਾਰ ਪ੍ਰਿੰਸ ਉਹ ਪ੍ਰਿੰਸ ਉੱਠ ਖੜੋ ਜੇ ਤੂੰ ਨਾ ਉੱਠਿਆ ਮੇਰਾ ਵਿਆਹ ਟੁੱਟ ਜੂ ਜੇ ਮੈਂ ਤੈਨੂੰ ਛੱਡਦਾ ਤੇਰੀ ਗਰਦਨ ਟੁੱਟ ਜੂ ਸਾਰਿਆਂ ਉੱਠ ਖੜ ਉਹ ਤੈਨੂੰ ਆਪਣੇ ਵਿਆਹ ਦੀ ਪਈ ਹੈ ਉਹ ਤੈਨੂੰ ਨਹੀਂ ਪਤਾ ਡੱਬਾ ਮੇਰੇ ਵਾਸਤੇ ਕਿੰਨਾ ਇੰਪੋਰਟੈਂਟ ਹੈ ਮੈਨੂੰ ਡੱਬਾ ਚਾਹੀਦਾ ਇੱਕ ਤਾਂ ਮੈਨੂੰ ਇਹ ਨਹੀਂ ਸਮਝ ਲੱਗ ਰਹੀ ਇਹ ਮੁੰਡੇ ਕਦੋਂ ਜੰਮੀ ਜਾ ਰਹੇ ਮੇਰੇ ਅਸਲੀ ਪ੍ਰਿੰਸ ਮੈਂ ਲੈ ਕੇ ਆਇਆ ਇਹ ਤਾਂ ਸਾਲਾ ਫਸਟ ਆਉਣ ਦਾ ਮਾਰਾ ਕਿਸੇ ਹੋਰ ਨੂੰ ਚੱਕ ਲਿਆ ਆਹ ਦੇਖੋ ਪਾਪਾ ਆਹ ਦੇਖੋ ਪਾਪਾ
ओए मेरा प्रिंस असली है चाहिए ब्लड टेस्ट करवा लो इहदा तू तां कितें साड़ा इहदा डीएनए ना करा दे इहदे नाल मैनूं फेट मार के सिट आया सी ओए ओए तैनूं मैं दस्सदा फेट मार नूं साला मैं तुझे ट्रक लई फिरदा सी ओ तैनूं तैनूं मैं साले मैं दोनों नूं तड़ी पार करा दूं मैनू ये दसो भाई असली प्रिंस कौन है मैनू मेरा डब्बा चाहिए डब्बा बड़ा कीमती मेरा डब्बा कीमती तुसी पूर्ण पटाका कर लो ना ठीक है ठीक है पूर्ण पटाका कर दे पूर्ण पटाका असली काका लबो मुंडियो पूर्ण पटाका चुर चुर पौ पौ फिर सोचो असली प्रिंस कौन है मेरे तो बंब चलाने फिर दी है Versus Preeta. Ladai shuru. Come on, Preeta. Hey, kya hua? Saale sidhi tarah ladan mere naal. Saale madari de bandar mangu da kari jana. Aaja phir. Aaja. Tun ni chhod de. Asli prince main leke aaya. Asli prince main leke aaya. Yes. Come on. Nahi chhod. Chak de. Asli prince mere aa. Eh mari de. मारदा बंदे ने बहना भी होंदा असली प्रिंस मैं साला बुढ़े दे नंबर बनाने वास्ते किम्मी नूं इत्थे लेके आया तू खड़ तेरी मेरा डब्बा हाय मेरा डब्बा गुरु खड़ मेरा डब्बा फड़ो इनू ओ मेरी चादरी ओ डब्बा दे दो तेरी डब्बा चादरी धोखे बाज ओए मेनू डब्बा दे दे डब्बा चाहिए मेरी चादरी दे दे डब्बा ओ दे दे डब्बा ओ रुक जा डब्बा दे दे मेरा झाड़ू किथे मेरा जड़ा काम रब नहीं कर सका वो तेरे एक कसूर ने कर देता आंटी पीछे मेरा डब्बा साला दूरबीन दिखाई है ना हनीमून पे तू
ਇਹ ਬੰਦਾ ਤਾਂ ਕਿਤੇ ਦੇਖਿਆ ਲੱਗਦਾ ਦੇਖਿਆ ਲੱਗਦਾ ਛੱਡ ਦੇ ਪਹਿਲਾਂ ਡੱਬਾ ਤਾਂ ਲੱਭਣ ਦੇ ਪਾਜਲਾ ਓਏ ਓਏ ਰੁਕ ਜਾ ਸਾਲਿਆ ਪੰਜਾਬ ਜਾ ਕੇ ਬੁਰਾ ਹਾਲ ਕਰਤਾ ਮੇਰੇ ਨਾਲ ਅੱਧੀ ਪਾ ਲੈ ਅੱਧ ਨਹੀਂ ਪ੍ਰੀਤੂ ਨੂੰ ਅੱਧ ਨਾਲ ਥੋੜਾ ਜਿਹਾ ਬੰਦ ਖਾਣ ਦੀ ਆਦਤ ਹੈ ਉਹ ਸਾਲਿਆ ਰੁਕ ਜਾ ਚੱਲ ਐ ਕਰ ਤੂੰ ਵੀ ਕੀ ਯਾਦ ਰੱਖੇਗਾ ਚੱਲ ਸਾਲਿਆ ਮੇਰੇ ਵੱਲੋਂ ਕੱਲਿਆ ਦਾ ਨਹੀਂ ਸਹੀ ਠੀਕ ਹੈ ਪਾਪਾ ਸਾਲਿਆ ਇੰਨੀ ਇੱਜ਼ਤ ਬਣਾ ਦੇ ਕਿਉਂ ਹਾਜਬ ਨਹੀਂ ਹੁੰਦੀ ਇਹਦਾ ਕੋਈ ਭਰੋਸਾ ਨਹੀਂ ਚੱਲ ਤੂੰ ਸੜਿਆ ਪਿੰਡ ਹੋ ਜਾ ਤੇਰੇ ਪਿੱਛੇ ਮੇਰਾ ਵਿਆਹ ਟੁੱਟਣ ਲੱਗਾ ਤੇ ਤੂੰ ਚੰਗੀ ਕੀਤੀ ਮੇਰੇ ਨਾਲ ਧੋਖਾ ਦਿੱਤਾ ਤੂੰ ਮੈਨੂੰ ਧੋਖਾ ਮੈਨੂੰ ਕਹਿੰਦਾ ਕਿੰਮੀ ਨਾਲ ਤੇਰਾ ਵਿਆਹ ਕਰਾਉਂਗਾ ਤੇ ਆਪ ਭਜਾ ਕੇ ਉਹਨੂੰ ਇੱਥੇ ਲਿਆ ਕਿਹਦੇ ਵਾਸਤੇ ਉਹ ਬੁੜੇ ਦੇ ਨੰਬਰ ਬਣਾਉਣ ਲਈ ਸਾਲਾ ਬੁੜੇ ਦਾ ਕਿੰਮੀ ਹੋਰੇ ਕੀ ਭਜਾਉਣ ਨੂੰ ਕਿੰਮੀ ਬਾਰੇ ਕੋਈ ਗੱਲ ਨਹੀਂ ਕਰਨੀ ਤੈਨੂੰ ਮੈਂ ਦੱਸਾਂ ਫੜ ਲਿਆ ਓਏ ਭੱਜ ਕੇ ਆਉ ਮੈਂ ਫੜ ਲਿਆ ਆ ਜਾ ਓ ਮੇਰਾ ਜਵਾਈ ਕਿੱਥੇ ਓਏ ਮੇਰਾ ਜਵਾਈ ਕਿੱਥੇ ਓਏ ਮੇਰਾ ਜਵਾਈ ਕਿੱਥੇ ਰੁਕ 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 ਮੇਰਾ ਜਵਾਈ ਕਿੱਥੇ ਹੈ ਜਵਾਈ ਕਿਹਾ ਤੇਰਾ ਤੇਲ ਲੜ ਮੈਨੂੰ ਦੱਸ ਮੇਰਾ ਡੱਬਾ ਕਿੱਥੇ ਹੈ ਓਏ ਮੇਰਾ ਜਵਾਈ ਕਿੱਥੇ ਹੈ ਮੇਰਾ ਡੱਬਾ ਮੇਰਾ ਡੱਬਾ ਓਏ ਵੀ ਮਾਰ ਕੇ ਬਚ ਗਿਆ ਮੈਂ ਕੀ ਕਰਾਂ ਗੁਰੇ ਚੱਲ ਕੀ ਰਹੇ ਤੇ ਕੌਣ ਨੇ ਲੋਕ ਚੁੱਪ ਸ਼ਰਮ ਤਾਂ ਨਹੀਂ ਹੁੰਦੀ ਬਦਤਮੀਜ਼ ਔਰਤ ਮੈਂ ਤੇਰੇ ਪਿੱਛੇ ਸਿਹੜਾ ਬੰਦਾ ਫਿਰਦਾ ਤੇ ਤੂੰ ਮੇਰੇ ਯਾਰ ਨਾਲ ਭੱਜ ਕੇ ਇੱਥੇ ਆ ਗਈ ਆ ਡੱਫਰ ਡੰਗਰ ਦਵਾਓ ਕਮੀਨੇ ਤੇਰੇ ਪਿੱਛੇ ਨਾ ਸਕੂਟਰ ਤੇ ਬਣਾਵਾ ਲਹਿੰਗਾ ਸੰਭਾਲ ਗਈ ਆ ਸਮਝ ਆਈਏ ਆ ਗੁੰਡੇ ਤੈਨੂੰ ਚੱਕ ਕੇ ਲੈ ਗਏ ਸੀ ਇੱਕ ਤੇ ਮੇਰਾ ਲਹਿੰਗਾ ਵੀ ਖਰਾਬ ਹੋ ਗਿਆ ਆ ਦੇਖ ਸਾਈਡ ਤੋਂ ਕਢਾਈ ਵੀ ਨਿਕਲ ਗਈ ਮੈਂ ਤੇ ਕਿਹਾ ਵੀ ਸੀ ਗਾ ਉਹਨੂੰ ਟੇਲਰ ਨੂੰ ਕਿ ਵਧੀਆ ਜੀ ਗੁਰੇ ਗਲਤ ਹੈ ਕਿਵੇਂ ਡਾਰਲਿੰਗ ਫਿਰ ਸਭ ਵਧੀਆ ਹੈ ਉਹ ਹੈਲੋ ਉਹ ਇੱਧਰ ਸਾਲੇ ਇੱਥੇ ਆਸ਼ਕੀ ਮਾਰੀ ਜਾਂਦਾ ਉੱਥੇ ਸਿਮਰਨ ਦੇ ਬੁੜੇ ਨੇ ਭਮੀਰੀਆਂ ਘਮਾਈਆਂ ਪਈਆਂ ਹੁਣ ਲੱਗਦਾ ਮੈਂ ਕਿੰਮੀ ਨੂੰ ਭਜਾ ਕੇ ਲਿਆਇਆ ਜਾਂ ਸਾਹਮ ਦੇ ਬੁੜੇ ਨੂੰ ਨਾ ਸਾਲਿਆ ਤੈਨੂੰ ਦੀਦਾ ਨੀ ਮੈਂ ਤੇਰੀ ਭਰਜਾਈ ਨਾਲ ਭੇਜੀ ਆ ਤੇਰਾ ਸਹੁਰਾ ਲੱਗਦਾ ਤੂੰ ਆਪ ਸਾਹਮ ਜਾ ਕੇ ਹੋਰ ਸੁਣਾ ਡਾਰਲਿੰਗ ਆਪਣੀ ਕੀ ਗੱਲ ਚੱਲਦੀ ਸੀ ਸਾਲਿਆ ਦੱਸਿਆ ਨੂੰ ਸੋਨੀਆ ਬਾਰੇ ਆਪਣਾ ਇੱਕ ਮਿੰਟ ਵੀਰੇ ਮੇਰੀ ਗੱਲ ਤਾਂ ਸੁਣ ਦੇਖ ਮੈਂ ਤੇਰੇ ਸਹੁਰਾ ਸਾਹਿਬ ਨੂੰ ਹੈ ਤੇਰੇ ਸਹੁਰਾ ਸਾਹਿਬ ਨੂੰ ਹੁਣੀ ਜਾ ਕੇ ਕਹਿ ਨਾ ਵੀ ਦੁਨੀਆ ਚ ਇਹਦੂ ਸ਼੍ਰੀ ਮੁੰਡਾ ਹੋ ਹੀ ਨਹੀਂ ਸਕਦਾ ਚੱਲ ਡਾਰਲਿੰਗ ਮੈਨੂੰ ਇਸ ਤੋਂ ਵੀ ਥੋੜਾ ਜ਼ਰੂਰੀ ਕੰਮ ਪੈ ਗਿਆ ਬਸ ਇੱਕ ਮਿੰਟ ਮੈਂ ਹੁਣੀ ਵਾਪਸੀ ਆ ਗਿਆ ਇੱਕ ਮਿੰਟ ਬਸ ਅੰਕਲ ਹੈ ਮੇਰਾ ਮਤਲਬ ਵੀਰ ਜੀ ਆਪਣਾ ਜਿਹੜਾ ਤੇਜਪਾਲ ਮੁੰਡਾ ਨਹੀਂ ਬਿਲਕੁਲ ਸ਼੍ਰੀ ਮੁੰਡਾ ਜੀ ਕੁੜੀਆਂ ਵਰਗਾ ਮੁੰਡਾ ਹੈ ਤੁਸੀਂ ਉਹਨੂੰ ਗੱਲ ਸਮਝੀ ਇਹਨੂੰ ਦੱਸੋ ਮੈਂ ਗਲਤ ਸਮਝ ਗਿਆ ਕਿਹੜਾ ਤੇਜਪਾਲ ਮੈਂ ਤਾਂ ਜਾਣਦਾ ਨਹੀਂ ਕਿਸੇ ਨੂੰ ਤੂੰ ਸਾਹਮਣੇ ਨਹੀਂ ਤਾਂ ਕਿੰਮੀ ਦੇ ਬਾਪ ਨੂੰ ਤੇਰੀ ਕਰਤੂਤਾਂ ਦੱਸ ਦਾਂਗਾ ਜਾ ਕੇ ਚਾਂਦਨੀ ਨਾ ਲੱਗਦਾ ਉਹ ਯਾਰ ਤੁਸੀਂ ਤਾਂ ਗੱਲ ਸੁਣੋ ਉਹ ਹੈਲੋ ਯਾਰ ਇਹ ਸਾਲੇ ਜੂਨੀਅਰ ਆਰਟਿਸਟ ਮੈਂ ਫਿਲਮ ਦਾ ਹੀਰੋ ਆ ਯਾਰ ਮੇਰੀ ਕੋਈ ਗੱਲ ਹੀ ਨਹੀਂ ਸੁਣਦਾ ਬੇਬੀ ਬੇਬੀ ਡੈਡੀ ਡੈਡੀ ਸ਼ੂਟ ਹਿਮ ਉਹ ਮੇਰੀ ਗੱਲ ਤਾਂ ਸੁਣ ਬੇਬੀ ਜੋ ਤੂੰ ਸੋਚਦੇ ਹੋ ਨਹੀਂ ਹੈ ਯਾਰ ਬੇਬੀ ਗੱਲ ਤਾਂ ਸੁਣ ਲੈ ਯਾਰ ਮੇਰੀ ਖਬਰਦਾਰ ਤੂੰ ਮੇਰੀ ਕੁੜੀ ਨੂੰ ਧੋਖਾ ਦਿੱਤਾ ਅੱਜ ਮੈਂ ਤੈਨੂੰ ਜਿਉਂਦਾ ਨਹੀਂ ਛੱਡਣਾ ਮੇਰਾ ਜਵਾਈ ਕਿੱਥੇ ਕਿਹੜਾ ਜਵਾਈ ਮੇਰਾ ਜਵਾਈ ਕਿਉਂ ਦਿੱਤਾ ਸੀ ਧੋਖਾ ਇਹਨੂੰ ਅੱਛਾ ਅੱਛਾ ਉਹ ਜਵਾਈ ਉਹ ਦੇਖੋ ਸਰਦਾਰ ਨੇ ਚੱਕਿਆ ਤੁਹਾਡਾ ਜਵਾਈ ਓਏ ਤੂੰ ਹੁੰਦਾ ਕੌਣ ਹੈ ਮੇਰੇ ਜਵਾਈ ਦੇ ਉੱਤੇ ਹੱਥ ਚੁੱਕਣ ਵਾਲਾ ਹੈ ਮੈਂ ਨਹੀਂ ਬੇਬੀ ਓ ਪਲੀਜ਼ ਯਾਰ ਮੈਂ ਨਹੀਂ ਅੱਛਾ ਅੱਛਾ ਚੱਲ ਮੈਂ ਦੱਸਦਾ ਯਾਰ ਜਵਾਈ ਨਹੀਂ ਮੇਰਾ ਜਵਾਈ ਹੈ ਮੇਰੇ ਡੱਬਾ ਦੇ ਦੇ ਕੀ ਡੱਬਾ ਡੱਬਾ ਲਈ ਹੈ ਮੇਰੇ ਡੱਬਾ ਦੇ ਦੇ ਮੇਰੇ ਡੱਬਾ ਦੇ ਦੇ ਆ ਦੇਖ ਹੱਥ ਜੋੜ ਦੇ ਮੇਰਾ ਡੱਬਾ ਅੱਛਾ ਉਹ ਡੱਬਾ ਉਹ ਦੇਖੋ ਉਹ ਬੰਦੇ ਦੇ ਕੋਲ ਤੁਹਾਡਾ ਡੱਬਾ ਓਏ ਤੂੰ ਕੌਣ ਹੁੰਦਾ ਮੈਂ ਕਿੰਗ ਡਾਨ ਡਾਨ ਨੰਬਰ 1 ਅੱਜ ਡੱਬੇ ਲਈ ਕੱਢੇਗਾ ਗਨ ਉਹ ਮੇਰਾ ਜਵਾਈ ਹੈ ਉਹ ਮੇਰਾ ਜਵਾਈ ਮੇਰਾ ਡੱਬਾ ਕਿੱਥੇ ਹੈ ਮੈਨੂੰ ਕੀ ਪਤਾ ਹੈ ਉਹ ਮੇਰਾ ਡੱਬਾ ਦੱਸ ਦੋ ਕਿੱਥੇ ਹੈ ਓਏ ਮੇਰਾ ਜਵਾਈ ਹੈ ਉਹ ਮੇਰਾ ਜਵਾਈ ਹੈ ਮੇਰਾ ਡੱਬਾ ਓਏ ਮੇਰਾ ਜਵਾਈ ਕਿੱਥੇ ਕਿੱਥੇ ਹੈ ਤੂੰ ਚਾਹ ਮੈਨੂੰ ਕੀ ਪਤਾ ਕੀ ਕਰ ਰਹੇ ਤੁਸੀਂ ਕਿੱਥੇ ਇਹਨਾਂ ਨੇ ਮੇਰਾ ਜਵਾਈ ਚੁੱਕ ਲਿਆ ਯਾਰ ਤੁਸੀਂ ਜਵਾਈ ਨੂੰ ਛੱਡੋ ਇਹੀ ਉਹ ਕੁੜੀ ਜਿਹਨੂੰ ਭਜਾ ਕੇ ਲੈ ਕੇ ਆਇਆ ਤੂੰ ਘਰੋਂ ਭੱਜ ਗਈ ਹੈ ਯੈਸ ਨਹੀਂ ਤਾਂ ਗੁਰਾ
ਗੁਰਾ ਨਹੀਂ ਪੇਚੀ ਇਹ ਪੁਚਕ ਲੈ ਕੇ ਆਇਆ ਮੈਂ ਦੱਸਦਾ ਸਾਰਾ ਕੁਝ ਸਾਲੇ ਮੈਂ ਦੱਸਦਾ ਤੂੰ ਇਹ ਦੱਸ ਮੇਰਾ ਡੱਬਾ ਕਿੱਥੇ ਡੱਬਾ ਮੈਨੂੰ ਦੇ ਦੇ ਮੈਨੂੰ ਦੱਸ ਡੈਡੀ ਮੈਂ ਦੇਣਾ ਡੱਬਾ ਡੈਡੀ ਡੱਬਾ ਤੁਹਾਨੂੰ ਮੈਂ ਦੇਣਾ ਤੂੰ ਕਿੱਥੋਂ ਦੇਗਾ ਡੱਬਾ ਇਹ ਕਿੱਥੇ ਮੈਂ ਦੱਸ ਡੱਬਾ ਮੈਂ ਦੱਸੂਗਾ ਸਾਲੇ ਤੂੰ ਤਾਂ ਆਪ ਮੇਲੇ ਚ ਗਵਾਚੀ ਗਾਵਾਂ ਕੋ ਤੁਰਿਆ ਫਿਰਦਾ ਡੱਬਾ ਸਵਾਲ ਲੱਭ ਕੇ ਸਾਲੇ ਮੈਂ ਲੱਭ ਕੇ ਦਿਖਾਉਂ ਮੈਨੂੰ ਓਏ ਓਏ ਡੈਡੀ ਡੈਡੀ ਕੀ ਕਰਨ ਲੱਗਿਆ ਓ ਮੈਂ ਫਾਦਰ ਗੱਲ ਸੁਣੋ ਮੇਰੀ ਸਾਰੇ ਆ ਗਿਆ ਮੇਰਾ ਵੀਰ ਹੁਣ ਮੈਂ ਦੱਸਦਾ ਤੇਰਾ ਡੱਬਾ ਤੇ ਤੁਹਾਡਾ ਜਵਾਈ ਹੁਣ ਦੱਸੋ ਤੁਹਾਨੂੰ ਸਾਰਿਆਂ ਨੂੰ ਇਹ ਓ ਪਰਾਟ ਓਏ ਲੱਗਿਆ ਵੀਰ ਦਾ ਤੇਰੇ ਕਰਕੇ ਸਾਰਾ ਪੌੜਾ ਪਿਆ ਮੈਂ ਕਿਸ ਦੀ ਕੁੜੀ ਕਾਲੀ ਨਹੀਂ ਭਜਾ ਕੇ ਲਿਆਇਆ ਜੀ ਇਹ ਤਾਂ ਗੁਰਾ ਤੇ ਕਿੰਮੀ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਮੋਰੀਸ਼ਸ ਅਸੀਂ ਕਿੰਮੀ ਦਾ ਵਿਆਹ ਤੁੜਾਉਣ ਆਏ ਸੀ ਉੱਤੋਂ ਇਹ ਸਾਲੇ ਬਲੂੰਗੜੇ ਟੱਕਰ ਗਏ ਸਾਨੂੰ ਡਾਉਣ ਤੇ ਡੱਬਾ ਨਾਲੇ ਬੇਬੀ ਤੁਹਾਨੂੰ ਲੱਗਦਾ ਮੈਂ ਤੁਹਾਨੂੰ ਚੀਟ ਕਰੂੰਗਾ बंदोबस्त 15 मुंदरिया 17 कंबल मिलने वाले एसी हॉल रात भर डीजे उनकी बनूंगा अंकल जी सब कुछ उदा ही रहूगा जी बस प्रिंस ऑफ गिदड़बादी था ते रोशन प्रिंस आ गया जी हाँ जी डैडी मैं भी गुरे नाल पहला क्यों नहीं दसिया एक मिनट जी फोटो खींच फोटो खींच फोटो खींच Having we are in Mauritius. ਗੁਰੇ ਨੂੰ ਸਾਲੇ ਨੂੰ ਹਾਲੇ ਵੀ ਕਿੰਮੀ ਦਾ ਨਸ਼ਾ ਚੜਿਆ ਹੋਇਆ ਤੇ ਮੈਂ ਤਾਂ ਵੀਰੇ ਪੈਦਾ ਹੀ ਸਿਮਰਨ ਦੀ ਮਾਫੀਆ ਮੰਗਣ ਲਈ ਹੋਇਆ ਸੀ ਨਾਲੇ ਬੇਬੀ ਤੁਹਾਨੂੰ ਲੱਗਦਾ ਮੈਂ ਤੁਹਾਨੂੰ ਚੀਟ ਕਰੂੰਗਾ ਮੈਂ ਤਾਂ ਕਦੀ ਪੇਪਰਾਂ ਚੀਟ ਨਹੀਂ ਕੀਤਾ ਬੇਬੀ ਸਿਮਰਨ ਇਜ਼ ਸੋ ਸਟੂਪਿਡ ਆਈ ਐਮ ਸੋ ਸੌਰੀ ਜੋ ਮੈਂ ਤੇਰੇ ਤੇ ਸ਼ੱਕ ਕੀਤਾ ਬੇਬੀ ਆਈ ਰੀਲੀ ਲਵ ਯੂ ਆਈ ਐਮ ਸੌਰੀ ਬੇਬੀ ਓਕੇ ਮਾਈ ਡੀਅਰ ਸਭ ਜੁੜੀਆਂ ਫਿੱਟ ਤੇ ਮੇਰੀ ਲਵ ਸਟੋਰੀ ਹਿੱਟ ਮੈਂ ਤੇਜਪਾਲ ਸਿੰਘ ਚੀਮਾ ਤੇ ਇਹ ਸੀ ਮੇਰੀ ਕਹਾਣੀ ਤੁਸੀਂ ਸੋਚੋਗੇ ਕਿ ਸਾਡਾ ਲਾਲ ਡੱਬੇ 'ਚ ਕੀ ਸੀ ਦਰਅਸਲ ਉਹਦੇ 'ਚ ਦੁਨੀਆ ਦੀ ਆਖਰੀ ਬੇਸ਼ੁਮਾਰ ਕੀਮਤੀ ਬਾਬਾ ਸੀਰ ਹਟਾਉਣ ਵਾਲੀ ਸ਼ਰਤੀਆ ਕੈਪਸੂਲ ਸੀ ਡੌਨ ਦਾ ਦੁੱਖ ਕੱਟ ਗਿਆ ਤੇ ਪ੍ਰੀਤਮ ਦਾ ਸੁੱਖ ਮੇਰਾ ਡੱਬਾ ਮੇਰਾ ਡੱਬਾ ਮੇਰੀ ਜਾਨ ਮੇਰਾ ਇਮਾਨ ਅਯੋ ਹਾਣੀ ਸਿੰਘ ਨਹੀਂ ਤਾਂ ਸੋਫੀ ਲੋਟ ਨਹੀਂ ਵੇ ਤੂੰ ਤਾਂ ਬੋਤਲ ਮੋਨੋ ਲਾ ਦੇ ਨਹੀਂ ਤਾਂ ਸੋਫੀ ਲੋਟ ਨਹੀਂ ਵੇ ਤੂੰ ਤਾਂ ਬੋਤਲ ਮੋਨੋ ਲਾ ਦੇ ਉਹ ਜੱਟ ਪਹਿਲੇ ਟੱਕਮਾ ਸੀ ਉਹ ਤੂੰ ਤਾਂ ਹੋਰੇ ਤੂੰ ਵੀ ਸ਼ਕਾ ਦੀ ਉਹ ਜੱਟ ਪਹਿਲੇ ਟੱਕਮਾ ਸੀ ਉਹ ਤੂੰ ਤਾਂ ਹੋਰੇ ਤੂੰ ਵੀ ਸ਼ਕਾ ਦੀ ਬਜ਼ਾਰੋਂ ਤੇ ਲਾਇਆ ਮੁੰਡਾ ਬਾਪੂ ਦਾ ਕਰਵਾਇਆ ਭਾਈ ਲੱਖ ਬਜ਼ਾਰੋਂ ਤੇ ਲਾਇਆ ਮੁੰਡਾ ਬਾਪੂ ਦਾ ਕਰਵਾਇਆ ਸਾਨੂੰ ਇਸ਼ਕ ਰਾਸ ਨਹੀਂ ਆਇਆ ਸਾਨੂੰ ਇਸ਼ਕ ਰਾਸ ਨਹੀਂ ਆਇਆ ਰੱਬ ਕੈਸੀ ਪਸੂੜੀ ਪਾਤੀ ਉਹ ਜੱਟ ਪਹਿਲੇ ਟੱਕਮਾ ਸੀ ਉਹ ਤੂੰ ਤਾਂ ਹੋਰੇ ਤੂੰ ਵੀ ਸ਼ਕਾ ਦੀ ਉਹ ਜੱਟ ਪਹਿਲੇ ਟੱਕਮਾ ਸੀ ਉਹ ਤੂੰ ਤਾਂ ਹੋਰੇ ਤੂੰ ਵੀ ਸ਼ਕਾ ਦੀ ਨਾਲ ਪੈ ਗਿਆ ਵੈਰ ਕੱਲ ਪੀਤੀ ਚ ਕੱਢਦੇ ਫੈਰ ਮੇਰੇ ਭਾਈਆਂ ਨਾਲ ਪੈ ਗਿਆ ਵੈਰ ਕੱਲ ਪੀਤੀ ਚ ਕੱਢਦੇ ਫੈਰ ਲੈ ਲਈ ਪੁਲਸੀਆਂ ਨੇ ਖੈਰੇ ਲੈ ਲਈ ਪੁਲਸੀਆਂ ਨੇ ਖੈਰੇ ਪਾਲੀ ਐਸ ਐਚ ਓ ਨਾਲ ਕਾਟੀ ਔਰ ਜੱਟ ਪਹਿਲੇ ਚੱਕਵਾਂ ਸੀ ਤੂੰ ਤਾਂ ਹੋਰੇ ਤੂੰ ਵੀ ਸ਼ਕਾ ਦੀ ਔਰ ਜੱਟ ਪਹਿਲੇ
अच्छा गाना जी विज।